ਗੈਂਗਸਟਰ ਦੀ ਗਰੀ ਦੁਨੀਆ ਦੇ ਵਿੱਚ ਇੱਕ ਵਾਰ ਪੈਰ ਧਰਾਵਾ ਕੋਈ ਵਿਅਕਤੀ ਕਰ ਲੈਂਦਾ ਹੈ ਉਹ ਮੁੜਦਾ ਨਹੀਂ ਲੱਗਾ ਪਰ ਜਦੋਂ ਤੁਹਾਡੀ ਕਹਾਣੀ ਸੁਣੀ ਤਾਂ ਉਸਨੇ ਇੱਕ ਵਕਰਾ ਸਾਨੂੰ ਐਗਜ਼ਾਮਪਲ ਦਿੱਤਾ ਇਹ ਲਾਈਨ ਦੇ ਵਿੱਚ ਹੀ ਜਿਹੜਾ ਬੰਦਾ ਚਲਿਆ ਜਾਂਦਾ ਇੱਕ ਵਾਰੀ ਔਖਾ ਹੀ ਮੁੜਦਾ ਬਾਅਦ ਨਹੀਂ ਮੈਂ ਆਪ ਦੇ ਆਪ ਨੂੰ ਕਰਮ ਵਾਲਾ ਹੀ ਸਮਝਦਾ ਜਿਹੜਾ ਮੁੜਿਆ ਹੈ ਪਹਿਲੀ ਵਾਰ ਕਦੋਂ ਉਹ ਵਾਰਦਾਤ ਹੁੰਦੀ ਹੈ ਜਿਹੜੀ ਤੁਹਾਨੂੰ ਇਸ ਕਲਚਰ ਦੇ ਨਾਲ ਜੋੜ ਦਿੰਦੀ ਹੈ ਮੇਰੇ ਲੈਂਕ ਜ਼ਰੂਰ ਸੀ ਸਭ ਨਾਲ ਸੀ ਏ ਟੂ ਜ਼ेड ਪਰ ਮੈਂ ਉੱਥੇ ਕੋਈ ਕ੍ਰਾਈਮ ਨਹੀਂ ਕੀਤਾ ਸੀ ਤੁਸਮੇ ਉੱਥੇ ਕੀ ਕਾਰਨ ਸੀ ਜਿਹੜੇ ਮੇਰੇ ਨਾਲ ਦੇ ਮੁੰਡੇ ਯਾਰ ਦੋਸਤ ਸੀ ਉਹ 307 ਦੇ ਪਰਚੇ ਚੋਂ ਹੋਰ ਦੋ ਤਿੰਨਾਂ ਪਰਚਿਆਂ ਚੋਂ ਭਗੌੜੇ ਸੀ ਤੇ ਉਹ ਭਗੌੜੇ ਸੀਗੇ ਤੇ ਉਹ ਗੱਡੀ ਲੈ ਕੇ ਆ ਰਹੇ ਸੀ ਉਧਰੋਂ ਤੇ ਉਹਨਾਂ ਕੋਲੇ ਵੈਪਨ-ਵੂਪਨ ਵੀ ਸੀਗੇ ਤੇ ਉਹਨਾਂ ਦੇ ਮਗਰ ਸੀਆਈ ਸਟਾਫ ਪਠੰਡਾ ਲੱਗਿਆ ਹੋਇਆ ਸੀ ਮੈਂ ਜਦੋਂ ਉਧਰ ਨੂੰ ਪਹੁੰਚਿਆ ਆਵਦੀ ਗੱਡੀ ਲੈ ਕੇ ਪੌਲਸ ਨੂੰੜ ਖੜੀ ਬੈਠੀ ਸੀ ਤੇ ਨਾਲ ਹੀ ਮੈਨੂੰ ਫੜ ਲਿਆ ਪਹਿਲਾ ਪਰਚਾ ਫਿਰ ਸਾਡੇ ਤੇ ਗ੍ਰੋਹ ਬੰਦੀ ਦਾ ਪਾਇਆ ਵੈਪਨ ਪਾਇਆ ਮੇਰੇ ਅਸਲ ਗੱਡੀ ਤੇ ਪਰਚਾ ਪਾਇਆ ਮੈਂ ਉਹਦੇ ਵਿੱਚ ਸਟਾਰਟਿੰਗ ਚ 2016 ਚ 3 ਮਹੀਨੇ ਜੇਲ੍ਹ ਕੱਟੀ ਜਿਹੜਾ ਨਾ ਵੀ ਆਪਣਾ ਬੰਦਾ ਨਿਕਲਣਾ ਵੀ ਚਾਹਵੇ ਨਾ ਇਹ ਲਾਈਨ ਚੋਂ ਕਾਫੀ ਹੱਦ ਤੱਕ ਰੋਲ ਰਹਿੰਦਾ ਪੌਲਸ ਦਾ ਜਿਹੜਾ ਨਹੀਂ ਨਿਕਲਉਂਦਾ ਕਿਉਂਕਿ ਹੁਣ ਮੰਨ ਕੇ ਚੱਲੋ ਹੀ ਹੁਣ ਮੇਰੇ ਤੇ ਇੱਕ ਪਰਚਾ ਦੋ ਪਰਚੇ ਮੇਰੇ ਤੇ ਨੱਕੇ ਪਾਤੇ ਹੂੰ ਤੇ ਮੈਂ ਸੋਚਣਾ ਯਾਰ ਇੱਕ ਤੇ ਵੀ ਜਾਣਾ ਤਰੀਕ ਤੇ ਤੇ ਦੋਹਾਂ ਫੇਰ ਜਾਈ ਜਾਊਂਗਾ ਤੇ ਇਹਦੋਂ ਦਾ ਕੋਈ ਪੁੱਠਾ ਸਿੱਧਾ ਕੰਮ ਹੀ ਕਰ ਲਓ ਬਾਅਦੋਂ ਜਦੋਂ ਹੁਣ ਮੈਂ ਤਰੀਕ ਤੇ ਜਾਣਾ ਮੈਨੂੰ ਕਹਿ ਦੇਣਾ ਤੇਰੇ ਗੈਂਗਸਟਰਾਂ ਨਾਲ ਲਿੰਕ ਆ ਇਦਾਂ ਇਦਾਂ ਤਾਂ ਮੈਂ ਫਿਰ ਇਹੀ ਜਵਾਬ ਦਿੰਦਾ ਹੀ ਗੈਂਗਸਟਰਾਂ ਨਾਲ ਲਿੰਕ ਭਾਈ ਬਣਾਏ ਵੀ ਤੁਸੀਂ ਕਿ ਤੁਸੀਂ ਬਣਾਏ ਲਿੰਕ ਬੱਧੀ ਉਹ 3 ਮਹੀਨੇ ਜੇਲ੍ਹ ਦੇ ਕੇ ਗੁਜ਼ਰੇ ਕੀ ਕੁਝ ਤੁਹਾਨੂੰ ਫੇਸ ਕਰਨਾ ਪਿਆ ਜ਼ਿੰਦਗੀ ਦੇ ਵਿੱਚ ਬਦਲਾਅ ਆਇਆ 3 ਮਹੀਨੇ ਜਿਹੜੇ ਮੈਂ ਜੇਲ੍ਹ ਕੱਟੀ ਐ ਮੈਂ ਤਾਂ ਨਰਕ ਭਰੀ ਕੱਟੀ ਐ ਕਿਉਂਕਿ 22 ਮਹਾ 22 ਨਵੰਬਰ ਨੂੰ ਮੈਂ ਜੇਲ੍ਹ ਗਿਆ ਸੀ 2015 ਨੂੰ ਤੇ 25 ਨਵੰਬਰ ਨੂੰ ਜੇਲ੍ਹ 'ਚ ਲੜਾਈ ਹੋ ਜਾਂਦੀ ਐ ਬਹੁਤ ਵੱਡੀ ਤੇ ਮੇਨਲਾ ਦਾ 27 ਨਵੰਬਰ ਨੂੰ ਜੇਲ੍ਹ ਬ੍ਰੇਕ ਹੋ ਜਾਂਦੀ ਐ ਨਾਬਾ ਜਿਲ੍ਹ ਦੇ ਜਿਵੇਂ ਜਰੂਰ ਜਮਾਨਤ ਤੇ ਬਾਹਰ ਆਂਦੇ ਹੂੰ ਉਸ ਤੋਂ ਬਾਅਦ ਕੀ ਸੋਚਦੇ ਹੂੰ ਕਿ ਅੱਗੇ ਕੀ ਕਰਨਾ ਹੈ ਜ਼ਿੰਦਗੀ ਦੇ ਵਿੱਚ ਜਿਵੇਂ ਸਮਾਂ ਪੈਂਦਾ ਜਾਂਦਾ ਫਿਰ ਆਪਣਾ ਦਿਮਾਗ ਇਹ ਸੋਚਦਾ ਯਾਰ ਕੀ ਹੋ ਜੂ ਵੀ ਕੀ ਹੋ ਜੂ ਜਦੋਂ ਨੱਕੇ ਆਪਾਂ ਜਦੋਂ ਕੋਈ ਆਪਣਾ ਕਸਮੂਰ ਨਹੀਂ ਸੀ ਉਦੋਂ ਵੀ ਕਟਿਆ ਏ ਤੇ ਹੁਣ ਤਾਂ ਇਦੋਂ ਫਿਰ ਕੋਈ ਨਾ ਕੋ ਕਰ ਹੀ ਲੋ ਤੇਰੇ ਬਾਪੂ ਨੇ ਕਰੋ ਮੈਂ ਨੂੰ ਹਜੇ ਵੀ ਹਾਲਾਤ ਜ਼ਿਆਦਾ ਬਈ ਕਰੋ ਕਹਿ ਕੇ ਘੜਤਾ ਏ ਯਾਰ ਜਾ ਜਿੱਥੇ ਮਰਜੀ ਜਾ ਹੂੰ ਵੀ ਕੋਈ ਪ੍ਰਵਾਹ ਨਹੀਂ ਲੈ ਜਾ ਆਉਂਦਾ ਜਿਹੜਾ ਕੋਈ ਤੇਰਾ ਸੋਚਿਆ ਕਿ ਯਾਰ ਮੈਂ ਵੀ ਕਮਿਸ਼ਨੀਆਂ ਗਾਉਂਦਾ ਰਿਆ ਮੈਂ ਵੀ ਸਿੰਗਰ ਬਣ ਸਕਦਾ ਤੂੰ ਐਂ ਕਰ ਵੀ ਗਾਣਾ ਤੂੰ ਆਪ ਗਾ ਲਾ ਵੀ ਪੈਸੇ ਵੀ ਆਪਾਂ ਲਾ ਲਾਂਗੇ ਚੱਲ ਕੋਈ ਨਾ ਕਰ ਕਰਾ ਕੇ ਵੀ ਸਿੰਘੇ ਨੂੰ ਕਹਿ ਦੀ ਵਿੱਚ ਥੋੜੀ ਜੀ ਫੀਚਰਿੰਗ ਕਰ ਦੂਗਾ ਤੇਰਾ ਯਾਰ ਆ ਤੂੰ ਇਕੱਠੇ ਰਹਿਨੇ ਯਾਰ ਵੀ ਨਾਲੇ ਤੇਰਾ ਫਾਇਦਾ ਹੋ ਜੂਗਾ ਤੈਨੂੰ ਕੋਈ ਰਾਹ ਮਿਲ ਜੂਗਾ ਨਾ ਮੈਂ ਸਿੰਘੇ ਨੂੰ ਫੋਨ ਲਾਇਆ ਮੈਂ ਇਹੀ ਗੱਲ ਬੋਲਿਆ ਮੈਂ ਕਿਹਾ ਵੀਰੇ ਯਾਰ ਬਈ ਜੱਸੇ ਦਾ ਫੋਨ ਆਇਆ ਸੀ ਐਂ ਕਰਕੇ ਗਾਣਾ ਦੇਣਾ ਕੰਪਨੀ ਨੂੰ ਜੀ ਉਹ ਤੇ ਕਹਿੰਦਾ ਮੈਂ ਤਾਂ ਨਹੀਂ ਦੇਣਾ ਗਾਣਾ ਹੂੰ ਹੂੰ ਰਿਕਾਰਡਿੰਗ ਕੀਤੀਆਂ ਪਈਆਂ ਮੇਰੇ ਕੋਲ ਗੱਲਾਂ ਸਾਰੀਆਂ ਇਹ ਕਹਿੰਦਾ ਮੈਂ ਨਹੀਂ ਦੇਣਾ ਗਾਣਾ ਕਹਿੰਦਾ ਇਹ ਕੰਪਨੀ ਤੋਂ ਹੀ ਕਰਨਾ ਮੈਂ ਕਿਹਾ ਬਈ ਤੈਨੂੰ ਹੀ ਪਤਾ ਯਾਰ ਮੈਂ ਕਿਵੇਂ ਪੈਸੇ ਲਾਇਆ ਹੱਥ じゃ ਟੈਟ ਆ ਥੋੜਾ ਜਿਹਾ ਮੈਂ ਕਿਹਾ ਨਾਲੇ ਗਾਂ ਵਾਲਾ ਗਾਣਾ ਕਰ ਲਾਂਗੇ ਬਈ ਇਹ ਕਿਹੜਾ ਵਿਆਹ ਦਾ ਪ੍ਰੋਗਰਾਮ ਆ ਇਹ ਇੱਕ ਆਦੀ ਲੱਗਣਾ ਮੈਨੂੰ ਤਾਂ ਗਾਂ ਵੀ ਦੇਣਾ ਹੀ ਪੈਣਾ ਕੋਈ ਹੂੰ ਕਹਿੰਦਾ ਮੈਂ ਨਹੀਂ ਦੇਣਾ ਤੂੰ ਗਾਂ ਵਾਲੇ ਗਾਣੇ ਦਾ ਬਜਟ ਲੈ ਲੈ ਫਿਰ ਹੁੰਦਾ ਕੀ ਹੈ ਕਿਉਂ ਵੱਖੋ ਵੱਖਰਾ ਹੋ ਜਾਂਦੇ ਨੇ ਜਿੱਥੇ ਪਹਿਲਾਂ ਇਕੱਠੇ ਰਹਿੰਦੇ ਹੋਂ ਫਿਰ ਕਿਵੇਂ ਵੱਖ-ਵੱਖ ਹੋ ਜਾਂਦੇ ਇਹ ਗੱਲਾਂ ਕਰਦੇ ਹੀ ਕਹਿੰਦਾ ਜਿਹੜਾ ਮੁੱਛਾਂ ਰੱਖੀ ਫਿਰਦਾ ਨਾ ਕਹਿੰਦਾ ਮੁੱਛਾਂ ਪਟਰਾਂਗੇ ਲਦਣ ਕਹਿੰਨੀ ਇਹ ਬੋਲਿਆ ਖਣੀ ਸਿੰਗਾ ਪ੍ਰੈਂਕਲ ਦੇ ਦੱਸਣ ਦੀ ਗੱਲ ਆ ਉਸ ਤੋਂ ਬਾਅਦ ਮੈਂ ਇਹਨੂੰ ਕਿਹਾ ਵੀ ਤੂੰ ਮੁੱਛਾਂ ਦੀ ਤਾਂ ਗੱਲ ਦੂਰ ਆ ਵੀ ਤੂੰ ਮਰੇ ਮੁੱਛਾਂ ਨੂੰ ਹੱਥ ਹੀ ਲਾ ਜੀ ਤੇ ਮੈਂ ਤੌਣ ਲਵਾ ਦੂੰ ਆਪ ਨੂੰ ਵੀ ਹੁਣ ਮੈਂ ਇਹੋ ਜਿਹੀਆਂ ਗੱਲਾਂ ਕਰਨੀਆਂ ਨਹੀਂ ਚਾਹੁੰਦਾ ਵੀ ਵੀ ਆਪ ਦਾ ਤੇਰਾ ਜਿੱਤੋਂ ਆਪ ਨਹੀਂ ਰੱਖੀਆਂ ਵੀ ਤੇਰਾ ਮੂੰਹ ਜਨਾਨੇ ਵਰਗਾ ਠੀਕ ਆ ਵੀ ਜੇ ਕਿਸੇ ਨੇ ਰੱਖੀਆਂ ਤੇ ਉਹਦੀ ਤਾਂ ਕਦਰ ਕਰ ਦੂਜੀ ਗੱਲ ਤੇਰੇ ਨਾਲ ਬਣਦੀ ਕਰਦੀ ਰਹੀ ਮੈਂ ਸਾਰਿਆਂ ਨੂੰ ਇਹ ਪੁੱਛਣਾ ਚਾਹਣਾ ਵੀ ਮੈਂ ਇਹਦਾ ਮਾੜਾ ਕਿਉਂ ਤੂੰ ਤਾਂ ਇੰਨਾ ਜ਼ਰਾ ਡੀਪ ਲੀਸ ਇੰਡਸਟਰੀ ਦੇ ਵਿੱਚ ਬੜੇ ਹੋਏ ਔਰ ਉਸੀ ਉਸ ਚੀਜ਼ ਦੇ ਵਿੱਚ ਵੀ ਸਮਾਂ ਕੱਟ ਕੇ ਆਈਆਂ ਇਹ ਬਾਕੀ ਹੀ ਇਹ ਇੰਡਸਟਰੀ ਗੈਂਗਸਟਰਾਂ ਦੇ ਵਿੱਚ ਇਨਵੋਲਡ ਹੈਗੀ ਆਈ ਨਹੀਂ ਕਹਿ ਸਕਦੇ ਆਪਾਂ ਵੀ ਸਿੰਗਰਾਂ ਦਾ ਗੈਂਗਟਰਾਂ ਨਾਲ ਕੋਈ ਲਿੰਕ ਆ ਹੁਣ ਜਦੋਂ ਮੈਨੂੰ ਫੋਨ ਹੀ ਮੰਨ ਕੇ ਚਲੋ ਸੁਣਨ ਹੀ ਆ ਗਿਆ ਫੋਨ ਹੁਣ ਡਰ ਦੇ ਮਾਰੇ ਤਾਂ ਮੋਹ ਪਿਆਰ ਬਣਾਉਣਾ ਹੀ ਪੈਣਾ ਗੋਲੀ ਤੋਂ ਤਾਂ ਹਰੀ ਨਹੀਂ ਡਰ ਗੈਂਗਸਟਰ ਨੂੰ ਖੁਸ਼ ਕਰਨ ਦੇ ਲਈ ਗਾਣੇ ਵੀ ਹੁਣ ਕਰਨਾ ਹੀ ਪੈਂਦਾ ਈ ਸਾਰਾ ਕੁਝ ਹੁਣ ਜਿਹਨੂੰ ਡਾਰਾ ਉਹ ਕਰੀ ਜਾਂਦਾ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਦੀ ਇੱਕ ਨਵੀਂ ਚਰਚਾ ਛਿੜ ਚੁੱਕੀ ਹੈ ਪੰਜਾਬ ਦੇ ਵਿੱਚ ਵੱਖੋ-ਵੱਖ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਨੇ ਵੱਖੋ-ਵੱਖ ਤਰ੍ਹਾਂ ਦੇ ਵਿਚਾਰ ਹੋ ਰਹੇ ਨੇ ਔਰ ਖਾਸ ਤੌਰ ਦੇ ਉੱਤੇ ਪੰਜਾਬੀ 뮤직 ਇੰਡਸਟਰੀ ਨੂੰ ਲੈ ਕੇ ਵੀ ਕਈ ਸਵਾਲ ਖੜੇ ਹੋ ਰਹੇ ਹਨ ਔਰ ਖਾਸ ਤੌਰ ਦੇ ਉੱਤੇ ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਕਈ ਲੋਕ ਕਹਿ ਰਹੇ ਨੇ ਕਿ ਗੈਂਗਸਟਰਾਂ ਦਾ ਅੰਤ ਐਨਕਾਊਂਟਰ ਹੈ ਤੇ ਕਈ ਕਹਿ ਰਹੇ ਨੇ ਕਿ ਮੁਕਤਾਰਾ ਦੇ ਵਿੱਚ ਇਹਨਾਂ ਨੂੰ ਵਾਪਸ ਆਉਣ ਦਾ ਮੌਕਾ ਵੀ ਦਿੱਤਾ ਜਾਣਾ ਚਾਹੀਦਾ ਹੈ ਹਾਲਾਂਕਿ ਇਸ ਦਲਦਲ ਦੇ ਵਿੱਚ ਜਿਹੜਾ ਵਿਅਕਤੀ ਇੱਕ ਵਾਰ ਤਸ ਜਾਂਦਾ ਹੈ ਉਹ ਕਹਿੰਦੇ ਮੁੜ ਕੇ ਵਾਪਸ ਨਹੀਂ ਆ ਸਕਦਾ ਪਰ ਅੱਜ ਜਿਸ ਸਖਸ਼ਨਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀਆਂ ਉਹ ਵੀ ਪੰਜਾਬੀ 뮤직 ਇੰਡਸਟਰੀ ਦੇ ਨਾਲ ਹੀ ਜੁੜੇ ਹੋਏ ਨੇ ਨਾਮਵਰ ਗਾਇਕ ਨੇ ਔਰ ਉਹਨਾਂ ਦੇ ਵੱਲੋਂ ਵੀ ਮੁਖਤਾਰਾ ਦੇ ਵਿੱਚ ਇੱਕ ਤਰੀਕੇ ਦੇ ਨਾਲ ਵਾਪਸੀ ਕੀਤੀ ਗਈ ਹੈ ਗੈਂਗਸਟਰ ਵਾਲਦ ਦੇ ਗੈਂਗਸਟਰ ਕਲਚਰ ਦੇ ਵਿੱਚੋਂ ਉਹ ਵਾਪਸ ਮੁੜੇ ਨੇ ਬਤੌਰ ਸਿੰਗਰ ਹੁਣ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਸਾਡੇ ਨਾਲ ਮੌਜੂਦ ਨੇ ਗਿਲ ਮਾਨੁਕੇ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵਧੀਆ ਹੀ ਵਧੀਆ ਜਿਸ ਤਿਕ ਨਾਮ ਆ ਜ਼ਿਕਰ ਕੀਤਾ ਹਾਂਜੀ ਕਹਿੰਦੇ ਗੈਂਗਸਟਰ ਵਾਲਦ ਔਰ ਗੈਂਗਸਟਰ ਦੀ ਜਿਹੜੀ ਦੁਨੀਆ ਦੇ ਵਿੱਚ ਇੱਕ ਵਾਰ ਪੈਰ ਧਰਾਵਾ ਕੋਈ ਵਿਅਕਤੀ ਕਰ ਲੈਂਦਾ ਹੈ ਉਹ ਮੁੜਦਾ ਨਹੀਂ ਹੈਗਾ ਪਰ ਜਦੋਂ ਤੁਹਾਡੀ ਕਹਾਣੀ ਸੁਣੀ ਤਾਂ ਉਸਨੇ ਇੱਕ ਵੱਖਰਾ ਸਾਨੂੰ ਐਗਜ਼ਾਮਪਲ ਦਿੱਤਾ ਇੱਕ ਵੱਖਰੀ ਸਾਨੂੰ ਗੱਲ ਸੁਣਨ ਨੂੰ ਮਿਲੀ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਗਿਲ ਮਾਨੂੰ ਕੇ ਕੌਣ ਹੈ ਕਿੱਥੋਂ ਜ਼ਿੰਦਗੀ ਸ਼ੁਰੂ ਕਰਦਾ ਹੈ ਔਰ ਕਿਵੇਂ ਇਸ ਗਾਇਕੀ ਦੀ ਲਾਈਨ ਦੇ ਵਿੱਚ ਆ ਜਾਂਦਾ ਮੈਂ ਇੱਕ ਸਧਾਰਨ ਜੇਕਰ ਉਹ ਇੱਕ ਆਪਾਂ ਸਧਾਰਨ ਜੇਕਰ ਉਹ ਇੱਕ ਇਨਸਾਨ ਮਾਣੂ ਕੇ ਗੱਲ ਪਿੰਡਾ ਹੀ ਮੇਰਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਮੈਂ ਸਟਾਰਟਿੰਗ ਆਪਣੀ ਪੜ੍ਹਾਈ ਕੀਤੀ ਅਕਾਲ ਅਕੈਡਮੀ ਢੱਲੇਵਾਲ ਤੋਂ ਉੱਥੇ ਪੜ੍ਹਦਾ ਰਿਆਂ ਤੇ 7ਵੀਂ ਤਾਈ ਮੈਂ ਉੱਥੇ ਪੜਿਆ ਉਦੋਂ ਬਾਅਦ ਮੈਂ ਆਨੰਦ ਸਾਗਰ ਅਕੈਡਮੀ ਰੋਂਦੇ ਫਿਰ ਉੱਥੇ ਸਟੱਡੀ ਕੀਤੀ 10ਵੀਂ ਤੱਕ ਫਿਰ ਜਿੱਦਾਂ ਆਪਾਂ ਪਿੰਡਾਂ ਦੇ ਹਾਲਾਤ ਕਹਿ ਦਿੰਨੇ ਆ ਪਿੰਡਾਂ ਦੇ ਵਿੱਚ ਆਹ ਹੀ ਲੜਾਈਆਂ ਪੜਾਈਆਂ ਸਾਰਾ ਕੋ ਸਿਸਟਮ ਇਦਾਂ ਹੀ ਹੁੰਦਾ ਤੇ ਇਹਦੇ ਨਾਲ ਚੱਲਦੇ ਹੋਏ ਮੈਂ ਵੀ ਇਧਰ ਨੂੰ ਘਰੋਂ ਥੋੜਾ ਜਿਹਾ ਮੇਰੇ ਫਾਦਰ ਸਾਹਿਬ ਜ਼ਿਆਦਾ ਵੀ ਸਟ੍ਰਿਕਟ ਸੀਗੇ ਜਿੱਦਾਂ ਤੇ ਇਧਰ ਨੂੰ ਮੇਰਾ ਰਜਾ ਜ਼ਿਆਦਾ ਵੱਧ ਗਿਆ ਹੂੰ ਹੂੰ ਤੇ ਉਹੀ ਮਾੜੀਆਂ ਮੋਟੀਆਂ ਨਿੱਕੀਆਂ ਨਿੱਕੀਆਂ ਲੜਾਈਆਂ ਹੁੰਦੀਆਂ ਕਰਦੀਆਂ ਵੱਡੇ ਲੈਵਲ ਤੇ ਚੱਲੀਆਂ ਗਈਆਂ ਵੱਡੇ ਉਜੇ ਬੰਦਿਆਂ ਨਾਲ ਲਿੰਕ ਬਣ ਗਏ ਫਿਰ ਮੈਂ ਥੋੜਾ ਸਮਾਂ ਬਟੰਡੇ ਜੇਲ ਵੀ ਕੱਟੀ ਤੇ ਕਰਦੇ ਕਰਾਉਂਦੇ ਇਹ ਲਾਈਨ ਦੇ ਵਿੱਚ ਜਿਹੜਾ ਬੰਦਾ ਚਲਿਆ ਜਾਂਦਾ ਇੱਕਾਰੀ ਔਖਾ ਹੀ ਮੁੜਦਾ ਬਾਅਦ ਚ ਮੈਂ ਆਪ ਅਧਿਆਪਨ ਨੂੰ ਕਰਮ ਵਾਲਾ ਹੀ ਸਮਝਦਾ ਜਿਹੜਾ ਮੁੜਿਆ ਹੈ ਪਰਿਵਾਰ ਦਾ ਪਿਛੋਕੜ ਕੀ ਸੀ ਪਿਤਾ ਕੀ ਕਰਦੇ ਸੀ ਕਰਦੇ ਵਿੱਚ ਹੋਰ ਕੌਣ-ਕੌਣ ਸੀ ਪਰਿਵਾਰ ਦਾ ਮੇਰੇ ਦਾ ਪਿਛੋਕੜ ਜੀ ਮੇਰੇ ਫਾਦਰ ਸਾਹਿਬ ਗ੍ਰਾਂਥੀ ਆ ਉਹਨਾਂ ਨੇ ਬਹੁਤ ਮਿਹਨਤ ਕੀਤੀ ਪਹਿਲਾਂ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਘਰ ਦਾ ਦੁਕਾਨ ਕੀਤੀ ਫਿਰ ਕੀੜੇ ਮਾਰ ਦਵਾਈ ਦੀ ਜਿਹੜੀਆਂ ਆਪਾਂ ਪੈਸਟੀਸਾਈਡ ਕਹਿੰਦੇ ਨੇ ਫਿਰ ਉਦੋਂ ਬਾਅਦ ਉਹਦੇ ਨਾਲ-ਨਾਲ ਕੰਮ ਸੀ ਸਪੇਅਰ ਪਾਰਟ ਦਾ ਆਪਣਾ ਫਿਰ ਉਹਦੇ ਵਿੱਚ ਜਿਆਦਾ ਵੀ ਜਿਵੇਂ ਕਹਿ ਦਿੰਦੇ ਆ ਪਿੰਡਾਂ ਇਧਾਰ ਪੈ ਜਾਂਦਾ ਹਨ ਵੀ ਉਹਨੂੰ ਕੰਮ ਛੱਡਦੇ ਹੋਏ ਫਿਰ ਕੱਪੜੇ ਦਾ ਕੰਮ ਕੀਤਾ ਕਰਦੇ ਆ ਨੇ ਤੇ ਫਾਦਰ ਸਾਹਿਬ ਨੇ ਬਹੁਤ ਮਿਹਨਤ ਕੀਤੀ ਉਹਨਾਂ ਦਾ ਸੁਪਨਾ ਇਹ ਹੀ ਸੀ ਵੀ ਮੈਂ ਪੜ੍ਹ ਲਿਖ ਕੇ ਬਾਹਰ ਜਾਵਾਂ ਬਈ ਮੇਰੇ ਬਾਕੀ ਮੇਰੀ ਬ੍ਰਦਰ ਇੱਕ ਮੇਰਾ ਬ੍ਰਦਰ ਆ ਇੱਕ ਮੇਰੀ ਸਿਸਟਰ ਆ ਉਹ ਮੇਰੀ ਸਿਸਟਰ ਪਹਿਲਾਂ ਇੰਗਲੈਂਡਸ ਕਰਕੇ ਬਾਹਰ ਚਲੀ ਗਈ ਸੀ ਫਿਰ ਮੇਰਾ ਬ੍ਰਦਰ ਗਿਆ ਹੁਣ ਮੇਰੇ ਮੰਮੀ ਡੈਡੀ ਵੀ ਬਾਹਰ ਹੀ ਆ ਮੈਂ ਕੱਲ ਹੀ ਆਈ ਤੇ ਪਰ ਰੱਬ ਨੂੰ ਕੁਝ ਹੋਰ ਮਨਜੂਰ ਸੀ ਮੇਰੇ ਪੜਾਈ ਵਾਲਾ ਮੇਰੇ ਚ ਫੰਕਸ਼ਨ ਹੀ ਹੈ ਨਹੀਂ ਸੀ ਮੈਂ ਸ਼ੁਰੂ ਤੋਂ ਸਕੂਲ ਟਾਈਮ ਦੇ ਵਿੱਚ ਵੀ ਜਿੱਦਾਂ ਆਪਾਂ ਅਕੈਡਮੀ ਸੀਗੀ ਉਹ ਆਪਣੇ ਜਿਹੜੇ ਬੜੂ ਸਾਹ ਵਾਲਿਆਂ ਦੀ ਬ੍ਰਾਂਚ ਕਹਿ ਦਿੰਦੇ ਆ ਨਾ ਤੇ ਉੱਥੇ ਮੈਂ ਛੋਟਾ ਹੁੰਦਾ ਸ਼ੁਰੂ ਤੋਂ ਕੁਇਸ਼ਰੀ ਨਹੀਂ ਗਾਉਂਦਾ ਸੀਗਾ ਮੈਂ ਘਰਦਿਆਂ ਨੂੰ ਵੀ ਕਾਫੀ ਕਿਹਾ ਉਦੋਂ ਵੀ ਮੈਂ ਇਦਾਂ ਤੇ ਕਰਦੇ ਇਹ ਲਾਈਨ ਚ ਜਾਣ ਨਹੀਂ ਦੇਣਾ ਚਾਹੁੰਦੇ ਸੀ ਕਿਉਂਕਿ ਮੇਰੇ ਫਾਦਰ ਸਾਹਿਬ ਆਪ ਗ੍ਰਾਂੰਤੀ ਸੀ ਉਹਨਾਂ ਨੂੰ ਪਤਾ ਸੀ ਵੀ ਸਕੋਪ ਹੈ ਨਹੀਂ ਇਸ ਲਾਈਨ ਦੇ ਵਿੱਚ ਵੀ ਫਿਰ ਆਖਰ ਨੂੰ ਆ ਕੇ ਇਸੇ ਲਾਈਨ ਦਾ ਹੀ ਸਾਰਾ ਚੋਨਾ ਪਿਆਈ ਤੇ ਪਹਿਲੀ ਵਾਰ ਕਦੋਂ ਉਹ ਵਾਰਦਾਤ ਹੁੰਦੀ ਹੈ ਜਿਹੜੀ ਤੁਹਾਨੂੰ ਇਸ ਕਲਚਰ ਦੇ ਨਾਲ ਜੋੜ ਦਿੰਦੀ ਹੈ ਛੋਟੇ-ਮੋਟੇ ਲੜਾਈ ਝਗੜੇ ਤਾਂ ਹੋਏ ਕਦੋਂ ਗਿਲ ਮਾਣੂ ਕੇ ਜਿਹੜਾ ਹੈ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਵਸ ਜਾਂਦਾ ਹੈ ਛੋਟੇ-ਮੋਟੇ ਝਗੜੇ ਤਾਂ ਹੀ ਜਿੱਦਾਂ ਪਿੰਡ ਸੀਗੇ ਸਾਡੇ ਪਿੰਡ ਦੀ ਲੜਾਈ ਸੀ ਪਿੰਡ ਆਈਟੀਆਈ ਚ ਇਹ ਕਰੀ ਸਾਡੇ ਪਿੰਡ ਬਣੀ ਹੋਈ ਆ ਮੈਨੂੰ ਲੱਗਦਾ ਪਹਿਲੀ ਵਾਰੀ ਸਾਡੇ ਘਰੇ ਜੇਲ੍ਹ ਕਿਆਂ ਕਹਿਣ ਦਾ ਮਤਲਬ ਉਹ ਪੁਲਿਸ ਉਦੋਂ ਆਈ ਤੇ ਉਦੋਂ ਅਸੀਂ ਉੱਥੇ ਕਿਸੇ ਪਿੰਡ ਦਾ ਹੀ ਮੁੰਡਾ ਸੀ ਹੋਂ ਤਾਂ ਬਾਹਰ ਆਹੋ ਅਮਰੀਕਾ ਚ ਉਹਦਾ ਕਿਸੇ ਮੁੰਡੇ ਨਾਲ ਝਗੜਾ ਸੀ ਅਸੀਂ ਉਹਨੂੰ ਕੁੱਟਣ ਵਗੈਰਾ ਗਏ ਸੀ ਉੱਥੋਂ ਪੁਲਿਸ ਸਾਡੇ ਮਗਰ ਪਈ ਗੱਡੀਆਂ-ਗੁੱਡੀਆਂ ਭਜਾਈਆਂ ਘਰੇ ਵਾਰਦੀਆਂ ਉਸ ਤੋਂ ਬਾਅਦ ਕਰਦੇ-ਕਰਦੇ ਜਿੱਦਾਂ ਕਹਿੰਦੇ ਵੀ ਉਮਰ ਵੀ ਇਦਾਂ ਦੀ ਹੁੰਦੀ ਆ ਉਦੋਂ ਹਾਂ ਕਿੰਨੀ ਉਮਰ ਸੀ ਉਹ ਤੁਹਾਡੀ ਉਦੋਂ ਉਮਰ ਮੰਨ ਲਈ ਵੀ 16 17 ਸਾਲ ਦਾ ਹੂੰਗਾ ਜੀ ਅੱਛਾ ਹਾਂਜੀ ਤੇ ਵੀ ਫਿਰ ਕਰਦੇ ਕਰਾਉਂਦੇ ਫਿਰ ਲੜਾਈਆਂ ਝਗੜੇ ਤਾਂ ਲੜਾਈਆਂ ਝਗੜੇ ਤਾਂ ਹੁੰਦੇ ਹੀ ਰਹੇ ਇਦਾਂ ਹੁੰਦਾ ਹੀ ਰਿਹਾ ਸਾਰਾ ਕੁਝ ਫਿਰ ਪਹਿਲਾ ਪਰਚਾ ਪਿਆ ਜਿਹੜਾ ਮੇਰੇ ਤੇ ਵੀ ਆਪਾਂ ਨਿਰਦੋਸ਼ ਵੀ ਨਹੀਂ ਕਹਿ ਸਕਦੇ ਵੀ ਜਿੱਦਾਂ ਇਹ ਕਹਿ ਸਕਦੇ ਆ ਵੀ ਬੰਦੇ ਦਾ ਕਿਤੇ ਨਾ ਕਿਤੇ ਤਾਂ ਅੰਗਲੀ ਸੰਗਲੀ ਹੁੰਦੀ ਆ ਮੇਰੇ ਲਿੰਕ ਜ਼ਰੂਰ ਸੀ ਸਭ ਨਾਲ ਸੀ ਏ ਟੂ ਜ਼ेड ਪਰ ਮੈਂ ਉੱਥੇ ਕੋਈ ਕ੍ਰਾਈਮ ਨਹੀਂ ਕੀਤਾ ਸੀ ਉੱਥੇ ਕੀ ਕਾਰਨ ਸੀ ਜਿਹੜੇ ਮੇਰੇ ਨਾਲ ਦੇ ਮੁੰਡੇ ਯਾਰ ਦੋਸਤ ਸੀ ਉਹ 307 ਦੇ ਪਰਚੇ ਚ ਹੋਰ ਦੋ ਤਿੰਨਾਂ ਪਰਚਿਆਂ ਚੋਂ ਭਗੌੜੇ ਸੀ ਅੱਛਾ ਤੇ ਉਹ ਭਗੌੜੇ ਸੀਗੇ ਤੇ ਉਹ ਗੱਡੀ ਲੈ ਕੇ ਆ ਰਹੇ ਸੀ ਉਧਰੋਂ ਤੇ ਉਹਨਾਂ ਕੋਲੇ ਵੈਪਨ ਊਪਨ ਵੀ ਸੀਗੇ ਤੇ ਉਹਨਾਂ ਦੇ ਮਗਰ ਸੀਆਈ ਸਟਾਫ ਪਟੰਡਾ ਲੱਗਿਆ ਹੋਇਆ ਸੀ ਜਦੋਂ ਸੀਆਈ ਉਹਨਾਂ ਨੇ ਰੈਕੀ ਕਰ ਰਹੇ ਸੀ ਉਹਨਾਂ ਨੇ ਤੇ ਉਹਨਾਂ ਨੇ ਨਾ ਇੱਕ ਕੋਕ ਦੀ ਬੋਤਲ ਪਈ ਸੀ ਵਿੱਚ ਗੱਡੀ ਦੇ ਉਹ ਸ਼ੇਕ ਕਰ ਕਰਕੇ ਜਦੋਂ ਉਹਨਾਂ ਨੇ ਖੋਲੀ ਤੇ ਡਰਾਈਵਰ ਦੇ ਅੱਖਾਂ ਚ ਪੈ ਗਈ ਤੇ ਉਹਨਾਂ ਨੇ ਗੱਡੀ ਖੇਤਾਂ 'ਚ ਉਤਰ ਗਈ। ਉਹਨਾਂ ਨੇ ਮੈਨੂੰ ਫੋਨ ਲਾਤਾ ਯਾਰ ਵੀ ਗੱਲ ਇੱਥੇ ਨਾ ਵੀ ਆ ਕੰਮ ਹੋ ਗਿਆ। ਵੀ ਤੂੰ ਸਾਨੂੰ ਲੈ ਕੇ ਜਾ ਆ ਕੇ। ਤੇ ਮਗਰ ਉਹਨਾਂ ਦੇ ਪੁਲਿਸੀ ਉਹਨਾਂ ਨੇ ਪੁਲਿਸ ਨੇ ਉਹਨਾਂ ਨੂੰ ਮੇਰੇ ਜਾਂਦੇ ਹੋਏ ਫੜ ਲਿਆ ਸੀਗਾ। ਹੂੰ ਹੂੰ। ਉਹਨਾਂ ਕੋਲੋਂ ਚਲੋ ਵੈਪਨ ਉਪਨ ਨਿਕਲੇ। ਮੈਂ ਜਦੋਂ ਉਹਨੂੰ ਪਹੁੰਚਿਆ ਆਵਦੀ ਗੱਡੀ ਲੈ ਕੇ ਪੁਲਿਸ ਉਹਨਾਂ ਨੂੰ ਖੜੀ ਬੈਠੀ ਸੀ। ਤੇ ਨਾਲ ਹੀ ਮੈਨੂੰ ਫੜ ਲਿਆ। ਹੂੰ। ਫਾਲਕੇ ਮੈਂ ਤਾਂ ਉਹਨਾਂ ਨੂੰ ਚਲੋ ਲਿੰਕ ਮੇਰੇ ਸੀਗੇ ਮੈਂ ਤਾਂ ਉੱਥੇ ਕੋਈ ਗੁਨਾਹ ਹੀ ਨਹੀਂ ਕੀਤਾ ਮੈਂ ਤਾਂ ਸਿਰਫ ਲੈਣ ਗਿਆ ਹੀ ਉਦੋਂ ਬਾਅਦ ਪੁਲਸ ਨੂੰ ਇਹ ਨਹੀਂ ਪਤਾ ਸੀ ਵੀ ਮੇਰੇ ਤੇ ਕੋਈ ਪਰਚਾ ਹੈ ਨਹੀਂ ਹਮ ਮੈਂ ਉਹਨਾਂ ਦਾ ਨਾਮ ਵੀ ਲੈਣਾ ਅਰਜਿੰਦਰ ਕੁਮਾਰ ਸੀਗੇ ਐਸਐਚਓ ਉਹਨਾਂ ਨੇ ਬਹੁਤ ਉਹ ਕੀਤਾ ਵੀ ਉਹਨਾਂ ਨੂੰ ਸਾਰਾ ਪਤਾ ਸੀ ਵੀ ਇਹ ਮੁੰਡੇ ਤੇ ਕੋਈ ਪਰਚਾ ਨਹੀਂ ਐ ਇਹਦਾ ਵੀ ਕ੍ਰਿਮੀਨਲ ਕੋਈ ਰਿਕਾਰਡ ਨਹੀਂ ਹੈਗਾ ਉਹਨਾਂ ਨੇ ਮੇਰੇ ਤੇ ਪਹਿਲਾ ਪਰਚਾ ਫਿਰ ਸਾਡੇ ਤੇ ਗ੍ਰੋਹ ਬੰਦੀ ਦਾ ਪਾਇਆ ਵੈਪਨ ਪਾਇਆ ਮੇਰੇ ਅਸਲ ਗੱਡੀ ਤੇ ਪਰਚਾ ਪਾਇਆ ਮੈਂ ਉਹਦੇ ਵਿੱਚ ਸਟਾਰਟਿੰਗ ਚ 2016 ਚ 3 ਮਹੀਨੇ ਜੇਲ੍ਹ ਕੱਟੀ। ਅੱਛਾ ਤੇ ਉਸ ਤੋਂ ਬਾਅਦ ਫਿਰ ਜਦੋਂ ਕਹਿੰਦੇ ਹੁੰਦੇ ਆਈ ਵੀ ਜਿਹੜੇ ਕੰਮ ਦਾ ਆਪਾਂ ਨੂੰ ਭੇਤ ਨਾ ਹੋਵੇ। ਡਰ ਉਦੋਂ ਹੀ ਲੱਗਦਾ। ਹੂੰ। ਗੈਂਗਸਟਰ ਜਿਹੜਾ ਬੰਦਾ ਨਾ ਗੈਂਗਸਟਰ ਐ ਬਣਦਾ ਜਾਂ ਤਾਂ ਜ਼ਿਆਦਾ ਬੰਦਾ ਪਰਿਵਾਰ ਲਈ ਸੋਚਣ ਲੱਗ ਜੇ ਮਗਰ ਡਰਦਾ ਵੀ ਇਹ ਲਾਈਨ 'ਚ ਜਾਣਾ ਨਹੀਂ। ਜਾਂ ਫਿਰ ਉਹ ਬਣਦਾ ਜਿਹੜਾ ਸਾਰਾ ਕੁਝ ਵੇਖਿਆ ਹੁੰਦਾ। ਵੀ ਕੋਈ ਚੱਕਰ ਨਹੀਂ ਯਾਰ ਇੱਥੋਂ ਆਈ ਇੰਨੀ ਕੁ ਕੁੱਟ ਪੈਂਦੀ ਆ। ਆਏ ਜੇਲ੍ਹ ਕੱਟਣੀ ਆ। ਕੁਝ ਮੈਂ ਕਹਿ ਸਕਦਾ ਵੀ ਕੁਝ ਕਾਰਨ ਹੈਗੇ ਆਪਣੇ ਪੁਲਿਸ ਦੇ ਵੀ ਹੂੰ ਵੇ ਮੁੰਡਿਆਂ ਨੂੰ ਇਸ ਲਾਈਨ ਅਲ ਕਿਉਂਕਿ ਬਹੁਤੀਆਂ ਕਹਾਣੀਆਂ ਜਿੰਨੀਆਂ ਵੀ ਅਸੀਂ ਸੁਣੀ ਹੈ ਹਰ ਕਿਸੇ ਦੀ ਕਹਾਣੀ ਸ਼ੁਰੂਆਤ ਇਸੇ ਤੋਂ ਹੀ ਹੁੰਦੀ ਹੈ ਕਿ ਝੂਠਾ ਪਰਚਾ ਹੀ ਜਿਹੜਾ ਹੈਗਾ ਉਹ ਪਾਇਆ ਜਾਂਦਾ ਹਾਂਜੀ 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 ਹੁਣ ਜਿਵੇਂ ਕਹਿਣ ਦਾ ਮਤਲਬ ਆਹੀ ਆ ਹੁਣ ਆਪਾਂ ਸੁਣ ਲੋ ਵੀ ਆਹ ਸਿੱਧੂ ਮੂਸੇ ਵਾਲਾ ਸੀਗਾ ਮੁੰਡਾ ਮੰਨਾ ਜਿਹੜਾ ਉਹ ਸਾਡੇ ਮੁਗੇ ਜ਼ਿਲ੍ਹੇ ਦਾ ਹੀ ਆ ਨੇੜੇ ਹੀ ਆ ਪਿੰਡ ਕੁੱਸਾ ਉਹਦਾ ਹੂੰ ਹੂੰ ਤੇ ਉਹ ਕਹਿ ਰਿਹਾ ਹੁਣ ਉਹ ਇੱਕ ਮਾਤਾ ਪਿਤਾ ਕਹਿ ਰਿਹਾ ਤੁਸੀਂ ਸੁਣਿਆ ਹੋਊਗਾ ਇੰਟਰਵਿਊ ਕੀਤੀ ਹੋਊਗੀ ਵੀ ਸਾਡੇ ਮੁੰਡੇ ਤੇ ਵੀ ਇੱਕ ਪਰਚਾ ਪੈ ਗਿਆ ਉਸ ਤੋਂ ਬਾਅਦ ਜਿੱਥੋਂ ਦਾਦਾ ਵੀ ਜਿਹੜਾ ਨਾ ਵੀ ਆਪਣਾ ਬੰਦਾ ਨਿਕਲਣਾ ਵੀ ਚਾਹਵੇ ਨਾ ਇਹ ਲਾਈਨ ਚੋਂ ਹੂੰ 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 ਕਾਫੀ ਹੱਦ ਤੱਕ ਰੋਲ ਰਹਿੰਦਾ ਪੁਲਿਸ ਦਾ ਜਿਹੜਾ ਨਹੀਂ ਨਿਕਲ ਦਿੰਦੀ ਕਿਉਂਕਿ ਹੁਣ ਮੰਨ ਕੇ ਚੱਲੋ ਹੀ ਹੁਣ ਮੇਰੇ ਤੇ ਇੱਕ ਪਰਚਾ ਦੋ ਪਰਚੇ ਮੇਰੇ ਤੇ ਨੱਕੇ ਪਾਤੇ ਹੂੰ ਤੇ ਮੈਂ ਸੋਚਣਾ ਯਾਰ ਇੱਕ ਤੇ ਵੀ ਜਾਣਾ ਤਰੀਕ ਤੇ ਤੇ ਦੋਹਾਂ ਤੇ ਫੇਰ ਜਾਈ ਜਾਊਂਗਾ ਤੇ ਇਹਦੋਂ ਦਾ ਕੋਈ ਪੁੱਠਾ ਸਿੱਧਾ ਕੰਮ ਹੀ ਕਰ ਲਓ ਇਹ ਵੀ ਕਾਰਨ ਹੋ ਜਾਂਦੇ ਆ ਜੀ ਤਦ ਕਿਵੇਂ ਉੱਥੇ ਜਦੋਂ ਤੁਸੀਂ ਇਹਨਾਂ ਨੂੰ ਹਾਲਾਕਿ ਤੁਹਾਨੂੰ ਫੋਨ ਆਉਂਦਾ ਹੈ ਕਿ ਸਾਨੂੰ ਲੈਣ ਵਾਸਤੇ ਆ ਜਾਓ ਪਰ ਤੁਹਾਨੂੰ ਫਸਾ ਲਿੱਤਾ ਜਾਂਦਾ ਔਰ ਪਰਚਾ ਪਾ ਦਿੱਤਾ ਜਾਂਦਾ ਹੈ ਹਾਂਜੀ ਤੇ ਫਿਰ ਕਿਹੜੀ ਜੇਲ੍ਹ ਭੇਜਦੇ ਨੇ ਬਠਿੰਡੇ ਹੀ ਬਠਿੰਡੇ ਜੇਲ੍ਹ ਹਾਂਜੀ ਤੇ ਅੰਦਰ ਵੀ ਉੱਥੇ ਵੀ ਫਿਰ ਇਹੋ ਜਿਹੇ ਲੋਕਾਂ ਨਾਲ ਮੁਲਾਕਾਤ ਹਾਂ ਸਭ ਨਾਲ ਮੁਲਾਕਾਤ ਹੋਈ ਜੀ ਫਿਰ ਮੈਨੂੰ ਬਾਅਦ ਚੋਂ ਜਦੋਂ ਹੁਣ ਮੈਂ ਤਰੀਕ ਤੇ ਜਾਣਾ ਮੈਨੂੰ ਕਹਿ ਦੇਣਾ ਤੇਰੇ ਗੈਂਗਸਟਰ ਨਾਲ ਲਿੰਕ ਆ ਇਦਾਂ ਇਦਾਂ ਤਾਂ ਮੈਂ ਫਿਰ ਇਹੀ ਜਵਾਬ ਦਿੰਦਾ ਕਿ ਗੈਂਗਸਟਰ ਨਾਲ ਲਿੰਕ ਭਾਈ ਬਣਾਏ ਵੀ ਤੁਸੀਂ ਹੂੰ ਕਿ ਤੁਸੀਂ ਬਣਾਇਆ ਲਿੰਕ ਹੂੰ ਹੁਣ ਇਥੇ ਆਪਣਾ ਇਥੇ ਦਫਤਰ ਦੇ ਵਿੱਚ ਜੀ ਜਿਹੜੇ ਆਪਾਂ ਨੂੰ ਸਾਰੇ ਪੱਤਰਕਾਰ ਹੀ ਮਿਲਣਗੇ ਤੇ ਹੁਣ ਜੇਲ੍ਹ ਚ ਤਾਂ ਸਾਰੇ ਕ੍ਰਿਮੀਨਲ ਹੀ ਮਿਲਨੇ ਆਪਾਂ ਨੂੰ ਉਹੋ ਜੀ ਰਹੀ ਦੇਣੀ ਆ ਕਿਸੇ ਨੇ ਪੁੱਠੀ ਸਿੱਧੀ ਦੇਣੀ ਆ ਕਿਸੇ ਨੇ ਕਹਿਓ ਜੀ ਦੇਣੀ ਆ ਜਿਹੋ ਜੇ ਮਾਹੌਲ ਚ ਚਲੇ ਜਾਵਾਂਗੇ ਫਿਰ ਉਦੋਂ ਦੀ ਬਣ ਜਾਣਾ ਤਾਂ ਗਿਲ ਤੁਹਾਡੇ ਉਹ 3 ਮਹੀਨੇ ਜੇਲ੍ਹ ਦੇ ਕੇ ਉਹ ਜਿਹੜੇ ਕੀ ਕੁਝ ਤੁਹਾਨੂੰ ਫੇਸ ਕਰਨਾ ਪਿਆ ਜ਼ਿੰਦਗੀ ਦੇ ਵਿੱਚ ਬਦਲਾਅ ਆਇਆ ਜਾਂ ਫਿਰ ਜ਼ਿੰਦਗੀ ਤੁਹਾਨੂੰ ਲੱਗਦਾ ਕੋਈ ਸੁਧਰੀ ਤੁਸੀਂ ਉਸ ਤੋਂ ਬਾਅਦ ਕੁਝ ਸਬਕ ਲਿੱਤਾ ਉਸ ਤੋਂ ਉਦੋਂ ਬਾਅਦ ਜੀ ਕੀ ਹੋਇਆ ਬਈ 3 ਮਹੀਨੇ ਜਿਹੜੇ ਮੈਂ ਜੇਲ੍ਹ ਕੱਟੀ ਆ ਮੈਂ ਤਾਂ ਨਰਕ ਭਰੀ ਕੱਟੀ ਆਈ ਕਿਉਂਕਿ 22 ਮਹਾ 22 ਨਵੰਬਰ ਨੂੰ ਮੈਂ ਜੇਲ੍ਹ ਗਿਆ ਸੀ 2015 ਨੂੰ ਤੇ 25 ਨਵੰਬਰ ਨੂੰ ਜੇਲ੍ਹ 'ਚ ਲੜਾਈ ਹੋ ਜਾਂਦੀ ਆ ਬਹੁਤ ਵੱਡੀ ਅੱਛਾ ਤੇ ਮੈਨੂੰ ਲੱਗਾ 27 ਨਵੰਬਰ ਨੂੰ ਜੇਲ੍ਹ ਬ੍ਰੇਕ ਹੋ ਜਾਂਦੀ ਆ ਨਾਬਾ ਜੇਲ੍ਹ ਬ੍ਰੇਕ ਹਾਂ ਪਿਆ ਤੁਸ ਜੀ ਉਸ ਵੀ ਲੈ ਗਿਆ ਹਾਂ ਉਸ ਵੀ ਲੈ ਗਿਆ ਸੀ ਗਈ ਤੇ 25 ਨੂੰ ਉਹ ਲੜਾਈ ਕਿੰਨਾ ਦੀ ਸੀ 25 ਨੂੰ ਲੜਾਈ ਉੱਥੇ ਜੇਲ੍ਹ ਦੇ ਮੁੰਡੇ ਹੀ ਸੀਗੇ ਉਹ ਡੀਜੀਪੀ ਦੌਰਾ ਕਰਨ ਆਇਆ ਹੀ ਮੇਲਾ ਦਾ ਉੱਥੇ ਅੱਛਾ ਜੇਲ੍ਹ ਦਾ ਖੇਡਾਂ ਖੂਡਾਂ ਸੀਗੀਆਂ ਹੀ ਉੱਥੇ ਮੁੰਡੇ ਆਸਮੇਂ ਲੜਦੇ ਸੀਗੇ ਤੇ ਉਸ ਤੋਂ ਬਾਅਦ ਕਾਫੀ ਵੱਡੀ ਲੜਾਈ ਹੋ ਗਈ ਸੀਗੀ ਉਹ ਟੁੱਲੂ ਕਹਿ ਦਿੰਦੇ ਉੱਥੇ ਅੰਦਰ ਟੁੱਲੂ ਹੋ ਗਿਆ ਸੀ ਫਿਰ ਹਾਤਾਬੰਦੀ ਕਰੀ ਰੱਖੀ ਉਹਨਾਂ ਨੇ ਘੇਰਲਾ ਬੰਦੀ ਵੀ ਕਹਿ ਦਿੰਦੇ ਉਹਨੂੰ ਵੀ ਹਾਤਾਬੰਦੀ ਦਾ ਹਾਤਾਬੰਦ ਕਰਨਾ ਘੇਰਲਾ ਬੰਦੀ ਉਹ ਜਿਹੜੀ ਬੈਰ ਕੁੰਦੀ ਹੈ ਉਹਨੂੰ ਵੀ ਨਹੀਂ ਖੋਲਣਾ ਤੇ ਉਹ ਕਰੀ ਰੱਖੀ ਤੇ 27 ਨੂੰ ਫਿਰ ਉਸ ਤੋਂ ਬਾਅਦ ਜੇਲ੍ਹਾਂ ਦਾ ਮਾਹੌਲ ਤੁਹਾਨੂੰ ਪਤਾ ਹੀ ਆ ਜੋ ਜੇਲ੍ਹ ਬ੍ਰੇਕ ਹੋਈ ਬਹੁਤ ਜ਼ਿਆਦਾ ਸਖਤਾਈ ਹੋ ਗਈ ਸੀ ਉਸ ਤੋਂ ਬਾਅਦ ਤਾਂ ਕੋਈ ਹਾਲ ਹੀ ਨਹੀਂ ਰਿਹਾ ਫਿਰ ਫਿਰ ਜ਼ਮਾਨਤੋਈ ਵਰ ਬਾਹਰ ਆਏ ਫਿਰ ਕਰਦੇ ਕਰਾਉਂਦੇ ਪਰ ਬਹੁਤ ਕੁਝ ਜੁੜ ਜਾਂਦਾ ਹੀ ਜੇਲ੍ਹਾਂ ਵਾਲੇ ਬੰਦੇ ਵੀ ਜੁੜ ਜਾਂਦੇ ਆ ਨਾਲ ਫਿਰ ਇਹ ਚੀਜ਼ਾਂ ਕਹਿੰਦੀਆਂ ਪੈਂਦੀਆਂ ਵੀ ਕੁਝ ਕੋਈ ਕਿਵੇਂ ਕਹਿੰਦਾ ਕੋਈ ਕਿਵੇਂ ਕਹਿੰਦਾ ਜਿਹੜੇ ਬੰਦੇ ਆਪਣੇ ਕੰਮ ਆਏ ਹੁੰਦੇ ਆ ਆਪਾਂ ਨੂੰ ਉਹਨਾਂ ਦੇ ਕੰਮ ਆਉਣਾ ਪੈਂਦਾ ਇਹ ਸਾਰਾ ਸਿਸਟਮ ਰਲ ਜਾਂਦਾ ਹੀ ਤੇ ਫਿਰ ਕਿਵੇਂ ਜਦੋਂ ਜ਼ਮਾਨਤ ਦੇ ਉੱਤੇ ਬਾਹਰ ਆਉਂਦੇ ਹੋ ਉਸ ਤੋਂ ਬਾਅਦ ਕੀ ਸੋਚਦੇ ਹੂੰ ਕਿ ਅੱਗੇ ਕੀ ਕਰਨਾ ਏ ਜ਼ਿੰਦਗੀ ਦੇ ਵਿੱਚ ਉਦੋਂ ਬਾਅਦ ਤਾਂ ਇਹੀ ਸੋਚਦਿਆਂ ਹੀ ਵੀ ਆਪਾਂ ਵੀ ਵਧੀਆ ਨਾਰਮਲ ਕੀ ਰਾਂ ਤਾਂ ਬੰਦਾ ਇੰਨਾ ਹਾਰਟ ਹੁੰਦਾ ਵੀ ਯਾਰ ਆਪਾਂ ਦੋ ਟਾਈਮ ਦੀ ਨਾ ਰੁੱਖੀ ਮਿੱਸੀ ਰੋਟੀ ਖਾ ਲਾਂਗੇ ਕੋਈ ਚੋ ਚੰਗਾ ਮਾੜਾ ਕੰਮ ਨਹੀਂ ਕਰਨਾ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਫਿਰ ਜਿਵੇਂ 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 ਸਮਾਂ ਪੈਂਦਾ ਜਾਂਦਾ ਫਿਰ ਆਪਣਾ ਦਿਮਾਗ ਇਹ ਸੋਚਦਾ ਯਾਰ ਕੀ ਹੋ ਜੂ ਵੀ ਕੀ ਹੋ ਜੂ ਜਦੋਂ ਨੱਕੇ ਆਪਾਂ ਜਦੋਂ ਕੋਈ ਆਪਣਾ ਕਸੂਰ ਨਹੀਂ ਸੀ ਉਦੋਂ ਵੀ ਕਟਿਆ ਏ ਤੇ ਹੁਣ ਤਾਂ ਇਦੋਂ ਫਿਰ ਕੋਈ ਨਾ ਕੋਈ ਕਰ ਹੀ ਲੋ ਫਿਰ ਇਹ ਚੀਜ਼ਾਂ ਸੋਚਣ ਲੱਗ ਜਾਂਦਾ ਸੀ ਫਿਰ ਅੱਗੇ ਕੀ ਕੀਤਾ ਤੁਸੀਂ ਫਿਰ ਆਹ ਮਾੜੀਆਂ-ਮੋਟੀਆਂ ਫਿਰ ਵੀ ਲੜਾਈਆਂ ਝਗੜੇ ਚੱਲਦੇ ਰਹੇ ਹੋਰ ਪਰਚੇ ਪੈਂਦੇ ਰਹੇ ਫਿਰ ਸਸ ਤੋਂ ਉਦੋਂ ਉਮਰ ਕਿੰਨੀ ਹੋ ਰਹੀ ਹੋ ਗਈ ਸੀ ਤੁਹਾਡੀ ਉਦੋਂ ਉਮਰ 2016 ਤੋਂ ਮੇਰਾ 95 ਦਾ ਬਰਥ ਹੈ ਅੱਛਾ ਤੇ ਆਪਾਂ ਅੱਜ 22 ਚੱਲ ਰਿਹਾ ਤੁਸੀਂ 17-17 18 ਸਾਲਾਂ ਦੇ ਹਾਂ ਇੰਨੇ ਕ ਹੋਊਗਾ ਜੀ ਹਾਂ ਇੰਨੀ ਕੁ ਮਰਸੀ ਹੋ ਗਈ 18 ਸਾਲ ਦੀ ਉਮਰ ਦੇ ਵਿੱਚ ਇਕ ਨੌਜਵਾਨ ਜੇਲ੍ਹ ਕੱਟ ਆਉਂਦਾ ਹੈ ਹਾਂਜੀ ਹਾਂਜੀ ਉਹ ਹਾਰਡ ਟਾਈਮ ਦੇਖਿਆ ਹੁੰਦਾ ਹੈ ਹਾਂਜੀ ਬਾਹਰ ਆਉਂਦਾ ਹੈ ਬਾਹਰ ਆ ਕੇ ਫੇਰ ਕੀ ਅੱਗੇ ਫੇਰ ਉਸੀ ਚੀਜ਼ ਬਾਹਰ ਆ ਕੇ ਮੇਰੇ ਦਿਮਾਗ ਦੇ ਵਿੱਚ ਕੋਈ ਐਦਾਂ ਤਾਂ ਤਾਂ ਹੁੰਦਾ ਹੀ ਨਹੀਂ ਸੀਗਾ ਜਿਹੜਾ ਹੁਣ ਕਲਾਕਾਰੀ ਵਾਲੀ ਮੇਰੀ ਲਾਈਨ ਹੀ ਨਹੀਂ ਸੀ ਹੂੰ ਇਹ ਤਾਂ ਪ੍ਰਮਾਤਮਾ ਨੇ ਆਪ ਹੀ ਬਾਹ ਫੜ ਕੇ ਕੱਢਣ ਵਾਲਾ ਕੰਮ ਕਹਿ ਲਓ ਹੂੰ ਮੇਰੀ ਕੋਈ ਐਦਾਂ ਦੀ ਲਾਈਨ ਨਹੀਂ ਘਰ ਦੇ ਵੀ ਛੱਡ ਦਿੰਦੇ ਆ ਜੀ ਹੂੰ ਮੇਰੇ ਬਾਪੂ ਨੇ ਘਰੋਂ ਆ ਮੈਨੂੰ ਹਜੇ ਵੀ ਹਾਲਾਤ ਜ਼ਿਆਦਾ ਵੀ ਘਰੋਂ ਕਹਿ ਕੇ ਕੱਢਤਾ ਈ ਅਰ ਜਾ ਜਿੱਥੇ ਮਰਜੀ ਜਾ ਹੂੰ ਵੀ ਕੋਈ ਪ੍ਰਵਾਹ ਨਹੀਂ ਕਾਚਾ ਲੈ ਜਾ ਉਹਦਾ ਜਿਹੜਾ ਕੋ ਲੈ ਕੇ ਜਾਣਾ ਜੋ ਸੁਧਰਨਾ ਹੀ ਨਹੀਂ ਤੂੰ ਹੂੰ ਹੂੰ ਤੇ ਫਿਰ ਆਈਂ ਕੱਟਣਾ ਪੈਂਦਾ ਯਾਰਾਂ ਦੋਸਤਾਂ ਕੋਲੇ ਕਦੇ ਕਿਹਦੇ ਕੋਲੇ ਕਦੇ ਕਿਹਦੇ ਕੋਲੇ ਫਿਰ ਬੰਦਾ ਵਾਦਾ ਵਾਦਾ ਵਾਜ ਜਾਂਦਾ ਹੌਲੀ ਹੌਲੀ ਕਿਤੇ ਨਾ ਕਿਤੇ ਜਾ ਕੇ ਹੀ ਹਾਲਾਤ ਜਿਵੇਂ ਸਮਾਂ ਬਦਲਦਾ ਜੀ ਉਵੇਂ ਉਵੇਂ ਫਿਰ ਚੇਂਜ ਹੁੰਦੇ ਜਾਂਦੇ ਆ ਤਾਂ ਕਦੋਂ ਟਰਨ ਕਦੋਂ ਜ਼ਿੰਦਗੀ ਦੇ ਵਿੱਚ ਆਉਂਦਾ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਕਜੇ ਹਟਾ ਦਾ ਨਾ ਹੁੰਦਾ ਜਿਹੜੀ ਉਹ ਜ਼ਿੰਦਗੀ ਨੂੰ ਬਦਲ ਦਿੰਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਫਿਰ ਉਹ ਟਰਨ ਕਦੋਂ ਆਇਆ ਕਿਵੇਂ ਤੁਸੀਂ ਇਸ ਲਾਈਨ ਦੇ ਵਿੱਚ ਆਏ ਔਰ جیل ਤੋਂ ਬਾਅਦ ਤਾਂ ਥੋੜਾ ਅੱਗੇ ਦਾ ਸਫ਼ਰ ਕੀ ਲੈਂਦਾ ਅੱਗੇ ਦਾ ਸਫ਼ਰ ਇਹ ਮੇਰਾ ਆਇਆ ਸੀ ਫਿਰ ਮੈਂ ਨਾ ਹੋਰ ਵੀ ਕੋਈ ਪਰਚੇ ਪਏ ਉਸ ਤੋਂ ਬਾਅਦ ਪਰਚੇ ਤਾਂ ਮੇਰੇ ਤੇ ਸੀਗੇ ਹੁਣ ਤੱਕ ਕਲੀਅਰ ਹੁਣ ਤਾਂ ਮੇਰੇ ਤੇ ਇੱਕ ਪਰਚਾ ਹੀ ਆਈ ਹੁਣ ਮੇਰੇ ਤੇ ਇੱਕ ਪਰਚਾ ਆਹਾ ਬਾਕੀ ਪਰਚੇ ਸੀਗੇ ਮੇਰੇ ਤੇ ਉਹ ਸਾਰੇ ਵੀ ਕਹਿਣ ਦਾ ਮਤਲਬ ਉਹ ਕਲੀਅਰ ਹੋ ਗਏ ਇੱਕ ਬਾਗੇਪਰਾਏ ਥਾਣੇ ਦਾ ਪਰਚਾ ਸੀ ਉਹ ਉਹਦਾ ਵੀ ਮੇਰੇ ਤੇ ਹੋ ਗਿਆ ਸੀਗਾ ਰਾਜੀਨਾਮਾ ਹੋ ਗਿਆ ਹੀ ਸਾਡਾ ਹੋਰ ਬਠਿੰਡੇ ਦੇ ਪਰਚੇ ਸੀ ਉਹ ਵੀ ਕਲੀਅਰ ਹੋ ਗਏ ਹੁਣ ਤਾਂ ਇੱਕ ਪਰਚਾ ਰਹਿ ਗਿਆ ਹੀ ਪਰਚੇ ਦੇ ਵਿੱਚ ਆਹੀ ਰਹਿ ਗਿਆ ਇਹ ਜਿਹੜਾ ਪਹਿਲਾ ਪਰਚਾ ਸੀ ਸਟਾਰਟਿੰਗ ਵਾਲਾ ਹੂੰ ਹੂੰ 2015 16 ਵਾਲਾ ਇਹੀ ਪਰਚਾ ਰਹਿ ਗਿਆ ਹੁਣ ਇਹ ਵੀ ਲੌਕਡਾਊਨ ਦਾ ਇਹਦੇ ਵਿੱਚ ਗਵਾਈਆਂ ਵੀ ਹੱਕ ਚ ਆ ਵੇਹੇ ਤੁਹਾਡੇ ਹੂੰ ਹੂੰ ਸਾਰਿਆਂ ਦੇ ਤੇ ਤਾਂ ਹੀ ਗੀਤ ਵੀ ਤੁਸੀਂ ਪਰਚਾ ਕੱਢਿਆ ਉਹ ਪਰਚਾ ਵਾਸੀ ਤਾਂ ਹੀ ਮੈਂ ਜ਼ਰੂਰ ਤੇ ਵੀ ਗੱਲਬਾਤ ਕਰੂੰਗਾ ਪਰ ਪਹਿਲਾਂ ਤੁਹਾਡੀ ਜ਼ਿੰਦਗੀ ਬਾਰੇ ਲੋਕਾਂ ਨੂੰ ਦੱਸਣਾ ਜ਼ਰੂਰ ਵੀ ਅਸੀਂ ਅਹਿਮ ਸਮਝਾਂਗੇ ਤਾਂ ਫਿਰ ਜਿਵੇਂ ਤੁਸੀਂ ਦੱਸ ਰਹੇ ਸੀ ਪਰਚੇ ਹੋਏ ਹਾਂਜੀ ਤੇ ਇਹ ਪਰਚਾ ਹੁਣ ਰਹਿ ਗਿਆ ਇਕੱਲਾ ਫਿਰ ਮੈਨਾਂ ਹੀ ਜਿੰਦਗੀ ਦੇ ਵਿੱਚ ਥੋੜਾ ਜਿਹਾ ਜਿੱਦਾਂ ਇਹ ਕਹਿੰਦਾ ਮਤਲਬ ਠਹਿਰਾ ਆਇਆ ਫਿਰ ਮੈਂ ਥੋੜਾ ਟਾਈਮ ਜਦੋਂ ਇੱਥੇ ਜਿਆਦਾ ਮਾਹੌਲ ਜਾਂ ਸਿਸਟਮ ਜਾਂ ਵਿਗੜਨ ਲੱਗ ਗਿਆ ਪਰਚਿਆਂ ਪੁਰਚਿਆਂ ਦੇ ਤੇ ਹੋਰ ਮੈਨੂੰ ਆਪ ਨੂੰ ਥੋੜਾ ਥੋੜਾ ਫੀਲ ਹੋਣ ਲੱਗਿਆ ਮੈਂ ਕਿ ਯਾਰ ਵੀ ਗਲਤ ਹੋ ਗਿਆ ਹੁਣ ਤਾਂ ਕਰਦੇ ਵੀ ਨਹੀਂ ਸਾਹਮਦੇ ਵੀ ਕੋਈ ਲਾਈਨ ਬੈਠੇ ਨੇ ਕਦੇ ਆਏ ਸੋਚਣਾ ਵੀ ਹਰੇਕ ਬੰਦੇ ਦਾ ਇੱਕ ਏਮ ਹੁੰਦਾ ਯਾਰ ਮੈਂ ਆ ਕਰਨਾ ਕਿਸੇ ਵੀ ਲਾਈਨ ਚ ਲਾ ਲੋ ਤੇ ਮੈਂ ਆ ਆਪਣਾ ਕੋਈ ਏਮ ਹੀ ਹੈ ਨਹੀਂ ਕੋਈ ਰਾਹ ਹੀ ਹੈ ਨਹੀਂ ਕਿ ਕਿੱਧਰ ਨੂੰ ਚੱਲੀ ਮੈਂ ਸ਼ਾਂਤੀ ਲਈ ਥੋੜਾ ਟਾਈਮ ਜੀ ਇੱਥੇ ਰਹਿੰਦੇ ਇੱਥੇ ਫਿਰ ਸਰਕਲ ਉਦਾਂ ਦਾ ਸੀਗਾ ਜੀ ਤੇ ਜਾਲ ਜਾਲ ਦੇ ਵਿੱਚੋਂ ਨਿਕਲਣਾ ਔਖਾ ਹੁੰਦਾ ਬਹੁਤ ਔਖਾ ਹੀ ਮੈਂ ਕਹਿੰਦਾ ਔਖਾ ਕਿਹਾ ਤਾਂ ਕੀ ਕਿਹਾ ਜੀ ਬਹੁਤ ਹੀ ਔਖਾ ਬਾਰ 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 ਕੀ ਹੁਣ ਮੰਨ ਕੇ ਚੱਲੋ ਹੀ ਹੁਣ ਜੇ ਮੇ ਮੇ ਕਿਸੇ ਤੋਂ ਕੋਈ ਵੀ ਗੁਣ ਲਿਆ ਕੋਈ ਮੇਰੇ ਕੰਮ ਆਇਆ ਜੇ ਮੇਰੀਆਂ 10 ਰਾਤਾਂ ਹੀ ਕਟਾਈਆਂ ਕਿਹਨੇ ਕੱਲ ਨੂੰ ਉਹਦੇ ਤੇ ਵਿਵਪਤਾ ਪੈ ਗਈ ਉਹਨੇ ਕਹਿਣਾ ਗੱਲ ਵੀ ਐਂ ਕਰਕੇ ਆ ਬਾਈ ਜਾ ਕੇ ਤੇ ਮੈਂ ਨਾ ਕਰਕੇ ਆਉਂਗਾ ਮੇਰੇ ਦਿਮਾਗ ਚ 100 ਗੱਲਾਂ ਚੱਲਣੀਆਂ ਯਾਰ ਇਹ ਆਏ ਨਾ ਕਹਿਦੇ ਆਏ ਨਾ ਕਹਿਦੇ ਤੇ ਆਪਦੀ ਉਹ ਈਗੋ ਤੇ ਆ ਜਾਂਦਾ ਯਾਰ ਲੋਕ ਕੀ ਆਏ ਨੇ ਕਹਿ ਦੇ ਤੂੰ ਬੇਕਾਰ ਹੋ ਗਿਆ ਤੂੰ ਆਏ ਹੋ ਗਿਆ ਜੇ ਹੋ ਗਿਆ ਇਹ ਚੀਜ਼ਾਂ ਹੁੰਦੀਆਂ ਸਾਰੀਆਂ ਅਹਿਸਾਨ ਦੇ ਥੱਲੇ ਬੰਦਾ ਹਾਂ ਅਹਿਸਾਨ ਦੇ ਥੱਲੇ ਥੱਲੇ ਦਬਦਾ ਰਹਿੰਦਾ ਦਬਦਾ ਰਹਿੰਦਾ ਉਹ ਨਿਕਲਿਆ ਨਹੀਂ ਜਾਂਦਾ ਫਿਰ ਹਮਮ ਇੱਕ ਪ੍ਰਮਾਤਮਾ ਦਾ ਸ਼ੁਕਰ ਇਹ ਰਿਹਾ ਵੀ ਮੈਂ ਨਸ਼ੇ ਪੱਤੇ ਤੋਂ ਬਚਿਆ ਰਹੀ ਸਾਰੇ ਪਾਸੇ ਵੀ ਨਸ਼ੇ ਪੱਤੇ ਤੋਂ ਬਚ ਗਿਆ ਜ਼ਿਆਦਾਤਰ ਵੇ ਕਹਿੰਦਾ ਮਤਲਬ ਇਹ ਲਾਈਨ ਦੇ ਵਿੱਚ ਨਾ ਬੰਦਾ ਨਸ਼ਾ ਖਤਮ ਕਰ ਦਿੰਦਾ ਵੱਡੇ ਵੱਡੇ ਬੰਦਿਆਂ ਨੂੰ ਇਹਦੀ ਫੈਕਟਰ ਹੈਗਾ ਕਿ ਜੇਲ੍ਹਾਂ ਜਾ ਕੇ ਔਰ ਜੇ ਤੁਸੀਂ ਗੈਂਗਸਟਰ ਵਾਲੇ ਕਲਚਰ ਦੇ ਵਿੱਚ ਆ ਗਿਆ ਤਾਂ ਨਸ਼ਾ ਇੱਕ ਤੁਹਾਡੇ ਨਾਲ ਆਪਣੇ ਆਪ ਜੁੜ ਜਾਂਦਾ ਹਾਂ ਨਹੀਂ ਬਹੁਤ ਮੁੰਡੇ ਕਰਦੇ ਵੇਖਿਆ ਇਹ ਅੰਦਰ ਬਹੁਤ ਕਰਦੇ ਵੇਖਿਆ ਕਿਉਂਕਿ ਉਹ ਵੀ ਹੁਣ ਵਿਚਾਰੇ ਕੀ ਕਰਨ ਜੇਲ੍ਹਾਂ ਆਏ ਥੋੜੀ ਜਿਹੀ ਵੀ ਜੇਲ੍ਹ ਦੇ ਵਿੱਚ ਕੋਈ ਆਪਾਂ ਨੂੰ ਵੀ ਕੀ ਕਹਿੰਦਾ ਮਤਲਬ ਕੋਈ ਤਕਲੀਫ ਆ ਜਾਂ ਉਹ ਕੁੱਟਦੇ ਆ ਜਾਂ ਮਾਰਦੇ ਆ ਜੇਲ੍ਹ ਦੇ ਵਿੱਚ ਤਾਂ ਮੈਂਟਲੀ ਤੌਰ ਤੇ ਬੰਦਾ ਖਤਮ ਹੁੰਦਾ ਕਰਦਿਆਂ ਦੀ ਯਾਦ ਆਉਣੀ ਵੀ ਮੈਂ ਇੰਨਾ ਟਾਈਮ ਹੋ ਗਿਆ ਇੱਥੋਂ ਕਿਵੇਂ ਨਿਕਲੂਗਾ ਫਿਰ ਦਿਮਾਗ ਨੂੰ ਸੈੱਟ ਕਰਨ ਲਈ ਤਾਂ ਫਿਰ ਨਸ਼ੇ ਦੀ ਵਰਤੋਂ ਹੀ ਚਾਹੀਦੀ ਹੈ ਤੇ ਉਂ ਜੇਲ੍ਹ ਦੇ ਵਿੱਚ ਸਾਰਾ ਕੁਝ ਹੈ ਇਕੱਲੇ ਬੰਦੇ ਨੂੰ ਇੱਕ ਪੱਖਾ ਦਿੱਤਾ ਹੋਇਆ ਰੋਟੀ ਪਾਣੀ ਚੱਜ ਦਾ ਮਿਲਦਾ ਸਾਰਾ ਕੁਝ ਮਿਲਦਾ ਉੱਥੇ ਕੀ ਨਹੀਂ ਮਿਲਦਾ ਸਭ ਕੁਝ ਮਿਲਦਾ ਟੀਵੀ ਤੱਕ ਲੱਗੇ ਹੋਏ ਅੰਦਰ ਮਨੋਰੰਜਨ ਦਾ ਸਾਧਨ ਸਾਰਾ ਆਹ ਖੇਡਣ ਖੂਡਣ ਨੂੰ ਸਭ ਕੁਝ ਅੰਦਰ ਪਈ ਕਹਿੰਦੇ ਕਿ ਇਹ ਜੇਲ੍ਹਾਂ ਦੇ ਵਿੱਚੋਂ ਬਹਿ ਕੇ ਕੰਮਕਾਰ ਵਧੀਆ ਚੱਲੀ ਜਾਂਦੇ ਨੇ ਵਧੀਆ ਚੱਲੀ ਜਾਂਦੇ ਸਭ ਦੇ ਚੱਲੀ ਜਾਂਦੇ ਜਿਹੜੇ ਬੰਦੇ ਨੂੰ ਤਾਂ ਢੰਗ ਆ ਗਿਆ ਉਹਨੇ ਤਾਂ ਚਲਾਈ ਜਾਣਾ ਜਿਹੜਾ ਹੁਣ ਉਹ ਜਾਂ ਵਿਚਾਰਾ ਮਾਤੜ ਫਸ ਗਿਆ ਉਦੋਂ ਉਹ ਵੀ ਸੀਗੇ ਮੁੰਡੇ ਜਦੋਂ ਮੈਂ ਜੇਲ੍ਹ ਚ ਸੀ ਇੱਕ ਤੁਸੀਂ ਸੁਣਿਆ ਹੋਣਾ ਮੋੜ ਮੰਡੀ ਨੀ ਗੋਲੀ ਚੱਲੀ ਸੀ ਪੈਲਸ ਦੇ ਵਿੱਚ ਆਰਕੈਸਟਾ ਵਾਲੀ ਮਰ ਗਈ ਸੀ ਜੀ 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 ਉਹ ਜਿਹੜਾ ਚਲਾਉਣ ਵਾਲਾ ਸੀਗਾ ਨਾਲ ਉਹ ਤਾਂ ਸੀਗਾ ਮੁੰਡਾ ਯੰਗਏ ਦਾ ਹੀ ਸੀ ਜਿਹਦੀ ਉਹ ਗਨ ਸੀ ਉਹ ਬੰਦਾ ਖਣੀ ਐਮਸੀ ਹਮ ਸੀ ਸੀਗਾ ਕੋਈ ਉਹਦਾ ਬਹੁਤ ਬੁਰਾ ਹਾਲ ਸੀ ਅੰਦਰ ਵਿਚਾਰੇ ਨੂੰ ਮਸਾ ਸੰਭਿਆ ਕੀਤਾ ਫਿਰ ਹੌਲੀ ਹੌਲੀ ਬੰਦੇ ਨੂੰ ਆਪਣਾਉਣਾ ਪੈ ਜਾਂਦਾ ਸਾਰਾ ਕੁਝ ਉਦਾਂ ਦਾ ਹੀ ਟਾਈਮ ਪਾ ਕੇ ਸਾਰਾ ਕੁਝ ਹੋ ਜਾਂਦਾ ਪੇ ਤੁਸੀਂ ਕੀ ਸੋਚਿਆ ਕਿ ਮੈਂ ਇਥੋਂ ਦੀ ਬਾਹਰ ਨਿਕਲਦਾ ਹਾਂ ਹਾਂ ਆਪਾਂ ਬਾਹਰ ਨਿਕਲੇ ਹੀ ਆ ਕਰੀ ਉਦੋਂ ਬਾਅਦ ਕਾਫੀ ਟਾਈਮ ਲੱਗ ਗਿਆ ਸਾਨੂੰ ਕਰਦੇ ਕਰਾਉਂਦੇ ਸੈੱਟ ਹੁੰਦੇ ਫਿਰ ਮੈਂ ਨਾ ਜੈਪੁਰ ਮੂਵ ਹੋ ਗਿਆ ਸੀ ਅੱਛਾ ਥੋੜਾ ਟਾਈਮ ਬਈ ਮੈਂ ਇੱਥੇ ਵੀ ਜਾਂਦਾ ਹੀ ਵੱਧ ਤੋਂ ਵੱਧ ਮੈਂ ਚੰਡੀਗੜ੍ਹ ਆ ਜਾਂਦਾ ਹੀ ਚੰਡੀਗੜ੍ਹ ਨਾਲ ਨਾਲ ਤਾਂ ਮੇਰਾ 2010 ਤੋਂ ਹੀ ਰਿਹਾ ਹਾਂ ਇੱਥੇ ਹੀ ਮੈਂ ਸਟਾਰਟਿੰਗ ਸਟਾਰਟਿੰਗ ਦੇ ਵਿੱਚ ਜਿਵੇਂ ਘਰ ਦੇ ਕਹਿੰਦੇ ਵੀ ਮੇਰੇ ਬਾਪੂ ਸੀਗੇ ਵੀ ਉਹ ਜ਼ਿਆਦਾ ਉਹਨਾਂ ਨੂੰ ਆਏ ਹੈ ਨਹੀਂ ਸੀਗਾ ਵੀ ਬੜੇ ਕਹਿ ਦਿੰਨੇ ਜਿਵੇਂ ਉਹ ਚੀਜ਼ ਸੀ ਤੇ ਮੈਂ ਆਪਦੀ ਮਰਜ਼ੀ ਨਾਲ ਜਾਣਾ ਚਾਹੁੰਦਾ ਸੀਗਾ ਤੇ ਮੈਂ ਇੱਥੇ ਯਾਰ ਯਾਰਾਂ ਦੋਸਤਾਂ ਨਾਲ ਇੱਥੇ ਚੰਡੀਗੜ੍ਹ ਆ ਗਿਆ ਪਲੱਸ 2 ਤੋਂ ਬਾਅਦ ਜੋ ਚੰਡੀਗੜ੍ਹ ਆ ਗਿਆ ਤੇ ਇੱਥੇ ਕੋਈ ਕੰਮ ਤਾਂ ਹੈ ਨਹੀਂ ਸੀ ਫਿਰ ਉਦੋਂ ਥੋੜਾ ਮੇਰਾ ਸਰੀਰ ਮੈਨੂੰ ਜਿਮ ਦਾ ਬੜਾ ਸ਼ੌਕ ਹੁੰਦਾ ਸੀ ਅੱਛਾ ਮੈਂ 2009 ਤੋਂ ਜਿਮ ਲਾਉਣ ਲੱਗ ਗਿਆ ਸੀ ਤੇ ਮੈਨੂੰ ਸ਼ੌਂਕ-ਸ਼ੌਂਕ ਕਰਕੇ ਮੈਂ ਘਰੇ ਜਿਮ ਵੀ ਖੋਲੀ ਆ ਉਹਦੀ ਹੁਣ ਵੀ ਹੈਗੀ ਆ ਉਹ ਬੰਦ ਕੀਤੀ ਪਈ ਆ ਤੇ ਉਦੋਂ ਥੋੜਾ ਸਰੀਰ ਹੈਵੀ ਸੀ ਫਿਰ ਮੈਂ ਇੱਥੇ ਬੌਂਸਰ ਦੀ ਜੌਬ ਲਈ ਤੇ ਸਰਜੀਤ ਹੁੰਦਾ ਸੀਗਾ ਜਿਹਦੇ ਨਾਲ ਹੀ ਅਸੀਂ ਕੰਮ ਕਰਦੇ ਸੀ ਉਹਦੀ ਡੈਥ ਮਟਰ ਹੋ ਗਿਆ ਸੀ ਉਹਦਾ ਇੱਥੇ ਸ਼ਾਇਦ ਤੁਹਾਨੂੰ ਪਤਾ ਹੋਵੇ ਤੇ ਉਦੋਂ 300 ਰੁਪਏ ਦਿਹਾੜੀ ਮਿਲਦੀ ਸੀ ਸਾਨੂੰ ਅੱਛਾ ਰਾਤ-ਰਾਤ ਦੀ ਜਾਂ ਸੰਡੇ ਨੂੰ ਸਾਦੇ ਹੁੰਦੇ ਸੀ ਸਾਨੂੰ ਜਾਂ ਆ ਆਪਣਾ ਬੁੱਧਵਾਰ ਨੂੰ ਸ਼ੱਦ ਦੇ ਹੁੰਦੇ ਸੀਗੇ ਕੰਮ ਕੀ ਹੁੰਦਾ ਸੀ ਇਹ ਤੇ ਬਸ ਆ ਕਲੱਬਾਂ ਦੇ ਵਿੱਚ ਅੱਛਾ ਜਿਵੇਂ ਬੌਂਸਰ ਜਾਂਦੀ ਹੁੰਦੀ ਸੀ ਤੇ ਇਹ ਵੀ ਕੰਮ ਕੀਤਾ ਫਿਰ ਮੈਂ ਇੱਥੇ ਵਰਕਸ਼ਾਪ ਤੇ ਵੀ ਕੰਮ ਕੀਤਾ ਸਾਲ ਡੇਢ ਸਾਲ ਹੂੰ ਹੂੰ ਸਾਰ ਵੱਲੋਂ ਮੋਟਰ ਖਰੜ ਕੰਮ ਵੀ ਕਾਫੀ ਕੀਤਾ ਸੀ ਸਾਰਿਆ ਜ਼ਿੰਦਗੀ ਦਾ ਦੇਖਿਆ ਭਜ ਨੱਟ ਕੇ ਵੀ ਕੀ ਮੌਲ ਆ ਪੁੱਠੇ ਸਿੱਧੇ ਕੰਮਾਂ 'ਚ ਵੀ ਸਿੱਧਿਆਂ 'ਚ ਵੀ ਤੇ ਪੁੱਠਿਆਂ 'ਚ ਵੀ ਹੂੰ ਹੂੰ ਫਿਰ ਪ੍ਰਮਾਤਮਾ ਨੇ ਆਪ ਹੀ ਬਾਹ ਫੜ ਕੇ ਕੱਢਿਆ ਹੀ ਹਣ ਸੱਚੇ ਪਾਤਸ਼ਾਹ ਜੈਪੁਰ ਕ ਤੋਂ ਚਲੇ ਜਾਂਦੇ ਹਾਂ ਜੈਪੁਰ ਮੈਂ ਪਰਚੀਆਂ ਤੋਂ ਥੋੜਾ ਟਾਈਮ ਬਾਅਦ ਹੀ ਜੈਪੁਰ ਫਿਰ ਮੁੰਡੇ ਯਾਰ ਦੋਸਤੀਗੇ ਮੇਰੇ ਹੂੰ ਹੂੰ ਉਹਾਂ ਦੇ ਇੱਥੇ ਆ ਜਾ ਉੱਥੇ ਮੈਂ ਕੋਈ ਕੰਮ ਕਾਰ ਨਹੀਂ ਕੀਤਾ ਉੱਥੇ ਬਸ ਬਹਿ ਕੇ ਵੀ ਮੈਂ ਇਹੀ ਕਰਨ ਗਿਆ ਸੀਗਾ ਵੀ ਮੈਂ ਇਥੋਂ ਮਾਹੌਲ ਠੰਡਾ ਹੋ ਜੇ ਯਾਰ ਜਮ ਫਿਰ ਮੈਂ ਤਰੀਕ ਤੇ ਆਉਣਾ ਉੱਥੋਂ ਬਸ ਚੜਨਾ ਜੀ ਤੇ ਇੱਥੇ ਤਰੀਕ ਭੁਗਤ ਕੇ ਚਲੇ ਜਾਂਦਾ ਜੀ ਜੇ ਇੱਥੇ ਕੋਈ ਮਗਰ ਫੋਨ ਵੀ ਲਾਉਂਦਾ ਸੀਗਾ ਮੈਨੂੰ ਮੰਨ ਕੇ ਚੱਲੋ ਪਹਿਲੀ ਗੱਲ ਤਾਂ ਕੰਟੈਕਟ ਟੁੱਟ ਗਏ ਸੀ ਸਭ ਨਾਲ ਹੂੰ ਜੇ ਕੋਈ ਫੋਨ ਲਾਉਂਦਾ ਵੀ ਸੀ ਫਿਰ ਇਹ ਗੱਲ ਕਹਿੰਦੇ ਵੀ ਮੈਂ ਤਾਂ ਇੱਥੇ ਆਂ ਇੰਨੀ ਦੂਰ ਤਾਂ ਆਇਆ ਨਹੀਂ ਜਾਨਾ ਉਹਦੇ ਨਾਲ ਗੈਪ ਪੈ ਗਿਆ ਠਹਿਰਾ ਆ ਗਿਆ ਜ਼ਿੰਦਗੀ 'ਚ ਤੇ ਉਸ ਤੋਂ ਬਾਅਦ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਬਸ ਫਿਰ ਜ਼ਿੰਦਗੀ 'ਚ ਹਾਵ ਮਿਲਿਆ ਸਿੰਘਾ ਹੀ ਅੱਛਾ ਏਕੇਵੀਂ ਮੁਲਾਕਾਤ ਹੁੰਦੀ ਹੈ ਇਹ ਉੱਥੇ ਸਾਨੇ ਵਾਲ ਟੂਰਨਾਮੈਂਟ ਤੇ ਹੋਈ ਸੀਗੀ ਮੁਲਾਕਾਤ ਪਹਿਲੀ ਵਾਰੀ ਅੱਛਾ ਜੀ ਹਾਂਜੀ ਕਿਵੇਂ ਮਤਲਬ ਉਹ ਤੋਂ ਤੁਹਾਡਾ ਉੱਥੇ ਜਾਣ ਦਾ ਕਿਵੇਂ ਸਬਬ ਬਣਿਆ ਉੱਥੇ ਜਾਣ ਦਾ ਸਬਬ ਵੀ ਮੁੰਡਾ ਯਾਰ ਦੋਸਤ ਸੀਗਾ ਉਹਦੇ ਨਾਲ ਗਏ ਸੀ ਅਸੀਂ ਗੁਰਪ੍ਰੀਤ ਹੀ ਉੱਥੋਂ ਅੱਛਾ ਜੀ ਤੇ ਅਸੀਂ ਉਹਦੇ ਨਾਲ ਗਏ ਸੀ ਆਪਦਾ ਤੇ ਉੱਥੇ ਇਹ ਵੀ ਆਇਆ ਹੋਇਆ ਸੀਗਾ ਜੀ ਹੂੰ ਤੇ ਉੱਥੇ ਮਿਲੇ ਕਰੇ ਵਧੀਆ ਹੂੰ ਤੇ ਉਸ ਤੋਂ ਬਾਅਦ ਸਾਡੀ ਲਿਹਾਜ ਪੈ ਗਈ ਅੱਛਾ ਤੇ ਗੱਲਬਾਤ ਹੁੰਦੀ ਰਹੀ ਥੋੜਾ ਟਾਈਮ ਫਿਰ ਕਹਿੰਦੇ ਜਦੋਂ ਗੱਲਬਾਤ ਹੁੰਦੀ ਰਹੀ ਫਿਰ ਗਾਂ ਮੂਵੀ ਰਿਲੀਜ਼ ਹੋਣੀ ਸੀ ਸਿੰਘੇ ਦੀ ਆਪਣਾ ਜੋਰਾ ਤੇ ਇਹਨਾਂ ਨੇ ਫਿਰ ਫੋਨ ਲਾਇਆ ਕਹਿੰਦੇ ਵੀਰੇ ਤੁਸੀਂ ਵੀ ਸਾਡੇ ਨਾਲ ਮੂਵੀ ਦੀ ਪ੍ਰੋਮੋਸ਼ਨ ਕਰਾਉਣੀ ਆ। ਦਹਿਸ਼ਤ ਉਹ ਵੀ ਹੁੰਦੀ ਸੀਗੀ। ਦਹਿਸ਼ਤ ਤਾਂ ਫਿਰ ਮਾੜਾ ਮੋਟਾ ਹੀ ਆ ਅਸਲ ਦਹਿਸ਼ਤ ਕੀ ਹੁੰਦਾ ਅਸਲ ਇਹਦਾ ਹੀ ਹੁੰਦੀ ਆਈ ਦਹਿਸ਼ਤ ਤਾਂ। ਅੱਛਾ। ਅੱਜ ਕੱਲ੍ਹ ਮੰਨ ਕੇ ਚੱਲੋ ਜੇ ਕੰਮ ਵੇਖ ਗਏ ਕਿਹੇ ਤਾਂ ਹੀ ਆਪਾਂ ਨੂੰ ਕੰਮ ਕੀ ਪੈਂਦਾ। ਜੋ ਯਾਰੀ ਲਾਉਣ ਦਾ ਫਾਇਦਾ ਕੀ ਹੁੰਦਾ ਕੰਮ ਕਾਹੇ ਤਾਂ ਹੀ ਵੀ ਜਾਂ ਤਾਂ ਇੱਕ ਕੋਰੇ ਤਕੜੀ ਗੱਡੀ ਆ। ਅੱਬ ਉਹ ਦਿਨ ਯਾਰੀ ਲਾਵਾਂਗੇ ਜਾਂ ਸੋਚਾਂਗੇ ਯਾਰ ਇਹਦੇ ਕੋਲੇ ਅਸਲ ਹੌਸਲਾ ਵੀ ਦੇਹਸ਼ਤ ਪਊਗੀ ਥੋੜੀ ਜੀ ਉਹ ਚਲੋ ਪਰਮਾਤਮਾ ਵੱਲੋਂ ਵਿਧੀ ਇਹੋ ਜੀ ਬਣੀ ਹੋਈ ਸੀ ਮੇਰੇ ਨਾਂ ਤੇ ਵੀ ਲਾਇਸੈਂਸ ਸੀ ਮੇਰੇ ਸਾਰੇ ਨਾਲ ਦੇ ਨਾਂ ਤੇ ਲਾਇਸੈਂਸ ਅਸਲੇ ਉਸਲੇ ਸਾਡੇ ਕੋਲੇ ਖੁੱਲੇ ਹੁੰਦੇ ਸੀਗੇ ਇੱਕ ਸਾਡਾ ਮਾਹੌਲ ਉਧਰਲੇ ਏਰੀਏ ਦਾ ਹੀ ਬਠਿੰਡਾ ਮੋਗਾ ਇਹ ਤੁਹਾਨੂੰ ਪਤਾ ਹੀ ਆ ਵੀ ਵੈਸੇ ਵੀ ਸ਼ੌਂਕ ਆ ਲੋਕਾਂ ਨੂੰ ਤੇ ਇਹਨਾਂ ਨੂੰ ਆਏ ਸੀਗਾ ਵੀ ਚਲੋ ਅਸਲੇ ਉਸਲੇ ਲਾ ਲਓ ਜਾਂ ਕੁਝ ਹੋਰ ਲਾ ਲਓ ਸਿਸਟਮ ਹਨ ਫਿਰ ਅਸੀਂ ਇਕੱਠੇ ਰਹੇ ਅਸਿੰਗੇ ਨੂੰ ਮਤਲਬ ਇੱਕ ਤਰੀਕਾ ਨਾਲ ਤੁਹਾਡਾ ਅਸਲਾ ਪਸੰਦ ਆ ਗਿਆ ਹੁਣ ਕੀ ਕਹਿ ਸਕਦੇ ਹਾਂ ਇਹ ਰੱਬ ਜਾਣਦੇ ਆ ਹਨਾ ਬਈ ਵਧੀਆ ਸੀਗਾ ਸਿਸਟਮ ਸਾਡਾ ਤੇ ਫਿਰ ਅਸੀਂ ਪ੍ਰੋਮੋਸ਼ਨ ਵੇਲੇ ਇਕੱਠੇ ਰਹੇ ਹੂੰ ਹੂੰ ਇਕੱਠੇ ਰਹੇ ਅਕਸਰ ਅਸੀਂ ਦੇਖਦੇ ਆ ਨਾ ਸਿੰਗਰ ਹੁੰਦੇ ਨੇ ਨਾਲ ਠਾੜ ਬਾੜ ਜੀ ਲੈ ਕੇ ਚੱਲਦੇ ਨੇ ਨਾਲ ਮੁੰਡੇ ਹੁੰਦੇ ਨੇ ਹਾਂਜੀ ਹਾਂਜੀ ਤਾਂ ਉਹ ਚੀਜ਼ ਕਿਰਨਾ ਕਿਤੇ ਉਹ ਚਾਹੁੰਦਾ ਸੀ ਹਾਂ ਬਈ ਇਹ ਤਾਂ ਹੀ ਹੁਣ ਸਾਰੇ ਮੰਨ ਕੇ ਚੱਲੋ ਹੁਣ ਦੇਖਿਆ ਜਾਵੇ ਕਈਆਂ ਨੂੰ ਤਾਂ ਲੋੜ ਵੀ ਹੈ ਇਹ ਚੀਜ਼ ਦੀ ਤੇ ਕਈਆਂ ਨੂੰ ਹੈ ਵੀ ਨਹੀਂ ਹੂੰ ਹੁਣ ਸਾਰੇ ਸਿੰਗਰ ਵੀ ਨਹੀਂ ਆਪਾਂ ਕਹਿ ਸਕਦੇ ਜੇ ਕਿਸੇ ਦਾ ਕੋਈ ਆਹ ਰੌਲਾ ਰੱਪਾ ਉਹਨੂੰ ਤਾਂ ਲੋਡ ਵੀ ਪੈਂਦੀ ਆ ਬੌਂਸਰਾਂ ਦੀ ਵੀ ਪੈਂਦੀ ਆ ਬੌਂਸਰਾਂ ਦੀ ਲੋਡ ਵਾਕੇ ਹੀ ਹੁੰਦੀ ਆ ਜਦੋਂ ਬੰਦਾ ਫੇਮਸ ਹੋ ਜਾਂਦਾ ਨਾ ਬਈ ਲੋਕ ਆਉਂਦੇ ਆ ਪਾਸੇ ਹੁਣ ਕੱਲੇ ਬੰਦੇ ਨੂੰ ਨਹੀਂ ਇੰਨਾ ਟਾਈਮ ਹੈਗਾ ਵੀ 2 ਘੰਟੇ ਖੜਕੇ ਉੱਥੇ ਫੋਟੋਆਂ ਹੀ ਕਰਾਈ ਜਾਵੇ ਜੀ ਤੇ ਹਣ ਹਰੇਕ ਬੰਦੇ ਦਿਲ 'ਚ ਹੁੰਦਾ ਬਈ ਮੈਂ ਜਾਵਾਂ ਮੂਰੇ ਸਰਦਾਰ ਬਣ ਕੇ ਪੰਜ ਚਾਰ ਮੇਰੇ ਨਾਲ ਰਫਲਾਂ ਵਾਲੇ ਹੋਣ ਡੈਸ਼ ਤੋਂ ਹੋਵੇ ਕਿਹਦੇ ਦਿਲ 'ਚ ਨਹੀਂ ਸਭ ਦੇ ਹੀ ਆ ਤੇ ਹੋ ਸਕਦਾ ਇਹ ਹੋਵੇ ਤੇ ਬਾਕੀ ਸਾਡੀ ਵਧੀਆ ਲਿਆਈ ਪੈ ਗਈ ਇਹ ਗੱਲ ਨਹੀਂ ਹੈਗੀ ਵੀ ਅਸਲਿਆਂ ਕਰ ਕੀ ਜਾਂ ਕੁਝ ਹੋਰ ਉਸ ਤੋਂ ਬਾਅਦ ਜਿਵੇਂ ਲਿਆਈ ਪੈ ਜਾਂਦੀ ਆਪਾਂ ਇਕੱਠੇ ਰਹੇ ਪ੍ਰੋਮੋਸ਼ਨ ਵੇਰੇ ਵੀ ਇਕੱਠੇ ਰਹੇ ਉਸ ਤੋਂ ਬਾਅਦ ਮੈਂ ਐਸੀ ਰੈਸ਼ ਵੀ ਇਕੱਠੀ ਸੀ ਸਾਡੇ ਸਾਡੇ ਇੱਥੇ ਹੋਮਲੈਂਡ ਹੀ ਅੱਛਾ ਹੋਮਲੈਂਡ ਹਾਂ ਇਹ ਹੋਮਲੈਂਡ ਅੰਨਾ ਚਰਚਾ ਦੇ ਵਿੱਚ ਕਿਉਂ ਰਹਿੰਦਾ ਹੈ ਕਿ ਬਾਕੀ ਤੁਹਾਨੂੰ ਉੱਥੇ ਰਹਿ ਕੇ ਇਹ ਚੀਜ਼ ਨਜ਼ਰ ਆਈ ਕਿ ਹਾਂ ਇੱਥੇ ਹੀ ਸਾਰੇ ਬੰਦੇ ਉਹੋ ਹੀ ਰਹਿੰਦੇ ਆ ਦੂਜੇ ਤਕੜੇ ਹੀ ਰਹਿੰਦੇ ਆ ਸਿੰਗਰ ਲਾ ਲੋ ਜਾਂ ਕੋਈ ਹੋਰ ਫਿਰ ਚਰਚਾ ਚ ਚਰਚਾ ਦੇ ਵਿੱਚ ਉਹ ਚੀਜ਼ ਆ ਹੀ ਜਾਂਦੀ ਹੈ ਜਿਹੜੇ ਬੰਦੇ ਉੱਥੇ ਰਹਿੰਦੇ ਆ ਉਹੀ ਜਦੋਂ ਚਰਚਾ ਚ ਹਮ ਤੇ ਫਿਰ ਚਰਚਾ ਜੀ ਹੈ ਨੋਰਮਲ ਸੋਸਾਇਟੀ ਆ ਉਹਦੇ ਵਿੱਚ ਨੋਰਮਲ ਬੰਦੇ ਰਹਿੰਦੇ ਆ ਉਹ ਚਰਚਾ ਚ ਕਿਵੇਂ ਆਜੋ ਹੁਣ ਸਾਰੇ ਚਰਚਾ ਚ ਹੁਣ ਮੰਨ ਕੇ ਚੱਲੋ ਕੋਈ ਵੱਡਾ ਸਿੰਗਰ ਆ ਉਹਦੇ ਨਾਲ ਕੋਈ ਹੈਪਨ ਹੋ ਗਿਆ ਹੋਇਆ ਤਾਂ ਸਿੰਗਰ ਨਾਲ ਹੀ ਆ ਸੋਸਾਇਟੀ ਦਾ ਨਾਮ ਜੁੜ ਜਾਣਾ ਨਾਲ ਪਰਮੇਸ਼ਵਰਾ ਵੀ ਇੱਥੇ ਹੀ ਹੋਇਆ ਸੀ ਨਾ ਹੋਮਲੈਂਡੀ ਆ ਸ਼ਾਇਦ ਇੱਥੇ ਹੀ ਹੋਇਆ ਸੀ ਹਾਂ ਕਾਫੀ ਹੋ ਗਏ ਕੰਮ ਜੇ ਇੱਥੇ ਤੇ ਬਦਨਾਮ ਜੇ ਵਾਂਗੂ ਹੋ ਗਿਆ ਸੀਗਾ ਕੰਮ ਫਿਰ ਅਸੀਂ ਇਕੱਠੇ ਰਹੇ ਕਾਫੀ ਟਾਈਮ ਵੀ ਐਂ ਕਰਦੇ ਕਰਾਉਂਦੇ ਫਿਰ ਮਨ ਚ ਉਦੋਂ ਵੀ ਕੋਈ ਹੈਣੀ ਸੀਗਾ ਮਨ ਦੇ ਵਿੱਚ ਵੀ ਮੈਂ ਕੋਈ ਕਲਾਕਾਰ ਬਨਣਾ ਜਾਂ ਇਦਾਂ ਤੇ ਉਦੋਂ ਬਸ ਐਵੇਂ ਸੀਗਾ ਕਿ ਨਾਲ ਚਲੋ ਲਿਹਾਜ ਦਾ ਹਾਂ ਲਿਹਾਜ ਤੌਰ ਤੇ ਪਤਾ ਕੀ ਗੱਲ ਸੀਗੀ ਉਦੋਂ ਇੰਨਾ ਕੁ ਬਈ ਰੱਬ ਵੱਲੋਂ ਦਿਮਾਗ ਨੇ ਕੰਮ ਕੀਤਾ ਯਾਰ ਬਈ ਪਹਿਲਾਂ ਵੀ ਤੁਰੇ ਫਿਰਦੇ ਆ ੱੱਕੇ ਖਾਂਦੇ ਵੀ ਧੱਕੇ ਖਾਂਦੇ ਤੁਰੇ ਫਿਰਦੇ ਆ ਕੋਈ ਇੱਥੇ ਆਇ ਨਹੀਂ ਪਤਾ ਵੀ ਪਰਚਾ ਪਿਆ ਜੀ ਅਸਲਾ ਚੱਕਿਆ ਇਧਰ ਨਾਗੇ ਹਰ ਲਰ ਲਾਏ ਹੋਗੇ ਹੁਣ ਜੇ ਕਿਤੇ ਜਾ ਰਾਹ ਲੱਗੇ ਆ ਜੇ ਜਾ ਰਹੇ ਆ ਮੰਨ ਕੇ ਚੱਲੋ ਸਿੰਘੇ ਨਾਲ ਹੀ ਜਾ ਰਹੇ ਆ ਕੋਈ ਇੱਜ਼ਤ ਦੀ ਜ਼ਿੰਦਗੀ ਕੋਈ ਚੰਗੇ ਬੰਦੇ ਨਾਲ ਹੀ ਜਾ ਰਹੇ ਆ ਸੋਚਦਾ ਇਹ ਹੀ ਸੀ ਨਾ ਵੀ ਚੰਗੇ ਬੰਦੇ ਨਾਲ ਜਾ ਰਹੇ ਆ ਵੀ ਰੱਬ ਵੱਲੋਂ ਵੀ ਠੀਕ ਆ ਯਾਰ ਚਾਹੇ ਜਿਵੇਂ ਵੀ ਆ ਚਾਹੇ ਇਹ ਇਹ ਕਿਹੜਾ ਕੋਈ ਜੀ ਲਾਈਫ ਟਾਈਮ ਦੀ ਕੋਈ ਜੌਬ ਆ ਵੀ ਮੈਂ ਅਸਲਾ ਚੱਕ ਕੇ ਕਿਸੇ ਬੰਦੇ ਨਾਲ ਤੁਰਿਆ ਫਿਰਦਾ ਤੇ ਵੀ ਮੈਨੂੰ ਗਾਹਾਂ ਦੀ ਜੇ ਮੈਂ ਸਾਰੀ ਉਮਰ ਵੀ ਰਹਿ ਪਿਆ ਜੇ ਤਨਖਾਹ ਤੇ ਵੀ ਆ ਫਿਰ ਵੀ ਗੁਜ਼ਾਰਾ ਨਹੀਂ ਹੁੰਦਾ ਵੀ ਇੱਕ ਐਜ਼ ਅ ਬਾਡੀਗਾਰਡ ਮੰਨ ਲਓ ਠੀਕ ਆ ਉਹ ਵੀ ਕੋਈ ਹੈ ਨਹੀਂ ਨਾ ਸਿਸਟਮ ਤੇ ਫਿਰ ਵੀ ਦਿਲ ਨੂੰ ਸੰਤੋਸ਼ਟੀ ਇੰਨੀ ਸੀਗੀ ਵੀ ਰੱਬ ਵੱਲੋਂ ਯਾਰ ਬਈ ਪਹਿਲਾਂ ਮਾੜੇ ਕੰਮਾਂ 'ਚ ਵੀ ਤੁਰੇ ਫਿਰਦੇ ਰਹੇ ਹੁਣ ਕਿਸੇ ਨਾਲ ਹੈ ਚੰਗੇ ਬੰਦੇ ਨਾਲ ਵੀ ਕੋਈ ਇੱਜ਼ਤ ਤਾਂ ਦਿੰਦਿਆ ਚਾਰ ਬੰਦੇ ਵੀ ਹਾਂ ਠੀਕ ਆ ਯਾਰ ਤੇ ਬਸ ਇਹ ਇਸੇ ਸਹਾਰੀ ਚਲਦੇ ਰਹੀ ਫਿਰ ਕਾਫੀ ਟਾਈਮ ਇਕੱਠੇ ਰਹੇ ਫਿਲਮ ਦੀ ਪ੍ਰੋਮੋਸ਼ਨ ਹੋਈ ਉਦੋਂ ਬਾਅਦ ਸ਼ੂਟ ਵੀ ਗਏ ਸ਼ੂਟਾਂ ਤੇ ਵੀ ਇਕੱਠੇ ਰਹੇ ਤੇ ਸ਼ੋਅ ਵੀ ਹੁੰਦੇ ਰਹੇ ਤੇ ਇਕੱਠੇ ਰਹੇ ਫਿਰ ਫਿਰ ਤੁਸੀਂ ਕਰੋ ਸੋਚਿਆ ਕਿ ਯਾਰ ਮੈਂ ਵੀ ਕਵੀਸ਼ਰੀਆਂ ਗਾਉਂਦਾ ਰਿਹਾ ਮੈਂ ਵੀ ਸਿੰਗਰ ਬਣ ਸਕਦਾ ਮੈਂ ਕਾਹਦਾ ਸੋਚਣਾ ਸੀਗਾ ਇਹ ਮੁੰਡੇ ਯਾਰ ਦੋਸਤ ਸੀਗੇ ਮੇਰੇ ਨਾਲ ਪੜਦਾ ਹੁੰਦਾ ਸੀ ਹਰਮੋਨਿਕ ਤੇ ਉਹਦਾ ਮਿੱਤਰ ਸੀ ਮੁੰਡਾ ਜਸਾਧਾਲੀ ਵਾਲਾ ਜਿਹਦਾ ਪਹਿਲਾ ਗਾਣਾ ਲਿਖਿਆ ਹੋਇਆ ਆਹ ਰੌਂਦ 2.0 ਉਹਦਾ ਮੈਨੂੰ ਫੋਨ ਆਇਆ ਕਹਿੰਦਾ ਵੀ ਐਂ ਕਰਕੇ ਯਾਰ ਬਈ ਤੇਰੇ ਯਾਰ ਨੂੰ ਗਾਣਾ ਦੇਣਾ ਹੂੰ ਮੈਂ ਕਿਹਾ ਯਾਰ ਵੀ ਮੈਂ ਤਾਂ ਕਦੇ ਗੱਲ ਨਹੀਂ ਕੀਤੀ ਗਾਣਿਆਂ ਗੁਣਿਆਂ ਬਾਰੇ ਵੀ ਪੁੱਛ ਲੈਨੇ ਆ ਚੱਲ ਹੂੰ ਤੇ ਮੈਂ ਉਹਨੂੰ ਹੱਸਦੇ ਹੱਸਦੇ ਨੇ ਕਹਤਾ ਯਾਰ ਹੂੰ ਬਈ ਯਾਰ ਮੈਂ ਹੀ ਗਾ ਦਿੰਨਾ ਉਹ ਵੀ ਮੈਨੂੰ ਆਦਾ ਹਾਂ ਯਾਰ ਕਹਿੰਦਾ ਸਕੂਲ ਟਾਈਮ ਤੋਂ ਕੁਇਸ਼ਰੀਆਂ ਗਾਉਂਦਾ ਹੁੰਦਾ ਹੀ ਵੀ ਤੂੰ ਗਾ ਕੇ ਦੇਖ ਲਾ ਹੂੰ ਹੂੰ ਤੇ ਮੈਨੂੰ ਆ ਚੱਲ ਕੋਈ ਸੁਣਾ ਮੈਂ ਯਾਰ ਮੈਨੂੰ ਤਾਂ ਗਾਣਾ ਗੁਣਾ ਕੋਈ ਆਉਂਦਾ ਨਹੀਂ ਨਾ ਹੀ ਕਿਸਦਾ ਯਾਦ ਆ ਫਿਰ ਇੱਕ ਗਾਣਾ ਮੈਨੂੰ ਯਾ ਸੀ ਕਨਵਰ ਕਰ ਗਰੇ ਆਲ ਜੀ ਦਾ ਜੀ ਤੇ ਉਹ ਮੈਂ ਸੁਣਾਇਆ ਕਹਿੰਦੇ ਆਵਾਜ਼ ਤੇਰੀ ਠੀਕ ਆ ਤੂੰ ਐ ਕਰ ਵੀ ਗਾਣਾ ਤੂੰ ਆਪ ਗਾ ਲੈ ਆ ਵੀ ਪੈਸੇ ਵੀ ਆਪਾਂ ਲਾ ਲਾਂਗੇ ਚੱਲ ਕੋਈ ਨਾ ਕਰ ਕਰਾ ਕੇ ਵੀ ਸਿੰਘੇ ਨੂੰ ਕਹਿ ਦੀ ਵਿੱਚ ਥੋੜੀ ਜੀ ਫੀਚਰਿੰਗ ਕਰ ਦੂਗਾ ਤੇਰਾ ਯਾਰ ਆ ਤੂੰ ਇਕੱਠੇ ਰਹਿਨੇ ਯਾਰ ਵੀ ਨਾਲੇ ਤੇਰਾ ਫਾਇਦਾ ਹੋ ਜੂਗਾ ਤੈਨੂੰ ਕੋਈ ਰਾਹ ਮਿਲ ਜੂਗਾ ਹਨ ਬਿਲਕੁਲ ਮੈਂ ਹੈ ਯਾਰ ਗੱਲ ਤਾਂ ਤੇਰੀ ਠੀਕ ਆ ਤੇ ਚੱਲ ਕਰਦੇ ਕਰਾਉਂਦੇ ਹੀ ਗੱਲ ਹੋਈ ਹੌਲੀ 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 ਮੈਂ ਵੀ ਡਰਦਾ ਜਾਇ ਤੇ ਕੋਲੇ ਗੱਲ ਨਾ ਕਰਾਂ ਮੈਂ ਹੈ ਯਾਰ ਇਹਨੇ ਕੀ ਸੋਚਣਾ ਵੀ ਐਂ ਕਰਕੇ ਹੈ ਨਾ ਵੀ ਇਹ ਕਿੱਧਰ ਨੂੰ ਕੰਨੇ ਕੰਪੀਟੀਸ਼ਨ ਦੇ ਤੁਰ ਪਿਆ ਹੈ ਵੀ ਕਿੱਧਰ ਨੂੰ ਤੁਰ ਪਿਆ ਇਹ ਵੀ ਇਹਨੇ ਤਾਂ ਕਦੇ ਜ਼ਿੰਦਗੀ ਸੋਚੀ ਕਦੇ ਐਂ ਕਿਹਾ ਵੀ ਨਹੀਂ ਯਾਰ ਮੈਂ ਤੈਨੂੰ ਗਾ ਕੇ ਦਿਖਾਉਣਾ ਵੀ ਮੈਂ ਵੀ ਗਾ ਲੈਣਾ ਚੱਲ ਗੱਲ ਖੁੱਲ ਗਈ ਕਰਦੇ ਕਰਾਉਂਦੇ ਹੌਲੀ 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 ਵੀ ਜਿਹੜਾ ਮੁੰਡਾ ਸੀਗਾ ਉਹ ਵੀ ਇਹਨਾਂ ਦਾ ਯਾਰ ਦੋਸਤ ਸੀ ਮਿਊਜ਼ਿਕ ਵਾਲਾ ਉਹ ਵੀ ਸਾਡੇ ਉਧਰੋਂ ਬੱਧਣੀ ਤੋਂ ਹੀ ਆ ਤੇ ਉਹਨਾਂ ਨੇ ਮਿਊਜ਼ਿਕ ਬਣਾਤਾ ਤੇ ਮੈਂ ਸਿੰਘਾਂ ਨੂੰ ਕਿਹਾ ਮੈਂ ਹੈ ਯਾਰ ਵੀ ਮੜਿਆ ਮਿਊਜ਼ਿਕ ਦੇਖ ਕੇ ਆਈ ਮੈਨੂੰ ਕੋਈ ਨੌਲੇਜ ਨਹੀਂ 1% 0% ਨੌਲੇਜ ਸੀ ਮੈਂ ਕਿਹਾ ਦੇਖ ਕੇ ਆਈ ਯਾਰ ਮੜਾ ਜਾ ਕੇ ਵੀ ਕਿਵੇਂ ਬਣਿਆ ਕਹਿੰਦਾ ਠੀਕ ਆ ਕਰ ਲੈਨੇ ਆ ਮਿਊਜ਼ਿਕ ਬਣੇ ਨੂੰ ਕਾਫੀ ਟਾਈਮ ਹੋ ਗਿਆ ਸੀ ਫਿਰ ਕਹਿੰਦੇ ਸ਼ੂਟ ਰੱਖ ਲੋ ਤੇ ਸ਼ੂਟ ਵੇਲੇ ਪੈਸੇ ਚਲੋ ਜੀ ਮੈਂ ਗੱਡੀ ਵੇਚੀ ਸੀ ਅੱਛਾ ਤੇ ਗੱਡੀ ਵੇਚੀ ਸੀਗੇ ਮੇਰੇ ਕੋਲ ਪੈਸੇ ਪਏ ਸੀ ਮੈਂ ਸ਼ੂਟ ਤੇ ਉਹ ਪੈਸੇ ਲਾਏ ਕਿੰਨੇ ਦੀ ਵੇਚੀ ਗੱਡੀ ਉਹ ਵੇਚ ਵੈਗੀ ਸੀਗੀ ਮੈਨੂੰ ਲੱਗਾ 1 ਤੋਂ 3 ਲੱਖ ਦੀ ਜੀਪ ਸੀ ਸੀਗੀ ਤੇ ਪੈਸੇ ਫੇਰ ਕੱਢ ਲਈ ਫਿਰ ਮੇਰੇ ਕੋਲ ਰਵਾਲ ਵਰਸੀ ਦਾ ਇੱਕ ਹੂੰ ਲਾਇਸੈਂਸੀ ਮੇਰਾ ਮੈਂ ਉਹ ਵੇਚਿਆ 70000 ਦਾ ਉਹ ਵਿਖਿਆ ਜਿਹਦੇ ਕਰਕੇ ਤੁਸੀਂ ਨਾਲ ਜੁੜੇ ਹਾਂ ਤੇ ਉਹ ਵੇਚਿਆ ਤੇ ਕਰਦੇ ਕਰਾਉਂਦੇ ਫਿਰ ਅਸੀਂ ਸ਼ੂਟ ਵੀ ਨੇਪਰੇ ਚਾੜ ਲਿਆਈ ਹੂੰ ਹੂੰ ਸ਼ੂਟ ਦੇ ਵਿੱਚ ਬੰਦੇ ਹੋਰ ਵੀ ਸੀਗੇ ਜਿਨ੍ਹਾਂ ਨੂੰ ਕੋਈ ਮੇਰੇ ਤਾਂ ਹੀ ਕਹਿੰਦਾ ਮਤਲਬ 0% ਦਾ ਕੋਈ ਲਾਭ ਵੀ ਹੈ ਨਹੀਂ ਸੀ ਹੂੰ ਮੁੰਡਾ ਜੱਗੀ ਅਮਰਗੜ ਤੋਂ ਹੂੰ ਹੂੰ ਚਲ ਜਿਵੇਂ ਹੁਣ ਕਹਿ ਦਿੰਨੇ ਆਪਾਂ ਵੀ ਗਾਣਿਆ ਗੁਣਿਆ ਜਿਹਾ ਉਸਲੇ ਉਸਲੇ ਚਾਹੀਦੇ ਉਹ ਵਿਚਾਲਾ ਵੈਪਨ ਉਪਨ ਲੈ ਕੇ ਆਇਆ ਆਉਡੀਓ ਦੀ ਗੱਡੀ ਆ ਮਸਟੈਂਗ ਉਹ ਲੈ ਕੇ ਆਇਆ ਹਮਮ ਤੇ ਡੱਬ ਵਾਲੀ ਸ਼ੂਟ ਰੱਖ ਲਿਆ ਸੀ ਅੱਛਾ ਤੇ ਕਾਫੀ ਦੂਰ ਪੈ ਜਾਂਦਾ ਇੱਥੋਂ ਮੁੰਡੇ ਆ ਮੈਂ ਕਹਿੰਦਾ ਜਿੰਨੀ ਕਿ ਯਾਰਾਂ ਨੇ ਵੀ ਮੇਰੀ ਮਦਦ ਕੀਤੀ ਮੇਰੀ ਇਹ ਲਾਈਨ ਦੇ ਵਿੱਚ ਮੇਰੀ ਲਾਈਨ ਚੇਂਜ ਕਰਨ ਨੂੰ ਮੈਂ ਤਾਂ ਇਹਨਾਂ ਦਾ ਹੀ ਬਸ ਸਾਰੇ ਉੱਡਿਆ ਫਿਰਦਾ ਵੀ ਸਾਰਾ ਕੁਝ ਉਹ ਮੁੰਡੇ ਦਾ ਘਰ ਸੀ ਜਿੰਮੀ ਦਾ ਉਹ ਵੀ ਭਾਈ ਸੀ ਆਪਣਾ ਤੇ ਰਾਮਪੁਰੇ ਸ਼ੂਟ ਸੀ ਉੱਥੇ ਮੁੰਡੇ ਸੀਰੇ ਹਰ ਗਿਆਈ ਉਹਨਾਂ ਨੇ ਸਾਰਾ ਪ੍ਰਬੰਧ ਕੀਤਾ ਖਾਣ ਪੀਣ ਦਾ ਕਿਉਂਕਿ ਕੱਟ ਕਾਫੀ ਹੋ ਜਾਂਦਾ ਸ਼ੂਟ ਤੇ ਤੇ ਕਾਫੀ ਉਦੋਂ ਜਿੰਨਾ ਜਿੱਥੇ ਜਿੱਥੇ ਮੇਰੇ ਪੈਸੇ ਲੱਗਦੇ ਸੀ ਮੰਨ ਕੇ ਚੱਲੋ ਵੀ ਹੁਣ ਕੈਮਰੇ ਦਾ ਰੈਂਟ ਦੇਤਾ ਜਾਂ ਹੋਰ ਕਰਤਾ ਵੀ ਲਾਈਟਾਂ ਲੂਟਾਂ ਦਾ ਉਹ ਤਾਂ ਦੇਣਾ ਹੀ ਪੈਣਾ ਸੀ ਜਿਹੜੇ ਉਤਲੇ ਖਰਚੇ ਸੀ ਉਹ ਸਾਰੇ ਸਾਂਭ ਲਈ ਯਾਰਾਂ ਨੇ ਵੀਰ ਤੂੰ ਕਰ ਕੋਈ ਚੱਕਰ ਨਹੀਂ ਤੇਰੇ ਨਾਲ ਅੱਜ ਵੀ ਆਈ ਆਈ ਹੂੰ ਅੱਜ ਕਿਹੜਾ ਮੈਨੂੰ ਕਿਹੜਾ ਹੁਣ ਕੰਪਨੀਆਂ ਦੇਈ ਜਾਂਦੀਆਂ ਗਾਹਾਂ ਦੀ ਪੈਸੇ ਵੀ ਮੈਨੂੰ ਕੋਈ 10 ਲੱਖ ਦੇ ਦਿੰਦਾ ਜਾਂ 15 ਦੇ ਦਿੰਦਾ ਚੱਕ ਭਾਈ ਗਾਣਾ ਕਰ ਤੇ ਹੁਣ ਵੀ ਯਾਰ ਦੋਸਤੀ ਹੈ ਨਾਲ ਹੀ ਭرائی ਹੈ ਤੇ ਕਲਾਕਾਰੀ ਇਦਾਂ ਦੀ ਹੈ ਹੀ ਇੱਕ ਗਾਣਾ ਕਰ ਜਿਹੜਾ ਯੂਥ ਫੋਲੋ ਕਰਦਾ ਤੁਹਾਨੂੰ ਜਿਹੜਾ ਸੁਣਦਾ ਹੈ ਜਿਹੜੀ ਤੁਹਾਡੇ ਗਾਣਿਆਂ ਦੀ ਰੀਲਾ ਬਣਾਉਂਦਾ ਉਹਨੂੰ ਲੱਗਦਾ ਕਿ ਬੜੀ ਗਲੈਮਰਾਇਜ਼ ਜ਼ਿੰਦਗੀ ਹੈ ਤੁਹਾਡੀ ਬੜੇ ਤੁਹਾਡੇ ਠਾੜ ਬਾੜ ਹੋਣਗੇ ਬਹੁਤ ਤੁਸੀਂ ਚੜਦੀ ਗਲਾ ਦੇ ਵਿੱਚ ਹੋਗੇ ਬਹੁਤ ਤੁਹਾਡੇ ਪੈਸਾ ਡਿਗ ਰਿਹਾ ਹੋਊਗਾ ਅਸਲ ਸੱਚਾਈ ਕੀ ਹੈ ਚੜਦੀ ਗਲਾ ਤਾਂ ਹੈਗੇ ਹੀ ਆਈ ਆਪਾਂ ਤੇ ਪੈਸੇ ਵਾਲਾ ਤਾਂ ਚਲੋ ਆਏ ਹੁੰਦਾ ਹੀ ਕਦੇ ਸਭ ਤੋਂ ਵੱਡੀ ਗੱਲ ਆ ਨੀਤ ਦੀ ਜੇ ਤੁਹਾਡੀ ਨੀਤ ਆ ਨਾ ਨੀਤ ਵੱਡੀ ਆ ਤੇ ਪੈਸਾ ਤਾਂ ਕੁਝ ਵੀ ਨਹੀਂ ਪੈਸਾ ਤਾਂ ਆ ਜੂਗਾ ਅੱਜ ਨਹੀਂ ਤਾਂ ਕੱਲ ਨੀਤ ਨਹੀਂ ਲਿਆਉਣਾ ਸਾਰਾ ਕੁਝ ਜੇ ਤੁਹਾਡੀ ਨੀਤ ਮਾੜੀ ਹੋਗੀ ਤਾਂ ਜ਼ਿਆਦਾ ਪੈਸਾ ਵੀ ਚਲਿਆ ਜਾਂਦਾ 68 ਬਾੜ ਤਾਂ ਸ਼ੁਰੂ ਤੋਂ ਹੀ ਚੜਦੀ ਕਲਾ ਚ ਹੀ ਰਹੇ ਆਂ ਬਿਨਾ ਚੜਦੀ ਕਲਾ ਤੋਂ ਨਹੀਂ ਜੇਲਾ ਜੁਲਾ ਕੱਟੀਆਂ ਜਾਂਦੀਆਂ ਆ ਤੇ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਸੈੱਟ ਹੀ ਰਿਹਾ ਵੀ ਗਾਣਾ ਇਹ ਤਾਂ ਸਿੰਗਿੰਗ ਵਾਲੀ ਲਾਈਨ ਤਾਂ ਇੱਦਾਂ ਦੀ ਆਈ ਵੀ ਜਿਵੇਂ ਆਪਾਂ ਮੰਨ ਕੇ ਚੱਲੋ ਕਾਲਜ ਦੇ ਵਿੱਚ ਐਡਮਿਸ਼ਨ ਕਰਾਤੀ ਨਾ ਹਾਜ਼ਰੀ ਦੇਣੀ ਆ ਹਾਇਰੀ ਦੇਣੀ ਪੈਣੀ ਹੈ। ਗਾਣਾ ਚੱਲੇ ਨਾ ਚੱਲੇ ਕਿਉਂਕਿ ਮਿਊਜ਼ਿਕ ਦੀ ਗਾਣਿਆਂ ਦੀ ਲਾਈਫ ਬਹੁਤ ਛੋਟੀ ਬਹੁਤ ਛੋਟੀ ਜੀ ਆਥਨ ਨੂੰ ਕਹਿ ਦਿੰਦੇ ਆ ਤਾਂ ਵੀ ਇਹ ਤਾਂ ਸੁਣ ਲਿਆ ਹੀ ਹੋਰ ਮੈਨੂੰ ਤਾਂ ਹਫਤੇ ਪਹਿਲਾਂ ਇਹਦਾ ਕੋਈ ਗਾਣਾ ਆਇਆ ਹੋਊਗਾ ਉਹਨੂੰ ਹਫਤੇ ਬਾਅਦ ਲੋਕੀ ਸ਼ਾਇਦ ਹੀ ਯਾਦ ਰੱਖਾ ਜਦੋਂ ਅੱਜ ਕੱਲ ਤਾਂ ਹੁਣ ਸਿਸਟਮ ਇਹੀ ਹੋ ਗਿਆ ਜਿਹੜਾ ਹਾਜ਼ਰ ਆ ਇੰਡਸਟਰੀ ਦੇ ਵਿੱਚ ਉਹੀ ਚੱਲ ਰਿਹਾ ਮੂਸੇ ਵਾਲੇ ਦਾ ਇਹੀ ਕਾਰਨ ਸੀ ਲਿਖਦਾ ਆਪ ਸੀ ਗਾਣੇ ਦੜ ਦੜ ਆ ਰਹੇ ਸੀ ਸਾਰਾ ਸਿਸਟਮ ਸੀ ਸ਼ਾਇਦ ਕਹਿੰਦੇ ਸੀ ਤੋਂ ਦਿੱਕਤ ਵੀ ਬਹੁਤਿਆਂ ਨੂੰ ਸੀ ਤੇ ਬਹੁਤ ਦਿੱਕਤ ਕਰਕੇ ਤਾਂ ਚਾਰਾ ਚਲਿਆ ਗਿਆ ਹੀ ਕੋਈ ਨਹੀਂ ਕਹਿੰਦਾ ਜੀ ਮੈਥੋਂ ਗਾਣੰਗ ਜੀ ਕੋਈ ਕੋਈ ਵਿਰਲਾ ਹੀ ਹੁੰਦਾ ਹਮ ਹਰੇਕ ਦਾ ਆਪ ਦਾ ਆਪ ਦਾ ਜਨਰ ਆਈ ਗਈ ਕਿਦੇ ਵੀ ਜਨਰ ਆ ਕੋਈ ਕਿਦਾਂ ਦਾ ਗਾਉਂਦਾ ਕੋਈ ਬਦਮਾਚੀ ਦੇ ਗਾਈ ਜਾਂਦਾ ਕੋਈ ਕੁੜੰਗਾ ਵਾਲੇ ਗਾਣੇ ਗਾਈ ਜਾਂਦਾ ਕੋਈ ਕਿਵੇਂ ਦੇ ਗਾਈ ਜਾਂਦਾ ਬਾਕੀ ਬੰਦੇ ਦੀ ਲੁੱਕ ਬਹੁਤ ਮੈਟਰ ਕਰਦੀ ਆ ਜਿਹੋ ਜਿਹਾ ਦੇਖਣ ਨੂੰ ਆ ਸਿੰਗਰ ਉਹੋ ਜਿਹੇ ਗਾਣੇ ਚਾਹੀਦੇ ਆ ਹੁਣ ਮੇਰੀ ਜਦੋਂ ਮੈਂ ਪਹਿਲਾ ਗਾਣਾ ਕੀਤਾ ਰੌਂਦ ਉਹੋ ਜਿਹਾ ਮਾਰ ਢੜ ਵਾਲਾ ਹੁਣ ਮੈਨੂੰ ਤਾਂ ਇਹੋ ਜਿਹੀ ਦੇਣੇ ਪੈਣੀ ਹੁਣ ਮੈਂ ਠੰਡਾ ਜਿਹਾ ਗਾਣਾ ਗਾਦਾ ਕਿਹਨੇ ਸੁਣਨਾ ਹੀ ਨਹੀਂ ਹੁਣ ਜਿਹੋ ਜਿਹਾ ਕੁਝ ਲੋਕ ਸੁਣਦੇ ਆਈ ਉਹੋ ਜਿਹਾ ਹੀ ਦੇਣਾ ਪੈਣਾ ਕੀ ਮਜਬੂਰੀ ਹੈ ਵੀ ਤੁਹਾਡੀ ਮਜਬੂਰੀ ਹੈ ਇਹ ਪੈਸਾ ਹੁਣ ਲੱਗਦਾ ਨਾ ਪੈਸਾ ਹੁਣ 7-8 ਲੱਖ ਰੁਪਈਆ ਲਾ ਕੇ ਆਪਾਂ ਨੂੰ ਜੇ ਕੁਝ ਮੁੜੂਗਾ ਤਾਂ ਗਾਂ ਵਾਲਾ ਗਾਣਾ ਕਰਾਂਗੇ ਹੁਣ ਮੈਨੂੰ ਕਹ ਲਓ ਵੀ ਅਸੀਂ ਯਾਰ ਵੀ ਕੋਈ ਜ਼ਿੰਮੇਵਾਰੀ ਚੱਕ ਲੈ ਵੀ ਤੂੰ ਗਾਣੇ ਦੇ ਪੈਸੇ ਲਾ ਵੀ ਤੈਨੂੰ ਇੰਨੇ ਪਰਸੈਂਟ ਦੇ ਹੀ ਜਾਵਾਂਗੇ ਗਾਣੇ 'ਚ ਤੇ ਮੈਂ ਜਵਾਂ ਨਹੀਂ ਗਾਉਂਦਾ ਨਾ ਗੁੰਡਾਗਰਦੀ ਵਾਲੇ ਗਾਵਾ ਕੋਈ ਨਹੀਂ ਗਾਣਾ ਗਾਉਂਦਾ ਜੈਬ ਜੇ ਮਰਜੀ ਵਾਂ ਬਾਬਿਆਂ ਵਾਲੇ ਗੋਈ ਜਾਈ ਹਮ ਹਾਲਾਂਕਿ ਕਹਿੰਦੇ ਆਰਟਿਸਟ ਵੀ ਉਹੀ ਅਪਰੋਚ ਦਾ ਜੋ ਲੋਕੀ ਚਾਹੁੰਦੇ ਹੁੰਦੇ ਨੇ ਇਹੇ ਚੀਜ਼ ਹੈ ਹਮ ਹੁਣ ਆਪਾਂ ਕਹਿਣ ਨੂੰ ਤਾਂ ਇੱਥੇ ਐਂ ਕਹੀ ਜਾਂਦੇ ਆ ਯਾਰ ਵੀ ਇਹ ਗਲਤ ਪ੍ਰਮੋਟ ਕਰਦੇ ਆ ਹਥਿਆਰ ਪ੍ਰਮੋਟ ਮੂਸੇ ਵਾਲੇ ਨੂੰ ਇਹੀ ਗੱਲ ਕਹਿੰਦੇ ਇਥਿਆਰ ਪ੍ਰਮੋਟ ਕਰਦਾ ਹੁਣ ਕਿਹਦੇ ਕਰੇ ਜਾ ਕੇ ਅਸਲਾ ਸਿੱਟਿਆ ਆ ਉਹ ਮੰਨਦੇ ਗੱਲ ਵੀ ਹੁਣ ਜਿਹਨੇ ਕਰਨਾਈ ਉਹਨੇ ਤਾਂ ਕਾਰ ਹੀ ਦੇਣਾ ਹਮ ਜਿਹਨੇ ਕਰਨਾ ਉਹਨੇ ਤਾਂ ਨਾਰਮਲ ਪਰਿਵਾਰ ਚ ਉੱਠ ਕੇ ਵੀ ਕਰਦੇ ਨਹੀਂ ਕਰਨਾ ਤਾਂ ਹੁਣ ਹਰੇਕ ਨੂੰ ਆਪਦਾ ਘਰ ਦੀਂਦਾ ਹੁਣ ਹਰੇਕ ਨੂੰ ਇਹ ਦੀਂਦਾ ਜੇ ਮਾੜਾ ਕੰਮ ਕਰੂੰਗਾ ਜੇ ਮੈਂ ਕਿਸੇ ਦੇ ਗੋਲੀ ਮਾਰੂੰਗਾ ਮੈਂ ਜੇਲ੍ਹ ਜਾਊਂਗਾ ਪਰ ਥੋੜਾ ਬੋਤਾ ਬਦਲਾਅ ਤਾਂ ਲੈ ਕੇ ਆ ਸਕਦੇ ਹਾਂ ਨਹੀਂ ਬਦਲਾਅ ਨਹੀਂ ਆਉਣਾ ਜੀ ਇਹ ਤਾਂ ਸਰਕਾਰਾਂ ਨੂੰ ਚਾਹੀਦਾ ਹੀ ਸਹੀ ਤਰੀਕੇ ਬੇਰੋਜ਼ਗਾਰੀ ਖਤਮ ਕੀਤੀ ਜਾਵੇ ਹੁਣ ਬਾਹਰਲੇ ਦੇਸ਼ਾਂ ਚ ਆਪਾਂ ਮੰਨਦੇ ਆ ਗੈਂਗਵਾਰ ਹੈਗੀ ਆ ਆ ਲੈਵਲ ਤੇ ਥੋੜੀ ਆ ਜਿਹੜੀ ਪੰਜਾਬ ਚ ਹੁਣ ਇੱਥੇ ਰੋਜ਼ਗਾਰ ਮਿਲੂਗਾ ਕਿ ਇਹਨੂੰ ਹੁਣ ਤੁਸੀਂ ਇਹ ਗੱਲ ਦੱਸੋ ਜੀ 15000 ਰੁਪਏ ਤੇ ਕੇਕੜੇ ਨੇ ਰੈਕੀ ਕਰਤੀ ਤੇ 15000 ਰਕਮ ਕਿੰਨੀ ਹੁੰਦੀ ਹੈ? ਤੁਸੀਂ। ਤੇ ਜੇ ਉਹ ਬੰਦੇ ਕੋਈ ਰਜਗਾਰ ਹੋਵੇ 30000 ਰੁਪਏ ਮਹੀਨੇ ਦਾ ਕਮਾਵੇ ਤੇ ਉਹ ਕਰੂ ਰੇਕੀ ਅੱਗੇ ਪਿੱਛੇ ਕੁਝ ਹੋਵੇ। ਹਾਂ। ਕੀਮਤ ਵੇਖੋ ਬੰਦੇ ਦੀ ਤੁਸੀਂ ਪੰਜਾਬ 'ਚ ਕੀ ਰਹਗੀ? ਇਹ ਚੀਜ਼ਾਂ ਨਸ਼ੇ ਵਾਲਾ ਫੈਕਟਰ ਵੀ ਬਹੁਤ ਜ਼ਿਆਦਾ। ਬਹੁਤ ਜ਼ਿਆਦਾ ਹੀ। ਨਸ਼ੇ ਨੇ ਤਾਂ ਖਤਮ ਕਰਤੀ ਰਿਸ਼ਤੇ ਨਾਤੇ ਭਲਾਤੇ। ਲੋਕਾਂ ਦੇ ਰਿਸ਼ਤੇ ਵੀ ਖਤਮ ਕਰਤੇ ਨੇ ਨਸ਼ੇ ਨੇ। ਰਿਸ਼ਤੇ ਹੈ ਹੀ ਨਹੀਂ ਮਾਪਿਓ ਨੂੰ ਮਾਪਿਓ ਹੀ ਨਹੀਂ ਸਾਹਮਣੇ ਦੇ ਹੁਣ ਜਿੰਨੇ ਗੈਂਗਸਟਰ ਸੀ ਆਹ ਆਪਾਂ ਦੇਖੇ ਆ ਇੰਟਰਵਿਊਆਂ ਦੇਖੀਆਂ ਸਾਰੇ ਆ ਮਾਪਿਓ ਕੀ ਕਹਿ ਰਹੇ ਸੀ ਫਿਰ ਸਾਡੇ ਲੋ ਗੋਲੀ ਮਾਰ ਦੋ ਸਾਡੇ ਲੋ ਗੋਲੀ ਮਾਰ ਦੋ ਜੇ ਉਹ ਤੰਗ ਸੀ ਤਾਂ ਹੀ ਕਹਿ ਰਹੇ ਸੀ ਇਹ ਤਾਂ ਹੁਣ ਤਾਂ ਬੈਠੇ ਤਾਂ ਗੱਲਾਂ ਹੋਰ ਹੁੰਦੀਆਂ ਆ ਆਹ ਗੱਲਾਂ ਤਾਂ ਨਾ ਹੁਣ ਤਾਂ ਬੈਠੇ ਬੰਦ ਲੀਡਰ ਬਣ ਜਾਂਦਾ ਜਿਹੜਾ ਉਹਨੂੰ ਆਪ ਦਾ ਉਹਨਾਂ ਕੇ ਦਾਈ ਰਹੀਦੇ ਸਨ ਥੱਲੇ ਲੈਵਲ ਤੇ ਆ ਕੇ ਵੇਖੀਓ ਕੀ ਚੱਲ ਰਿਹਾ ਪੰਜਾਬ ਚ ਕਿਵੇਂ ਦੁਖੀ ਆ ਲੋਕ ਕਿਹੜੀਆਂ ਚੀਜ਼ਾਂ ਤੋਂ ਕੋਈ ਨਹੀਂ ਇੱਥੇ ਪਹਿਲਾਂ ਹੀ ਕਰਦੇ ਆ ਗੱਲਾਂ ਵੋਟਾਂ ਤੋਂ ਉਦੋਂ ਬਾਅਦ ਕੋਈ ਨਹੀਂ ਪੁੱਛਦਾ ਕਿਸੇ ਨੂੰ ਇੱਥੇ ਗਾਣਾ ਸ਼ੂਟ ਹੋ ਗਿਆ ਦੁਬਾਰਾ ਫੇਰ ਉੱਥੇ ਚੱਲਦੇ ਆਂ ਗਾਣਾ ਸ਼ੂਟ ਹੋ ਜਾਂਦਾ ਫੇਰ ਗਾਣਾ ਸ਼ੂਟ ਹੋ ਗਿਆ ਹੀ ਸ਼ੂਟ ਕਰ ਕਰਾ ਕੇ ਤੇ ਗਾਣਾ ਰਿਲੀਜ਼ ਦਾ ਆ ਜਾਂਦਾ ਸਿਸਟਮ ਵੀ ਗਾਣਾ ਰਿਲੀਜ਼ ਕਰਨਾ ਹੂੰ ਤੇ ਜਿਸਾ ਮੈਨੂੰ ਅਦਾ ਕਹਿੰਦਾ ਯਾਰ ਬਈ ਗਾਣੇ ਤੇ ਤੂੰ ਪੈਸੇ ਲਾਤੇ ਗਿੱਲ ਹੂੰ ਵੀ ਐਂ ਕਰ ਬਈ ਆਪਾਂ ਗਾਣਾ ਮੁੰਡੇ ਯਾਰ ਦੋਸਤ ਹੈਗੇ ਆ ਹੂੰ ਵੀ ਤੇਰੇ ਕਾਰਨ ਨਹੀਂ ਜੋ ਸੱਚ ਆ ਮੈਂ ਤਾਂ ਨਵਾਂ ਹੂੰ ਗਾਣਾ ਕਹਿੰਦਾ ਮੈਂ ਲਿਖਿਆ ਮੈਂ ਵੀ ਨਵਾਂ ਹੂੰ ਵੀ ਸਿੰਘਾ ਤੇਰਾ ਯਾਰ ਆ ਵੀ ਤੇਰੇ ਲਈ ਇੰਨਾ ਕੁ ਤਾਂ ਕਰੂਗਾ ਵੀ ਆਪਾਂ ਗਾਣਾ ਕੰਪਨੀ ਨੂੰ ਦੇ ਦਿੰਨੇ ਆ ਜਿੰਨੇ ਕੁ ਪੈਸੇ ਤੇ ਲੱਗੇ ਆ ਉਹ ਮਿਲ ਜਾਣਗੇ ਹੂੰ ਬਾਕੀ ਗਾਣਾ ਉਹ ਵਧੀਆ ਚਲਾ ਦੇ ਦੇਣ ਦੇਣਗੇ ਵਧੀਆ ਚਲਾ ਦੇਣਗੇ ਤੇ ਮੈਗਾ ਠੀਕ ਆ ਜੱਸੇ ਕੋਈ ਗੱਲ ਕਰ ਲੈਨੇ ਆ ਯਾਰ ਹੂੰ ਮੈਂ ਸਿੰਘੇ ਨੂੰ ਫੋਨ ਲਾਇਆ ਮੈਂ ਇਹੀ ਗੱਲ ਬੋਲਿਆ ਮੈਂ ਕਿਹਾ ਵੀਰੇ ਯਾਰ ਬਈ ਜੱਸੇ ਦਾ ਫੋਨ ਆਇਆ ਸੀ ਐਂ ਕਰਕੇ ਗਾਣਾ ਦੇਣਾ ਕੰਪਨੀ ਨੂੰ ਇਹ ਉਹ ਤੇ ਕਹਿੰਦਾ ਮੈਂ ਤਾਂ ਨਹੀਂ ਦੇਣਾ ਗਾਣਾ ਹਮਮ ਰਿਕਾਰਡਿੰਗ ਕੀਤੀਆਂ ਪਈਆਂ ਮੇਰੇ ਕੋਲ ਗੱਲਾਂ ਸਾਰੀਆਂ ਇਹ ਕਹਿੰਦਾ ਮੈਂ ਨਹੀਂ ਦੇਣਾ ਗਾਣਾ ਕਹਿੰਦਾ ਇਹ ਕੰਪਨੀ ਤੋਂ ਹੀ ਕਰਨਾ ਮੈਂ ਕਿਹਾ ਬਾਈ ਤੈਨੂੰ ਹੀ ਪਤਾ ਯਾਰ ਮੈਂ ਕਿਵੇਂ ਪੈਸੇ ਲਾਇਆ ਹੱਥ じゃ ਟੈਟ ਆ ਥੋੜਾ ਜ ਮੈਂ ਹਣ ਨਾਲੇ ਗਾਂ ਵਾਲਾ ਗਾਣਾ ਕਰ ਲਾਂਗੇ ਬਈ ਇਹ ਕਿਹੜਾ ਵਿਆਹ ਦਾ ਪ੍ਰੋਗਰਾਮ ਆ ਵੀ ਇੱਕ ਕਰੀ ਲੱਗਣਾ ਮੈਨੂੰ ਤਾਂ ਗਾਂ ਵੀ ਦੇਣਾ ਹੀ ਪੈਣਾ ਕੋਈ ਹਮਮ ਕਹਿੰਦਾ ਮੈਂ ਨਹੀਂ ਦੇਣਾ ਤੂੰ ਗਾਂ ਵਾਲੇ ਗਾਣੇ ਦਾ ਬਜਟ ਲੈ ਲੈ ਗਾਂ ਵਾਲੇ ਗਾਣੇ ਦੇ ਵਿੱਚ ਵੀ ਮੈਂ ਇੰਨੀ ਫੀਚਰਿੰਗ ਕਰ ਦੂੰਗਾ ਹਮਮ ਮੈਂ ਫੇਸ ਟੂ ਫੇਸ ਬਹਿ ਕੇ ਵੀ ਗੱਲ ਕਰਨ ਨੂੰ ਤਿਆਰ ਆਂ ਇਹ ਆਏ ਨਹੀਂ ਮੈਂ ਜਿਹੜੀ ਗੱਲ ਕਰਕੇ ਜਾਊਂਗਾ ਕੋਈ ਝੂਠ ਫ ਤੇ ਮੈਗਾ ਠੀਕ ਹੈ ਬਾਈ ਕੋਈ ਚੱਕਰ ਨਹੀਂ ਚੱਲ ਆਪਾਂ ਪਰੇ ਵੀ ਤਾਂ ਮੈਨੂੰ ਆਏ ਸੀ ਯਾਰ ਚੱਲ ਗਾਣਾ ਕੀਤਾ ਸ਼ੋਭ ਸ਼ੋਭ ਪਰਮਾਤਮਾ ਦੀ ਕਿਰਪਾ ਨਾਲ ਆਵੇ ਹੂੰ ਤੇ ਉਸ ਤੋਂ ਬਾਅਦ ਗਾਣਾ ਰਿਲੀਜ਼ ਹੋ ਗਿਆ ਹੀ ਗਾਣੇ ਰਿਲੀਜ਼ ਦੇ ਵਿੱਚ ਵੀ ਇਹਨਾਂ ਨੇ ਕੋਈ ਜਿੱਦਾਂ ਕਹਿੰਦੇ ਹੁੰਦੇ ਆ ਵੀ ਵਧੀਆ ਤਰੀਕੇ ਨਾਲ ਜਾਂ ਕਿਵੇਂ ਸਪੋਰਟ ਜੀ ਕਰਨੀ ਉਹਨੇ ਕੀਤੀ ਜੀ ਨਹੀਂ ਹੈਨਾ ਤੇ ਇਹਦਾ ਕੀ ਕਾਰਨ ਸੀਗਾ ਬਸ ਆਈ ਗੱਲਾਂ ਹੁਣ ਜੀ ਪਹਿਲਾਂ ਹੀ ਕੜਤਣ ਪੈਣ ਲੱਗ ਗਈ ਸੀ ਜਦੋਂ ਗੱਲਾਂ ਹੋਈਆਂ ਕਾਰਨ ਬਣ ਗਏ ਵੀ ਹਾਂ ਵੇ ਉਹ ਜਦੋਂ ਮੈਂ ਗਾਣਾ ਦੇਣ ਨੂੰ ਕਿਹਾ ਉਦੋਂ ਵੀ ਨਹੀਂ ਇੰਨਾ ਮਨਜਾ ਸਾਡਾ ਮਿਲਦਾ ਸੀ ਤੇ ਇਹਨਾਂ ਨੇ ਚਲੋ ਜਿਵੇਂ ਜੇ ਕਰਕੇ ਗਾਣਾ ਸਿਰਤਾ ਉਹ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਸਾਰੇ ਸਰੋਤਿਆਂ ਨੇ ਮੈਨੂੰ ਚਾਹਣ ਵਾਲਿਆਂ ਨੇ ਇੰਨਾ ਕੁ ਪਿਆਰ ਦਿੱਤਾ ਵੀ ਚਲੋ ਗਾਣਾ ਕਲਿੱਕ ਹੋ ਗਿਆ ਗਾਣਾ ਕਲਿੱਕ ਹੋ ਗਿਆ ਤੇ ਗਾਣੇ ਨੇ ਰੀਲਾਂ ਬਣ ਲੱਗੀਆਂ ਇੰਸਟਾਗ੍ਰਾਮ ਤੇ ਉਹ ਵੀ ਰੱਬ ਵੱਲੋਂ ਬਣ ਲੱਗੀਆਂ ਰੱਬ ਨੇ ਬਾਹ ਫੜ ਲਈ ਮੈਂ ਇਹ ਵੀ ਸਾਰਾ ਕੁਝ ਭੁੱਲ ਭਲਾ ਕੇ ਮੈਂ ਹਯਾਰ ਚੱਲ ਮਿੱਟੀ ਪਾ ਦੇ ਜਿਹੜਾ ਕੋ ਕਰਨਾ ਹੀ ਕਰ ਲਿਆ ਹੁਣ ਮੇਰੇ ਕੋਲੇ ਕਿਹੜਾ ਗਾਂ ਪੂੰਜੀ ਸੀਗੀ ਮੈਂ ਤਾਂ ਵੇਚ ਕੇ ਸਾਰਾ ਕੋ 11 ਦੋਸਤਾਂ ਤੋਂ ਵੀ ਲੈ ਕੇ ਪੈਸੇ ਤੇ ਉਹ ਗਾਣਾ ਅੱਗੇ ਮੇਰੇ ਕੋਲ ਤਾਂ ਪੈਸਾ ਹੈ ਹੀ ਨਹੀਂ ਸੀ ਗਾਂ ਵਾਲਾ ਗਾਣਾ ਤਿਆਰ ਕਰਨ ਨੂੰ ਫਿਰ ਮੈਨੂੰ ਮੁੰਡੇ ਦਾ ਫੋਨ ਆਇਆ ਇਹਦਾ ਡਿਜੀਟਲ ਸਾਹ ਦਾ ਕਹਿੰਦਾ ਵੀਰੇ ਆਪਾਂ ਗਾਣਾ ਕਰ ਲਗੇ ਯਾਰ ਮੈਂ ਕਿਹਾ ਬਈ ਕਰ ਲਓ ਹੂੰ ਤੇ ਕਹਿੰਦਾ ਵੀਰਾ ਇੰਗਲੈਂਡ ਗਿਆ ਵਾ ਤੇ ਕਹਿੰਦਾ ਆਪਾਂ ਚੈਨਲ ਤੇ ਕਨਸੈਪਟ ਪਾਉਣਾ ਤੇ ਗਾਣਾ ਕਰ ਲੈਨੇ ਆ ਮੈਂ ਹਾਂ ਕਰ ਲਓ ਤੇ ਜੋ ਗਾਣਾ ਕਹਿੰਦੇ ਕਰਨ ਨੂੰ ਕਿਹਾ ਇਹਨੂੰ ਤੇ ਮੈਨੂੰ ਲੈ ਗਏ ਉੱਥੇ ਮਿਊਜ਼ਿਕ ਸਟੂਡੀਓ ਇਹਨਾਂ ਦਾ ਯਾਰ ਦੋਸਤੀ ਸੀਗਾ ਗਾਣਾ ਚਲੋ ਰੋਮਾਂਟਿਕ ਸੀ ਲਿਖਿਆ ਵੀ ਮੁੰਡਾ ਯਾਰ ਦੋਸਤੀ ਉਹਦਾ ਹੀ ਸੀ ਤੇ ਮੈਂ ਗਾਣਾ ਗਾਇਆ ਮੈਂ ਕਿਹਾ ਭਾਈ ਗਾਣੇ ਆਪਾਂ ਕਿਹੜਾ ਕੋਈ ਯਾਰ ਲਾਲਚਾ ਮੈਂ ਕਿਹਾ ਪਹਿਲੇ ਗਾਣੇ ਦਾ ਸਾਰਾ ਪੈਸਾ ਮੇਰਾ ਲੱਗਿਆ ਨਾ ਭਾਈ ਤੁਸੀਂ ਪਾਇਆ ਚੈਨਲ ਤੇ ਮੈਂ ਇਹ ਨਹੀਂ ਆਂਦਾ ਉਹਨੇ ਗਾਣੇ ਨੇ ਲੱਖਾਂ ਹੀ ਕਮਾਤੇ ਨਾ ਹੀ ਮੈਂ ਇਹ ਆ ਨਾ ਵੀ ਰੁਪਈਆ ਨਹੀਂ ਕਮਾਇਆ ਨਾ ਹੀ ਮੈਂ ਕਿਹਾ ਤੁਹਾਡੇ ਨਾਲ ਮੇਰੀ ਕੋਈ ਗੱਲ ਹੋਈ ਸੀ ਵੀ ਜੇ ਵੀ ਪੈਸੇ ਕਮਾਊਗਾ ਤਾਂ ਮੈਂ ਲਵਾਂਗਾ ਠੀਕ ਹੈ ਮੈਂ ਹਾਂ ਤੁਸੀਂ ਕਮਾਲਿਆਂ ਹੁਣ ਤਾਂ ਇਨਸਾਨੀਅਤ ਤੌਰ ਤੇ ਤੁਸੀਂ ਇਹ ਵੀ ਵੇਖੋ ਵੀ ਪਹਿਲਾ ਗਾਣਾ ਦਿੱਤਾ ਯਾਰ ਆ ਗਾਂ ਵਾਲਾ ਗਾਣਾ ਤਾਂ ਬਈ ਇਹ ਸਿੰਗਾ ਵਿੱਚ ਫੀਚਰ ਕਰ ਦੂਗਾ ਜਾਂ ਫੀਚਰ ਵੀ ਛੱਡੋ ਬਈ ਮੈਂ ਜਿਹੜਾ ਗਾਣਾ ਕਰੂੰਗਾ ਹੂੰ ਵੀ ਤੁਸੀਂ ਆਪਦੇ ਚੈਨਲ ਤੇ ਛੱਡਣਾ ਤੁਹਾਡਾ ਆਪ ਦਾ ਮਿਊਜ਼ਿਕ ਵਾਲਾ ਤੁਸੀਂ ਆਪੇ ਤਿਆਰ ਕਰਕੇ ਛੱਡ ਲਓ ਮੇਰਾ ਤਾਂ ਪੈਸਾ ਨਹੀਂ ਇਹਨਾਂ ਲੱਗਣਾ ਚਾਹੀਦਾ ਵੀਰੇ ਹੁਣ ਇਹ ਤਾਂ ਹੈ ਹੀ ਨਹੀਂ ਮੈਂ ਗਾਂ ਵਾਲੇ ਗਾਣੇ ਤੇ ਵੀ ਸਾਰੇ ਪੈਸੇ ਲਾ ਕੇ ਇਹਨਾਂ ਨੂੰ ਦੇ ਦਾਂ ਹੂੰ ਇਹਨਾਂ ਨੇ ਕੀ ਕੀਤਾ ਕਹਿੰਦੇ ਵੀਰੇ ਮੈਨੂੰ ਹੂਨ ਆ ਗਿਆ ਚਲੋ ਵੋਕਲ ਕਰਿਆ ਹੋਇਆ ਮੈਂ ਤੇ ਕਹਿੰਦੇ ਬਈ ਵੀ ਮਿਕਸ ਮਾਸਟਰ ਦੇ ਪੈਸੇ ਕਰ ਲਿਓ ਫਿਰ ਤੁਸੀਂ ਮਿਕਸ ਮਾਸਟਰ ਕਰਾਉਂਦੇ ਹੁੰਦੇ ਆ ਇੱਕ 뮤זיਕ ਕਰਨ ਤੋਂ ਬਾਅਦ ਨਾ ਉਹਨੂੰ 10 ਤੋਂ 15000 20000 ਰੁਪਿਆ ਵੀ ਖਰਚਾ ਇੰਨਾ ਆ ਜਾਂਦਾ ਹੂੰ ਮੈਂ ਕਿਹਾ ਬਾਈ ਜੇ ਮਿਕਸ ਮਾਸਟਰ ਹੀ ਮੈਂ ਕਰਾਉਣਾ ਤੇ ਪੈਸੇ ਹੀ ਮੈਂ ਲਾਉਣੇ ਆ ਤੇ ਫਿਰ ਮੈਂ ਆਪਦਾ ਚੈਨਲ ਬਣਾ ਕੇ ਛੱਡ ਲੈਣਾ ਤੇ ਬਾਈ ਤੁਸੀਂ ਵੇਖ ਲਿਓ ਜੇ ਉਹ ਫਿਰ ਮੈਂ ਸੋਚਿਆ ਮੈਂ ਕਿਹਾ ਯਾਰ ਤੁਸੀਂ ਜਮੇ ਯਾਰ ਸ਼ਰਮ ਲਾਤੀ ਵੀ ਪਹਿਲਾਂ ਵਾਲੇ ਗਾਣੇ ਦਾ ਵੀ ਮੈਂ ਤਾਂ ਰੁਪਿਆ ਨਹੀਂ ਲਿਆ ਤੁਹਾਡੇ ਤੋਂ ਕੋਈ ਗੱਲਾਂ ਨਾ ਹੁਣ ਜਿਹੜੇ ਇਹਦੇ ਵਿਦਵਾਨ ਆ ਜਾਂ ਕੁਝ ਇਹਦੇ ਚੌਣ ਵਾਲੇ ਮੈਨੂੰ ਉਥੇ ਉਹਦੇ ਥੱਲੇ ਵੀ ਇੰਸਟਾਗ੍ਰਾਮ ਦੇ ਥੱਲੇ ਵੀ ਮਲਗਾਂ ਮੋਟੇ ਗਾਲਾਂ ਜਾਂ ਇਹਨਾਂ ਦੇ ਆਪ ਦੀ ਬਣਾਈ ਆਈ ਪੀ ਪੂਜੇ ਇਹਨਾਂ ਨੂੰ ਪਤਾ ਹੁਣ ਸਿੰਘੇ ਨਾਲ ਦੀ ਹੈ ਨਹੀਂ ਕੋਈ ਗਾਲਾਂ ਗੂਲਾਇਆਂ ਕੱਢਦੇ ਆ ਵੀ ਤੂੰ ਐਂ ਕਰਕੇ ਤੇਰੀ ਉਹਨੇ ਬਾਹ ਫੜੀ ਮੇਰੀ ਕਾਦੀ ਬਾਹ ਫੜ ਲਈ ਪੈਸਾ ਤਾਂ ਸਾਰਾ ਮੈਂ ਲਾਇਆ ਜੇ ਫੀਚਰਿੰਗ ਕਰਾਉਣੀ ਆ ਨਾ ਆਪਾਂ ਕਿਸੇ ਦੀ ਇਹ ਸਿੰਗਿੰਗ ਆਈ ਬਿਜ਼ਨਸ ਆ ਨਾ ਆਪਣਾ ਬਿਲਕੁਲ ਤੇ ਮੈਂ ਕਿਸੇ ਨੂੰ ਜਾ ਕੇ ਕਹਾਂ ਬਾਈ ਫਲਾਣੇ ਕਿਸੇ ਹੋਰ ਸਿੰਗਰ ਨੂੰ ਵੀ ਕਹਦਾ ਬਾਈ ਚੱਕ ਇੰਨੇ ਪੈਸੇ ਤੇ ਤੂੰ ਮੇਰੇ ਗਾਣੇ ਚ ਆਊਗਾ ਨਾ ਬਿਲਕੁਲ ਆਊਗਾ ਤੇ ਫਿਰ ਇਹਨੇ ਕਾਦੀ ਮੇਰੀ ਬਾਹ ਫੜ ਲਈ ਬਾਹ ਤਾਂ ਸਮਾਦੀ ਇਹਨੂੰ ਫੜ ਚੰਗੇ ਮਾੜੇ ਕੰਮਾਂ 'ਚ ਹੁਣ ਮੈਂ ਉਹ ਗੱਲਾਂ ਕਹਿਣਗਾ ਨਹੀਂ ਚਾਹੁੰਦਾ ਬਹੁਤ ਗੱਲਾਂ ਹੱਦੋਂ ਪਰੇ ਵੀ ਇਹ ਫੇਸ ਟੂ ਫੇਸ ਮੇਰੇ ਨਾਲ ਬਹਿ ਕੇ ਕਰ ਲੇ ਵੀ ਇਹੋ ਜਿਹੇ ਮਾੜੇ ਕੰਮ ਕਿੱਥੇ ਮੈਂ ਪਿੱਠ ਦਿਖਾਈ ਇਹਨੂੰ ਕੋਈ ਲੜਾਈ ਪੜਾਈ ਵਾਲੇ ਕੰਮ 'ਚ ਕਿਤੇ ਵੀ ਕਿਸੇ ਐਂਗਲ ਤੋਂ ਮੈਨੂੰ ਗਲਤ ਸਾਬਤ ਕਰਦੇ ਤੁਸੀਂ ਤਾਂ ਇੰਨਾ ਜ਼ਿਆਦਾ ਡੀਪਲੀ ਇਸ ਇੰਡਸਟਰੀ ਦੇ ਵਿੱਚ ਵੜੇ ਹੋਏ ਹੋ ਔਰ ਤੁਸੀਂ ਉਸ ਚੀਜ਼ ਦੇ ਵਿੱਚ ਵੀ ਸਮਾਂ ਕੱਟ ਕੇ ਆਏ ਹੋ ਕੀ ਵਾਕਈ ਹੀ ਇਹ ਇੰਡਸਟਰੀ ਗੈਂਗਸਟਰਾਂ ਦੇ ਵਿੱਚ ਇਨਵੋਲ ਹੈਗੀ ਹੈ ਸਾਰੇ ਵੀ ਨਹੀਂ ਕਹਿ ਸਕਦੇ ਇਹ ਆਪਾਂ ਹੂੰ ਆਈ ਨਹੀਂ ਕਹਿ ਸਕਦੇ ਵੀ ਸਾਰੇ ਹੀ ਆ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਵਿੱਚ ਹੁੰਦੇ ਵੀ ਆਈ ਵਿੱਚ ਗੈਂਗਸਟਰ ਹੁਣ ਮੰਨ ਕੇ ਚੱਲੋ ਆਈ ਨਹੀਂ ਕਹਿ ਸਕਦੇ ਆਪਾਂ ਵੀ ਸਿੰਗਰਾਂ ਦਾ ਗੈਂਗਸਟਰ ਨਾਲ ਕੋਈ ਲਿੰਕ ਆ ਹੁਣ ਜੇ ਮੈਨੂੰ ਫੋਨ ਹੀ ਮੰਨ ਕੇ ਚੱਲੋ ਤੁਹਾਨੂੰ ਹੀ ਆ ਗਿਆ ਫੋਨ ਹੁਣ ਡਰ ਦੇ ਮਾਰੇ ਤਾਂ ਮੂੰਹ ਪਿਆਰ ਬਣਾਉਣਾ ਹੀ ਪੈਣਾ ਗੋਲੀ ਤੋਂ ਤਾਂ ਹਰੇਕ ਨੂੰ ਹੀ ਡਰਾਂ ਗੈਂਗਸਟਰ ਨੂੰ ਖੁਸ਼ ਕਰਨ ਦੇ ਲਈ ਗਾਣੇ ਵੀ ਗਾਉਂਦੇ ਨੇ ਕਰਨਾ ਹੀ ਪੈਂਦਾ ਈ ਸਾਰਾ ਕੁਝ ਹੁਣ ਜਿਹਨੂੰ ਡਾਰਾ ਉਹ ਕਰੀ ਜਾਂਦਾ ਜਿਹੜਾ ਹੁਣ ਮੰਨ ਕੇ ਚੱਲੋ ਜਿਹੜਾ ਨਹੀਂ ਕਹਿਣ ਦਾ ਮਤਲਬ ਹੁਣ ਇਹ ਗੱਲ ਕਹਿ ਲਓ ਜਿਵੇਂ ਹੁਣ ਸਾਹਮਣੇ ਆ ਰਹੀ ਹੈ ਜਿਵੇਂ ਉਹ ਆਹ ਇੰਟਰਵਿਊਆਂ ਸਾਹਮਣੇ ਆ ਰਹੀਆਂ ਵੀ ਇਹੀ ਇਹਨੂੰ ਕਹਿੰਦੇ ਸੀ ਮੂਸੇ ਵਾਲੇ ਨੂੰ ਤੂੰ ਹਟ ਜਾ ਇਹ ਹਟਿਆ ਨਹੀਂ ਤੇ ਫਿਰ ਜਿਹੜਾ ਨਹੀਂ ਹਟਦਾ ਫਿਰ ਉਹਦਾ ਹਾਲ ਇਹੋ ਜਿਹਾ ਹੋ ਜਾਂਦਾ ਤੇ ਨਹੀਂ ਫਿਰ ਮੌਤ ਤੋਂ ਤਾਂ ਹਰੇਕ ਨੂੰ ਹੀ ਡਰ ਲੱਗਦਾ ਕਿਨੂੰ ਨਹੀਂ ਲੱਗਦਾ ਵੀ ਮੈਂ ਮਰਨਾ ਜਾਵਾਂ ਯਾਰ ਇਹ ਚੀਜ਼ ਵੇ ਕਈਆਂ ਦੇ ਹੁੰਦੇ ਵੀ ਆਈ ਕਈਆਂ ਦੇ ਤੇਓ ਪ੍ਰੇਮ ਹੋਂ ਤੇਓ ਪ੍ਰੇਮ ਤਾਂ ਇਹੀ ਬਣ ਜਾਂਦਾ ਜੀ ਜਦੋਂ ਫੋਨ ਲਾ ਲਾ ਕਿਸੇ ਨੂੰ ਫੋਨ ਲਾ ਲਿਆ ਹਾਂ ਕਿਹਾ ਯਾਰ ਤੂੰ ਫਲਾਣੇ ਥਾਂ ਜਾਣਾ ਜਾਂ ਤਾਂ ਮੂਹ ਪਿਆਰ ਨਾਲ ਅਗਲਾ ਗੱਲ ਕਰੂਗਾ ਤਾਂ ਸਿੰਘੇ ਨਾਲ ਤੁਸੀਂ ਮਾੜੇ ਔਖੇ ਸਮੇ ਸਾਰਾ ਸਾਰਾ ਹੜਾਇਆ ਏ ਟੂ ਜ਼ेड ਚਾਹੇ ਥੋੜਾ ਹੜਾਇਆ ਚਾਹੇ ਬਾਲਾ ਹੜਾਇਆ ਹੁਣ ਮੈਨੂੰ ਐ ਤਾਂ ਯਾਦ ਨਹੀਂ ਵੀ ਕਿੰਨਾ ਕ ਸਮਾਂ ਇਹਦੇ ਨਾਲ ਰਹੇ ਆ ਮਨ ਕੇ ਜੋ 6 ਸਾਢੇ ਡੇਢ ਸਾਲ 2 ਸਾਲ ਦੇ ਕਰੀਬ ਤਾਂ ਰਿਹਾ ਹੀ ਹੋਊਗਾ ਡੇਢ ਸਾਲ ਤਾਂ ਰਿਹਾ ਹੀ ਹੋਊਗਾ ਮੁੜ ਕੇ ਕਦੀ ਗੱਲ ਨਹੀਂ ਹੋਈ ਫਿਰ ਆਪਣੀ ਕਦੇ ਆ ਹੁਣ ਹੋਈ ਸੀ ਥੋੜਾ ਟਾਈਮ ਪਹਿਲਾਂ ਹੀ ਥੋੜੀ ਮੇਰਾ ਗੱਲ ਮੈਂ ਗੱਲ ਨਹੀਂ ਕਰਦਾ ਹੀ ਕਿਸੇ ਨਾਲ ਵੀ ਜਿਵੇਂ ਤੁਸੀਂ ਤਾਂ ਗੱਲਾਂ ਮੈਨੂੰ ਪੁੱਛ ਲਈਆਂ ਕਿਉਂਕਿ ਗੱਲ ਮੈਂ ਮੇਰਾ ਕੋਈ ਇਹ ਵੇ ਨਹੀਂ ਹੈਗਾ ਵੀ ਮੈਂ ਇਹਦੇ ਖਿਲਾਫ ਬੋਲੀ ਜਾਂ ਨਾ ਜਾਂ ਕੁਝ ਵੀ ਹੈ ਹੂੰ ਹੂੰ ਕਿਉਂਕਿ ਮੈਂ ਕਿਸੇ ਕੋਲੇ ਵੀ ਜਾਊਂਗਾ ਨਾ ਮੈਨੂੰ ਇਹੀ ਚੀਜ਼ ਪੁੱਛੂਗਾ ਭਾਈ ਤੂੰ ਕਲਾਕਾਰੀ ਚ ਕਿਵੇਂ ਆਇਆ ਤੁਸੀਂ ਤਾਂ ਮੈਨੂੰ ਇਹੀ ਪੁੱਛਿਆ ਨਾ ਵੀ ਤੂੰ ਕਲਾਕਾਰੀ ਚ ਕਿਵੇਂ ਆਇਆ ਹੁਣ ਮੋਢੀ ਇਹ ਹੈ ਜਦੋਂ ਤੇ ਫਿਰ ਦੱਸੂਗਾ ਹੀ ਇਹ ਤੇ ਫਿਰ ਗਾਂ ਬੰਦਾ ਇਹ ਵੀ ਪੁੱਛ ਲੈਂਦਾ ਭਾਈ ਤੂੰ ਹੁਣ ਨਹੀਂ ਇਹਦੇ ਨਾਲ ਹੂੰ ਫਿਰ ਮੈਂ ਕਾਰਨ ਦੱਸਨੇ ਪੈ ਜਾਂਦੇ ਆ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਜਿਵੇਂ ਆਪਾਂ ਨੂੰ ਕੋਈ ਆਇਆ ਨਹੀਂ ਹੈਗੀ ਲੋਕ ਇੱਥੇ ਤੁਹਾਨੂੰ ਪਤਾ ਹੀ ਹੈ ਜਿਹੜੇ ਵਿਦਵਾਨ ਬਣੇ ਬੈਠੇ ਆ ਚਾਰ ਖਚੌਣ ਵਾਲੇ ਮਗਰ ਹੁੰਦੀ ਹੈ ਕਿਸੇ ਦੀ ਹੁਣ ਜੇ ਮੈਨੂੰ ਚੌਣ ਵਾਲੇ ਪੰਜ ਆ ਇਹਨੂੰ ਹਜ਼ਾਰਾਂ ਚ ਹੋਣਗੇ ਉਹਨਾਂ ਨੇ ਥੱਲੇ ਗਾਂ ਤੂੰ ਆਏ ਆ ਤੂੰ ਜੋ ਆ ਆਪਾਂ ਨੂੰ ਨਾ ਕੋਈ ਉਹ ਜਾ ਚੱਕਰਾ ਬੁਲੀ ਜਾਂਦਾ ਬੁਲੀ ਜਾ ਬਈ ਆਪਾਂ ਤਾਂ ਸੱਚ ਕਹਿਣਾ ਹੀ ਕਹਤਾ ਜਿਹੜਾ ਬੰਦਾ ਨਾਲ ਰਿਆ ਹੁਣ ਉਹਨੂੰ ਤਾਂ ਪਤਾ ਹੀ ਆ ਜਿਨੇ ਵੇਖਿਆ ਹੀ ਨਹੀਂ ਕੁਛ ਮੈਂ ਗੱਲ ਹੀ ਨਹੀਂ ਕਰਨਾ ਚਾਹੁੰਦਾ ਸੀ ਇਹਦੀ ਪਰ ਹੁਣ ਸਟਾਰਟਿੰਗ ਹੀ ਇਹਦੇ ਤੋਂ ਹੁੰਦੀ ਆ ਫਿਰ ਹੁੰਦਾ ਕੀ ਹੈ ਕਿਉਂ ਵੱਖੋ ਵੱਖਰਾ ਹੋ ਜਾਂਦੇ ਨੇ ਜਿੱਥੇ ਪਹਿਲਾਂ ਇਕੱਠੇ ਰਹਿੰਦੇ ਹਾਂ ਫਿਰ ਕਿਵੇਂ ਵੱਖ-ਵੱਖ ਹੋ ਜਾਂਦੇ ਵੱਖ-ਵੱਖ ਆਏ ਹੋ ਯਾਨੀ ਪਹਿਲਾਂ ਗਾਣਿਆਂ ਗੁਣਿਆਂ ਵਾਲੀਆਂ ਗੱਲਾਂ ਤਾਂ ਅਡ ਰਹਿ ਗਈ ਗਾਣਿਆਂ ਦਾ ਤਾਂ ਆਪਾਂ ਨੂੰ ਕੋਈ ਐਂ ਸਿਸਟਮ ਹੀ ਨਹੀਂ ਸੀਗਾ ਵੀ ਨਾ ਹੀ ਮੈਨੂੰ ਇਹ ਸੀ ਵੀ ਪੈਸੇ ਜਾਂ ਮੈਂ ਮੈਂ ਪਹਿਲੇ ਲੈਣੀਆਂ ਜਾਂ ਕੁਝ ਵੀ ਚਲੋ ਅਡ ਮੈਟਰ ਸੀ ਮੈਂ ਇਹ ਸੋਚ ਲਿਆ ਯਾਰ ਵੀ ਚਲੋ ਮੇਰੀ ਐਂਟਰੀ ਹੋ ਗਈ ਮੇਰੇ ਚਾਹੇ ਪੈਸੇ ਲਾਗੇ ਚਾਹੇ ਮੈਂ ਵੇਚ ਕੇ ਲਾਤੇ ਕੁਝ ਵੀ ਕਰਤੇ ਵੀ ਮੈਨੂੰ ਕੁਝ ਨਹੀਂ ਚਾਹੀਦਾ ਵੀ ਤੁਸੀਂ ਆਪਦਾ ਕੰਮ ਥੋੜਾ ਠੀਕ ਹੈ ਤੇ ਮੇਰਾ ਆਪਦਾ ਠੀਕ ਹੈ ਮੈਂ ਆਪਦਾ ਰਾਹ ਵੱਖੋ ਵੱਖਰੇ ਕਰ ਲੇ। ਉਦੋਂ ਬਾਅਦ ਜੀ ਬੰਦੇ ਨੂੰ ਐਵੇਂ ਟਿਕੰਨੀ ਨਹੀਂ ਦੇਣਾ। ਬਿਆਣਬਾਜ਼ੀ ਕਰੀ ਜਾਣੀ। ਜਦੋਂ ਆਪਣੀ ਬੰਨ ਨੂੰ ਹੀ ਹਟ ਗਈ ਫਿਰ ਤਾਂ ਬਿਆਣਬਾਜ਼ੀ ਦੀ ਲੋੜ ਹੀ ਨਹੀਂ। ਮੁੰਡਾ ਪ੍ਰਿਆੰਕਲ ਹੁੰਦਾ ਸੀ ਪਹਿਲਾਂ ਤਾਂ ਉਹਦੇ ਨਾਲ ਵਧੀਆ ਪਿਆਰ ਹੁੰਦਾ ਹੀ ਇਹਦਾ। ਤੇ ਉਹਦੇ ਦੱਸਣ ਦੀਆਂ ਗੱਲਾਂ। ਤੇ ਕਹਿੰਦਾ ਲੁਧਿਆਣੇ ਗਏ ਸੀ ਇਹ ਤੇ ਕਹਿੰਦਾ ਉਹ ਉਹਨੂੰ ਉਹਨੂੰ ਮੈਂ ਪ੍ਰਿਆੰਕਲ ਨੂੰ ਫੋਨ ਲਾ ਲਿਆ ਮੈਂ ਕਿਹਾ ਪ੍ਰਿਆੰਕਲ ਕਿੱਥੇ ਆ ਯਾਰ। ਕਹਿੰਦਾ ਭਾਈ ਮੈਂ ਲੁਧਿਆਣੇ ਆ ਇੱਥੇ ਮੈਂ ਕਿਹਾ ਮੈਂ ਵੀ ਲੁਧਿਆਣੇ ਆਏ ਮਿਲਦੇ ਆ ਤੇ ਪ੍ਰਿਆੰਕਲ ਇਹਦੇ ਕੋਲੇ ਬੈਠ ਤੇ ਪ੍ਰੈਂਕਲਾਂ ਦਾ ਕਹਿੰਦਾ ਗੱਲ ਆ ਵੀ ਮਿਲਿਆ ਵਾਂ ਕਹਿੰਦਾ ਮਿਲਿਆ ਮਿਲਿਆ ਜਾ ਕੇ ਤੇ ਇਹ ਗੱਲਾਂ ਕਰਦੇ ਹੀ ਕਹਿੰਦਾ ਜਿਹੜਾ ਮੁੱਛਾਂ ਰੱਖੀ ਫਿਰਦਾ ਨਾ ਕਹਿੰਦਾ ਮੁੱਛਾਂ ਪਟਣਾਂ ਗੱਲ ਦੀਆਂ ਖਣੀ ਇਹ ਬੋਲਿਆ ਖਣੀ ਸਿੰਘਾ ਪ੍ਰੈਂਕਲ ਦੇ ਦੱਸਣ ਦੀ ਗੱਲ ਆ ਉਦੋਂ ਬਾਅਦ ਮੈਂ ਇਹਨੂੰ ਕਿਹਾ ਵੀ ਤੂੰ ਮੁੱਛਾਂ ਹੀ ਤਾਂ ਗੱਲ ਦੂਰ ਆ ਵੀ ਤੂੰ ਮਰੇ ਮੁੱਛਾਂ ਨੂੰ ਹੱਥ ਹੀ ਲਾ ਜੀ ਤੇ ਮੈਂ ਤੌ ਲਵਾ ਦੂੰ ਆ ਉਹਦੀ ਵੀ ਹੁਣ ਮੈਂ ਇਹੋ ਜੀਆਂ ਗੱਲਾਂ ਕਰਨੀਆਂ ਨਹੀਂ ਚਾਹੁੰਦਾ ਵੀ ਵੀ ਆਪ ਦਾ ਤਰਾ ਜੇ ਤੂੰ ਆਪ ਨਹੀਂ ਰੱਖੀਆਂ ਵੀ ਤੇਰਾ ਮੂੰਹ ਜਨਾਨੇ ਵਰਗਾ ਠੀਕ ਆ ਵੀ ਜੇ ਕਿਸੇ ਦੇ ਰੱਖੀਆਂ ਤੇ ਉਹਦੀ ਤਾਂ ਕਦਰ ਕਰ ਦੂਜੀ ਗੱਲ ਤੇਰੇ ਨਾਲ ਬਣਦੀ ਕਰਦੀ ਰਹੀ ਮੈਂ ਸਾਰਿਆਂ ਨੂੰ ਇਹ ਪੁੱਛਣਾ ਚਾਹਣਾ ਵੀ ਮੈਂ ਇਹਦਾ ਮਾੜਾ ਕੀ ਕੀਤਾ ਪੈਸੇ ਲਾ ਕੇ ਕੋਲੋਂ ਕੋਈ ਪ੍ਰੋਜੈਕਟ ਦਿੱਤਾ ਤਾਂ ਇਹਨੇ ਕਮਾਈ ਕੀਤੀ ਦੂਜੀਆਂ ਗੱਲਾਂ ਮੈਨੂੰ ਇਹੋ ਜੀਆਂ ਉਹ ਉਹ ਗੱਲਾਂ ਵੀ ਉੱਥੇ ਹਾਈ ਕੋਰਟ ਘੁੰਮਣ ਬ੍ਰਦਰ ਦੇ ਆਪਣੇ ਦਫ਼ਤਰ ਦੇ ਵਿੱਚ ਕਲੀਅਰ ਹੋਈਆਂ ਫਿਰ ਇਹ ਉੱਥੇ ਸਾਰਾ ਸਾਰ ਮੋਕਰ ਗਿਆ ਕਹਿੰਦਾ ਆ ਕਿ ਮੈਂ ਤਾਂ ਕਹਿੰਦਾ ਕਿਆ ਹੀ ਨਹੀਂ ਮੈਂ ਕਹਾ ਠੀਕ ਹੈ ਭਾਈ ਨਹੀਂ ਕਿਹਾ ਤਾਂ ਓਕੇ ਹੈ ਹੋਰ ਗੱਲਾਂ ਕਾਫੀ ਸੌਣ ਨੂੰ ਮਿਲੀਆਂ ਮੈਂ ਆਪਾਂ ਹੀ ਆਪਾਂ ਮਿੱਟੀ ਪਾ ਦੀਏ ਤੇ ਮੈਂ ਹੈ ਯਾਰ ਚੱਲ ਕੋਈ ਨਾ ਮੈਂ ਕਹਾ ਜਿੱਦੇ ਮੇਰੇ ਸਾਹਮਣੇ ਤੂੰ ਮਾੜਾ ਕਰਦਾ ਦਿਖ ਗਿਆ ਕੋਹ ਬਈ ਆਪਾਂ ਵੇਖ ਲਾਂਗੇ ਉਦੇ ਫਿਰ ਭੱਜੇ ਨੂੰ ਵਾਂ ਤਾਂ ਇੱਕੋ ਜਿਹਾ ਹੀ ਆ ਤੂੰ ਵੀ ਕਲਾਕਾਰੀ ਉਹੋ ਜੀ ਕਰਦਾ ਤੇ ਮੈਂ ਵੀ ਉਹੋ ਜੀ ਕਰਦਾ ਹਰ ਵੇਖ ਲਾਂ ਕਿਹਦੇ ਹੈਨਾ ਪਰ ਲੱਗਦਾ ਨਹੀਂ ਕੰਟਰੋਵਰਸੀਜ਼ ਇਦਾਂ ਹੀ ਕ੍ਰੀਏਟ ਹੁੰਦੀਆਂ ਆਈ ਹੁੰਦੀਆਂ ਆਈ ਹੁੰਦੀਆਂ ਹੀ ਆਈ ਹੁੰਦੀਆਂ ਹੁਣ ਮੰਨ ਕੇ ਚੱਲੂਈ ਮੈਨੂੰ 1.5 ਸਾਲ ਵਾਂਗੂ ਹੋਣ ਵਾਲਾ ਇਹ ਲਾਈਨ ਦੇ ਵਿੱਚ ਇਹਨਾਂ ਨੂੰ 7 ਗਾਣੇ ਆ ਗਏ ਹਨ ਤੇ ਇਹ ਗਾਣਾ ਕਰਨ ਤੋਂ ਹੀ ਬਾਅਦ ਮੈਂ ਤਾਂ ਇੰਟਰਵਿਊਆਂ ਦੇਣ ਲੱਗ ਜਾਂਦਾ ਐ ਕਰਨ ਲੱਗ ਜਾਂਦਾ ਯਾਰ ਮੇਰੇ ਨਾਲ ਐ ਕੀਤਾ ਜਿਉਂ ਜਾਂ ਮੈਂ ਲਾਈਵ ਹੋ ਕੇ ਆਪ ਹੀ ਬੋਲਣ ਲੱਗ ਜਾਂਦਾ ਗਾਲਾਂ ਹੀ ਕੱਢਣ ਲੱਗ ਜਾਂਦਾ ਆਖਰ ਨੂੰ ਇਹਨੇ ਤਾਂ ਬੋਲਣਾ ਹੀ ਸੀ ਹੂੰ ਕੰਟਰੋਵਰਸੀ ਚੱਲ ਪੈਣੀ ਸੀ ਨਾ ਕੰਟਰੋਵਰਸੀ ਨਾਲ ਕੀ ਆ ਦੋਵੇਂ ਤਰ੍ਹਾਂ ਨੂੰ ਹੀ ਫਾਇਦਾ ਨਾ ਆਪਾਂ ਇਹ ਚੀਜ਼ ਕੀਤੀ ਨਹੀਂ ਮੈਂ ਪ੍ਰਮਾਤਮਾ ਅੱਗੇ ਹੀ ਗਿਆ ਜੇ ਆਪਣੇ ਕੰਮ 'ਚ ਦਾਮਨ ਉਹ ਅੱਗੇ ਆਊਗਾ ਪਰ ਐਡੀਆਂ ਗੱਲਾਂ ਤਾਂ ਕੋਈ ਵੀ ਨਹੀਂ ਸੁਣ ਸਕਦਾ ਜੀ ਕੋਈ ਵੀ ਨਹੀਂ ਸੁਣ ਸਕਦਾ ਜਿਹੜੇ ਕੰਮ ਬੰਦੇ ਦਾ ਇਹ ਕੰਮ ਨਾਲ ਵਾਹ ਵਾਸਤਾ ਵੀ ਨਹੀਂ ਨਾ ਲੜਾਈ ਪੜਾਈ ਨਾਲ ਉਹੋ ਵੀ ਨਹੀਂ ਇਹੋ ਜੀਆਂ ਗੱਲਾਂ ਸੁਣ ਸਕਦਾ ਤੇ ਆਪਾਂ ਇਹਨੂੰ ਫਿਰ ਮੈਂ ਤਾਂ ਕਹਤਾ ਹੀ ਮੈਂ ਕਿਹਾ ਬਈ ਕੋਈ ਗੱਲ ਨਹੀਂ ਤੂੰ ਆਪਦੇ ਘਰੇ ਠੀਕ ਆ ਮੈਂ ਆਪਦੇ ਘਰੇ ਠੀਕ ਆ ਜਿੱਦੇ ਆਪਣਾ ਦਾ ਪੜ ਗਿਆ ਜਾਂ ਤੂੰ ਮੈਨੂੰ ਮਾੜਾ ਬੋਲਦਾ ਦੇਖ ਲਿਆ ਆਪਾਂ ਵੇਖ ਲਾਂਗੇ ਸਿਸਟਮ ਕੋਈ ਗੱਲ ਨਹੀਂ ਤੇ ਹੁਣ ਕਿਵੇਂ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਨਹੀਂ ਆ ਰਹੀ ਹੈ ਇਹ ਪੂਰੇ ਹੁਣ ਮਹਾਰਾਜ ਦੀ ਕਿਰਪਾ ਹੀ ਜਾਮ ਉਹ ਚੰਡੀਗੜੀ ਹੁੰਦੇ ਹੋ ਇੱਥੇ ਹੀ ਹੁੰਦਾ ਹੀ ਅੱਗੇ ਕੀ ਪ੍ਰੋਜੈਕਟਸ ਆ ਰਹੇ ਨੇ ਪ੍ਰੋਜੈਕਟ ਹੁਣ ਜੀ ਇੱਕ ਤਾਂ EP ਰੈਡੀ ਪਈ ਆ ਪੰਜਾਂ ਗਾਣਿਆਂ ਦੀ ਤੇ ਇੱਕ ਲਾਡੀ ਗੱਲ ਨਾਲ ਵੀਰੇ ਨਾਲ ਉਹਦੇ ਨਾਲ ਵੀ EP ਵਾਂਗੂ ਹੀ ਆ ਪੰਜ ਛੇ ਗਾਣੇ ਉਹ ਤੋਂ ਵੀ ਹੈਗਾ ਵੀ ਆਪਣੇ ਕੋਲ 10 10ਾਂ 11 ਗਾਣਿਆਂ ਦਾ ਪ੍ਰੋਜੈਕਟ ਪਿਆਈ ਆ ਲਗਾਤਾਰੀ ਔਰ ਸਾਥ ਮਿਲਦਾ ਜਿਵੇਂ ਤੁਸੀਂ ਤਾਂ ਆਪਣੀ ਕੰਪਨੀ ਤੁਹ ਦੱਸਿਆ ਕਿ ਆਪਣੀ ਕੰਪਨੀ ਤੇ ਹੀ ਗਾਣੇ ਪਾਉਣ ਲੱਗ ਗਏ ਹੋ ਹਾਂਜੀ ਇਹ ਕੰਪਨੀਆਂ ਦਾ ਕੀ ਹਿਸਾਬ-ਤਬ ਚੱਲ ਰਿਹਾ ਅੱਜਕੱਲ ਕਿਉਂਕਿ ਇਹ ਵੀ ਸੁਣਨ ਦੇ ਵਿੱਚ ਆਇਆ ਸੀ ਔਰ ਸਿੱਧੂ ਮੂਸੇ ਵਾਲੇ ਕੇਸ ਦੇ ਵਿੱਚ ਵੀ ਸੁਣਨ ਨੂੰ ਸਾਨੂੰ ਮਿਲਿਆ ਸੀਗਾ ਕਿ ਇਸ ਨੂੰ ਇਹ ਕਹ ਕਹਿੰਦੇ ਸੀ ਮੂਸੇ ਵਾਲੇ ਨੂੰ ਕਿ ਤੂੰ ਸਾਨੂੰ ਗਾਣੇ ਦੇ ਅਸੀਂ ਆਪਣੇ ਚੈਨਲ ਦੇ ਉੱਤੇ ਪਾਵਾਂਗੇ ਕੀ ਮੋਨਟਾਈਜੇਸ਼ਨ ਕੀ ਬੈਨੀਫਿਟ ਹੁੰਦਾ ਹੈ ਇਹ ਕੰਪਨੀਆਂ ਦਾ ਲੇਬਲਸ ਦਾ ਕੀ ਰੋਲਾ ਚੱਲਦਾ ਬੈਨੀਫਿਟ ਆਈ ਜਿਹੜਾ ਵੀ ਜਿਹਦੇ ਚੈਨਲ ਤੋਂ ਜਾਂ ਕਿਤੋਂ ਵੀ ਆਊਗਾ ਗਾਣਾ ਕਮਾਈ ਤਾਂ ਉਹਨਾਂ ਹੀ ਹੋਣੀ ਹੈ ਨਾ ਹੁਣ ਮੰਨ ਕੇ ਚੱਲੋ ਮੇਰਾ ਪਹਿਲਾ ਗਾਣਾ ਆ ਗਿਆ ਸੀਗਾ ਇਹ ਰੌਂਦ 2.0 ਸਿੰਘੇ ਫੀਚਰਿੰਗ ਸੀ ਸਾਰੇ ਨੇ ਗਾਣਾ ਸੁਣਿਆ ਵੀ ਹੋਊਗਾ ਉਹਦੇ ਵਿੱਚ ਇਹ ਵੀ ਪਤਾ ਵੀ ਸਿੰਘੇ ਦਾ ਪਾਰਟ ਕਿੰਨਾ ਕ ਉਹ ਗਾਣਾ ਵੀ ਅੱਜ ਦੇ ਸਮੇਂ ਤੇ ਮੇਨੂੰ ਲੱਗਦਾ 12-13 ਮਿਲੀਅਨ ਤਾਂ ਹੋਇਆ ਹੋਇਆ YouTube ਤੇ ਤੇ 2 ਮਿਲੀਅਨ 20 ਲੱਖ ਉਹਦਾ ਹੈਗਾ Spotify ਤੇ Instagram ਤੇ ਵੀ ਰੀਲਾਂ ਹੈਗੀਆਂ ਆਉਂਦੀਆਂ ਮੈਨੂੰ ਲੱਗਦਾ 50 ਹਜ਼ਾਰ ਦੇ ਕਰੀਬ ਅੱਛਾ ਵੀ ਮੰਨ ਕੇ ਚੱਲੋ ਜੇ ਉਹ ਗਾਣਾ 7-8 ਲੱਖ ਰੁਪਈਆ ਵੀ ਕਮਾਉਂਦਾ ਇਹ ਵਿਊ ਦੇ ਆਸਰੇ ਪੈਸੇ ਹੁੰਦੇ ਆ ਵੀ ਤੁਹਾਡਾ ਆਡੀਓ ਗਾਣਾ ਕਿੰਨਾ ਚੱਲਦਾ YouTube ਤੇ ਕਿੰਨਾ ਚੱਲਦਾ ਉਹ ਡਿਜੀਟਲ ਨੇ ਰਿਪੋਰਟ ਦੇਣੀ ਆ ਆਪਦੀ YouTube ਨੇ ਆਪਦੀ ਰਿਪੋਰਟ ਦੇਣੀ ਆ ਆਏ ਨਹੀਂ ਹੁੰਦਾ ਵੀ ਇੰਨੇ ਵਿਊ ਦਾ ਬਾਕੀ ਤੁਹਾਨੂੰ ਪਤਾ ਹੀ ਆਈ ਇਹ ਚੀਜ਼ ਬਾਰੇ ਤਾਂ ਜਦੋਂ ਫਿਰ ਜਿਹੜਾ ਪੂਰਾ ਨੇਮ ਆ ਬੰਦੇ ਦਾ ਹੁਣ ਮੂਸੇ ਵਾਲਾ ਲਾਲੋ ਹੁਣ ਮੂਸੇ ਵਾਲਾ ਆਪਦੇ ਚੈਨਲ ਤੋਂ ਚੈਨਲ ਦੀ ਕਿੰਨੀ ਕਮਾਈ ਸੀ ਉਹਨੂੰ 10 ਮਿਲੀਅਨ ਕਿਨਾਂ 9 ਮਿਲੀਅਨ ਦੇ ਕਰੀਬ ਤਾਂ ਉਹਦੇ ਸਬਸਕ੍ਰਾਈਬਰ ਹੀ ਸੀ ਹੁਣ ਮੂਸੇ ਵਾਲੇ ਦਾ ਗਾਣਾ ਕੋਈ ਵੀ ਕੰਪਨੀ ਪਾਉਂਦੀ ਆ ਤੇ ਕਮਾਈ ਤਾਂ ਕੰਪਨੀ ਨੂੰ ਹੀ ਆਉਣੀ ਆ ਹੁਣ ਕੰਪਨੀ ਵਾਲਾ ਜੇ ਕੋਈ ਪੈਸੇ ਚ ਕੋਈ ਵੀ ਲਾ ਲਓ ਵੱਡਾ ਕੋਈ ਆਹ ਲਾ ਲਓ ਸਪੀਡ ਵਾਲੇ ਲਾ ਲਓ ਸਿੰਗਲ ਡ੍ਰੈਗ ਵਾਲਾ ਲਾ ਲਓ ਆਏ ਵੀ ਇਹਨਾਂ ਦੇ ਠੀਕ ਆ ਇਹ ਕਹਿਣਗੇ ਜਾਂ ਤਾਂ ਉਹਦਾ ਮੁੱਲ ਪਾ ਕੇ ਖਰੀਦਣਗੇ ਮੂਸੇ ਵਾਲਾ ਕਹੂ ਵੀ ਮੈਂ ਤਾਂ 50 ਲੱਖ ਲੈਣਾ ਉਹ ਗਾਣਾ ਦੇਣਾ ਪਊ ਤੇ ਜਾਂ ਫਿਰ ਜੇ ਪੁੱਠੇ ਤਰੀਕੇ ਨਾਲ ਤੁਸੀਂ ਉਹ ਲਾ ਲਓ ਗੈਂਗਸਟਰਾਂ ਵਾਲਾ ਕੰਮ ਬਈ ਗਾਣਾ ਦੇ ਦੂਜੂ ਵੇਣਿਆ ਨਹੀਂ ਇਹ ਕੰਮ ਆ ਹੁਣ ਕਲ ਸਪਾਇਟੇਸ਼ਨ ਮਤਲਬ ਹੈਗੀ ਹੈ ਹੈਗੀ ਹੈਈ ਇਹਦਾ ਸਾਰੇ ਕੰਮਾਂ ਚ ਹੀ ਆ ਇਹ ਚੀਜ਼ਾਂ ਐ ਜਿਆਦਾ ਹੋ ਗਈ ਪਹਿਲਾਂ ਇਹਦੇ ਬਾਰੇ ਨੌਲੇਜ ਹੀ ਨਹੀਂ ਸੀ ਕਿਸੇ ਨੂੰ ਪਹਿਲਾਂ ਵਾਲੇ ਕਲਾਕਾਰਾਂ ਪਹਿਲਾਂ ਵਾਲੇ ਕਲਾਕਾਰਾਂ ਦੀ ਕਮਾਈ ਕੀ ਸੀ ਖਾੜੇ ਲੱਗਦੇ ਸੀ ਟੇਪਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਹੁਣ ਤਾਂ ਘਰ ਘਰ ਪਤਾ ਹੀ YouTube ਤਾਂ ਹੁਣ ਤਾਂ ਐ ਵੀ ਪਤਾ ਵੀ ਜਵਾਗ ਨੂੰ ਵੀ ਪਤਾ ਵੀ ਇਹ ਤੋਂ ਕਮਾਈ ਆਉਂਦੀ ਹੈ ਬਲੌਗਰ ਬਲੌਗਰ ਹੋਰ ਕਿੰਨਾ ਕੋ ਚੱਲੀ ਜਾਂਦਾ ਇਹ ਕਾਰਨ ਪੈਸਾ ਹੀ ਹੁਣੇ ਕਹਿੰਦੇ ਆ ਇਸ ਕੰਮ ਚ ਰਹਿ ਗਿਆ ਹੁਣ ਇਸ ਚ ਮਿਹਨਤ ਵੀ ਬਹੁਤ ਆਈ ਜ਼ਰੂਰੀ ਥੋੜੀ ਹਰ ਇੱਕ ਬੰਦਾ ਹੱਟ ਹੀ ਹੋਊਗਾ ਹੁਣ ਮੈਨੂੰ ਲਾ ਲੋ ਮੈਂ ਨਾਰਮਲ ਪਰਿਵਾਰ ਤੋਂ ਉੱਠ ਕੇ ਬਈ ਮੈਨੂੰ ਪੂਰਾ ਕਿਲਾ ਪੈਲੀ ਦਾ ਵੀ ਨਹੀਂ ਆਉਂਦਾ ਕਿਲਾ ਪੈਲੀ ਦਾ ਨਹੀਂ ਆਉਂਗਾ ਤੇ ਮੈਂ ਪਹਿਲੇ ਗਾਣੇ ਤੇ ਵੇਚ ਵਟ ਕੇ ਸਾਰਾ ਕੁਲ ਆਇਆ ਉਦੋਂ ਬਾਅਦ ਜੇ ਮੇਰੇ ਯਾਰ ਦੋਸਤ ਨਾਲ ਦੇ ਜੇ ਇਹ ਮੇਰੀ ਕਮਾਈ ਸੀ ਲੋਕੀ ਆਂਦੇ ਨਾ ਬਈ ਕਮਾਈ ਇਨਵੈਸਟਮੈਂਟ ਜਿਆਦਾ ਕਾਦੀ ਪੈਸੇ ਦੀ ਨਹੀਂ ਜੇ ਤੁਸੀਂ ਕਿਸੇ ਕੋਲ ਖਾਤਰ ਸਮਾਂ ਖਰਾਬ ਕਰਦੇ ਆ ਨਾ ਉਹ ਵੀ ਬਹੁਤ ਵੱਡੀ ਇਨਵੈਸਟਮੈਂਟ ਮੇਰੀ ਕਮਾਈ ਸੀ ਸਾਰੇ ਮੇਰੇ ਨਾਲ ਯਾਰ ਦੋਸਤ ਇਕੱਠੇ ਹੋਏ ਜਿਨ੍ਹਾਂ ਨੇ ਸਾਰਿਆਂ ਨੇ ਜੋਰ ਮਾਰਿਆ ਆਪਣਾ ਭਰਾ ਹੀ ਆ ਹੁਣ ਜਿਹੜੇ ਅਸੀਂ ਸਾਡੀ ਟੀਮ ਰਹਿਨੀ ਐ ਏਕਮਾ ਇੱਕ ਬਾਈ ਕੁਲਦੀਪ ਆ ਉਹ ਇੰਗਲੈਂਡ ਚ ਵੀ ਭੂਆ ਦੇ ਮੁੰਡੇ ਹੀ ਐ ਤੇ ਉਹ ਆnde ਯਾਰ ਤੂੰ ਕਰ ਅਸੀਂ ਬੈਠੇ ਆ ਮਗਰ ਉਹ ਗਾਣੇ ਤੇ ਵੀ ਗਾਂਹਲੇ ਤੇ ਪੈਸੇ ਲਾਏ ਗੱਲ ਤਾਂ ਨੀਤ ਦੀ ਐ ਨਾ ਜੇ ਨੀਤ ਸਾਫ ਸੀ ਤੇ ਉਸ ਤੋਂ ਬਾਅਦ ਹੁਣ ਪਰਚੇ ਗਾਣੇ ਆਇਆ ਤੇ ਪਰਚੇ ਗਾਣੇ ਦੇ ਮਹਾਰਾਜ ਦੀ ਕਿਰਪਾ ਨਾਲ ਫਿਰ ਸਿਸਟਮ ਹੀ ਹਲਾਤਾ ਜਮਾ ਤੋ ਸਿਆਸ ਕਰਦੇ ਆ ਪਰਚੇ ਦਾ ਨਾਮ ਨਾ ਪੈਣ ਤੁਹਾਡੇ ਹਾਂ ਨਹੀਂ ਨਹੀਂ ਪਰਚੇ ਦਾ ਹੁਣ ਪਾਉਣੇ ਵੀ ਨਹੀਂ ਤੁਹਾਡੇ ਨਾਲ ਗੱਲਬਾਤ ਵੀ ਤਾਂ ਹੀ ਇੱਕ ਕਰਨ ਦਾ ਸਾਡਾ ਮੋਕਾ ਰਣੇ ਸੀ ਕਿ ਅਸੀਂ ਲੋਕਾਂ ਨੂੰ ਮੈਸੇਜ ਦੇ ਸਕੀਏ ਕਿ ਕਿਵੇਂ ਕੋਈ ਕਿਸ ਦੁਨੀਆ ਤੋਂ ਬਾਹਰ ਨਿਕਲ ਕੇ ਕਿਵੇਂ ਆਪਣੀ ਕਿ ਜ਼ਿੰਦਗੀ ਸਹੀ ਤਰੀਕੇ ਨਾਲ ਬਤੀਤ ਕਰ ਰਿਹਾ ਹੈ ਸਹੀ ਗੱਲ ਹੈ ਕੀ ਮੈਸੇਜ ਨੌਜਵਾਨਾਂ ਨੂੰ ਦੇਣਾ ਚਾਹੂਗੇ ਕਿਉਂਕਿ ਨੌਜਵਾਨ ਬਹੁਤ ਪ੍ਰਭਾਵਿਤ ਹੁੰਦੇ ਨੇ ਸਿੰਗਰਾਂ ਤੋਂ ਇਹਨਾਂ ਚੀਜ਼ਾਂ ਤੋਂ ਆਪਾਂ ਤਾਂ ਇਹੀ ਗੱਲ ਕਹਿੰਦੇ ਆ ਵੀ ਸਿੰਗਰਾਂ ਪਿੱਛੇ ਕੋਈ ਫਾਇਦਾ ਨਹੀਂ ਲੜਨ ਲੁੜਨ ਦਾ ਠੀਕ ਹੈ ਵੀ ਕੋਈ ਫਾਇਦਾਨੀ ਜਿਹੜਾ ਗਾਣੇ ਆ ਇਹਨੂੰ ਸਿਰਫ ਇੰਟਰਟੇਨਮੈਂਟ ਦਾ ਸਾਧਨ ਰੱਖਿਆ ਜਾਵੇ ਇਹਨਾਂ ਲਈ ਧਿਆਨ ਦੇਣ ਨਾਲੋਂ ਆਪਦਾ ਕੋਈ ਕੰਮ ਕੀਤਾ ਕੀਤਾ ਜਾਵੇ ਦੂਜੀ ਗੱਲ ਆ ਵੀ ਸਰਕਾਰਾਂ ਦੀ ਵੀ ਵੀ ਉਹ ਵੀ ਕੋਈ ਕੰਮ ਇਦਾਂ ਦੇ ਤੌਰ 'ਨ ਵੀ ਬੇਰਜਗਾਰੀ ਖਤਮ ਹੋਵੇ ਠੀਕ ਹੈ ਜੀ ਵੀ ਜੇ ਕੰਮ ਹੋਣਗੇ ਤਾਂ ਨੌਜਵਾਨ ਤਾਂ ਹੀ ਕਰਨਗੇ ਨਸ਼ੇ ਨੁਸ਼ੇ ਵੱਲੋਂ ਤਾਂ ਹੀ ਧਿਆਨ ਹਟੂਗਾ ਹੁਣ ਵਿਹਲੇ ਬੰਦੇ ਨੇ ਵਿਹਲਾ ਤਾਂ ਹੀ ਵਿਹਲਾ ਮਨ شیطان ਦਾ ਘਰ ਉਹੀ ਗੱਲ ਹੈ ਵਿਹਲੇ ਮਨ ਨੇ ਤਾਂ ਇਹੋ ਜਿਹਾ ਕੁਝ ਹੀ ਕਰਨਾ ਜਾਂ ਨਸ਼ਾ ਕਰਨਾ ਜਾਂ ਕੋਈ ਪੁੱਠੀਆਂ ਸਿੱਧੀਆਂ ਹਰਕਤਾਂ ਕਰਨੀਆਂ ਠੀਕ ਹੈ ਅੰਗਿਲ ਬਹੁਤ ਬਹੁਤ ਧੰਨਵਾਦ ਸਟੂਡੀਓ ਵਿੱਚ ਆਉਣ ਦੇ ਲਈ ਔਰ ਗੱਲਬਾਤ ਦੇ ਲਈ ਥੈਂਕ ਯੂ ਗਿਲ ਮਾਣੂ ਕਿ ਉਹਨਾਂ ਦਾ ਖਾਸ ਤੌਰ ਤੇ ਉੱਤੇ ਗੱਲਬਾਤ ਕੀਤੀ ਜ਼ਿੰਦਗੀ ਬਾਰੇ ਸੋਚ ਕੇ ਤੁਸੀਂ ਵੀ ਅੰਦਾਜ਼ਾ ਲਗਾ ਹੀ ਲੇਤਾ ਹੋਗਾ ਕਿ ਕੱਢਣ ਪਾਉਣ ਨੂੰ ਇਸ ਦੇ ਵਿੱਚੋਂ ਕੀ ਹੈ ਜੇਕਰ ਕੋਈ ਵਿਅਕਤੀ ਸਹੀ ਰਾਹ ਦੇ ਉੱਤੇ ਆਇਆ ਤਾ ਉਸ ਦੇ ਪਿੱਛੇ ਦੀ ਸੰਘਰਸ਼ ਦੀ ਕਹਾਣੀ ਵੀ ਬਹੁਤ ਜ਼ਿਆਦਾ ਡੂੰਗੀ ਹੁੰਦੀ ਹੈ ਹੁਣ ਵਿਚਾਰ ਤੁਹਾਡੇ ਨੇ ਸੋਚ ਤੁਹਾਡੀ ਹੈ ਕਰਨਾ ਕੀ ਹੈ ਉਹ ਤੁਸੀਂ ਆਪ ਸੋਚ ਸਕਦੇ ਹੋ